रेडियो चन प्रदेशी दे मान मत्थे श्रोतियों स्वागत करदे आं तुहाडा रेडियो चन प्रदेशी दी पंजाबी सत दे विच। मैं हां तुहाडा दोस्त ते होस्ट सरवण सिंह टवाणा, अमेरिका दी विंडी ते ठंडी सिटी शिकागो तों। शुरू करदे आं जी अज दा प्रोग्राम। मेरे नाल साथ दे रहे ने सरदार संतोख सिंह जी गिल, सरदार तों साडे नाल जुड़े होए ने इस टाइम। गिल साहब सत श्री अकाल जी, गुड मॉर्निंग, की हाल चाल ने तुहाडे? सत श्री अकाल तुहाडा जी, गुड मॉर्निंग। हाल चाल बिलकुल ठीक ने जी, तुसीं दसो? बहुत वधिया जी, ठीक ठाक है। ठंड आले पासे नूं वध रहा मौसम, इस वीकेंड दे उत्ते स्नो पैण दे आसार ने, पर असीं चाहुंदे आ किसे ना किसे तरीके दे नाल क्रिसमस तक स्नो ना आवे जां नवें साल तक ना आवे, वधिया हुंदी है। पर क्रिसमस वेले गोरे लोक ने जिहड़े जरूर भालदे ने कि स्नो पैणी चाहीदी है। चलो समें दा जिवें कुदरत दे नियम ने उहनां दे हिसाब नाल वी चलणा पैंदा है, पर देखण वाली इह गल है कि एक पासे सानू उस स्नो तो ही डर लगी जांदा जिहड़ी कि हरेक साल आउंदी है, और असीं तैयार बर तैयार बैठे हुंदे आ उस मौसम दे लई, सानू कोई फिकर नहीं। सरकारां तैयार बैठियां हुंदियां ने, सड़कां क्लीन करनियां हुंदियां ने, सारा कुछ तैयार बर तैयार है। पर दूजे पासे भारत दे विच इक पासे बच्चां तों लै के बजुर्गां तों लै के हर इक बंदा, भैणां मावां ते वीर साडे, अज उह किसानी घोल दे विच दिल्ली उन्होंने डेरे लाए हुए ने समुचे भारत दे विचों, गिणती वधदी जा रही है। दूजे पासे ए भी मैनूं पता लग्या कि मौसम थोड़ा जिहा बिगड़ूगा, मीह पैण दे आसार ने, भावें उह मीह दी तैयारी करके गए होए ने, पर फिर भी ठंड तां ठंड हुंदी है, उमर दे तकाजे भी ने, उत्थे कहड़ा कोई हीट चलूगी ट्रालियां दे विच जां होर अजिहा कम हो, पर साडी सरकार टस तों मस नहीं हो रही। गल साहिब ਪਹਿਲਾਂ ਜੀ ਗੱਲ ਇਹ ਆ ਵੀ ਤੁਸੀਂ ਕਹਿੰਦੇ ਹੋ ਵੀ ਮੀਂਹ ਪੈਣ ਦੇ ਆਸਾਰ ਨੇ ਤੇ ਉੱਥੇ ਅਗਲੇ ਬੱਟਾ ਪਾਈ ਜਾਂਦੇ ਆ। ਕੱਲ ਮੈਂ ਇੱਕ ਨਵੀਂ ਗੱਲ ਦੇਖੀ, ਬਰਨਾਲੇ ਵੱਲ ਦੇ ਮੁੰਡੇ ਜਿਹੜੇ ਧਰਨੇ ਚ ਗਏ ਹੋਏ ਨੇ, ਉਹ ਤਿੰਨ ਚਾਰ ਮੁੰਡੇ ਕਈਆਂ ਚੱਕੀ ਫਿਰਨ ਮੁੰਡਿਆਂ ਤੇ, ਕਈਆਂ ਉਹਨਾਂ ਦੇ ਧਰੀਆਂ ਹੋਈਆਂ, ਤੇ ਉਹ ਜਿਹੜਾ ਡਿਵਾਈਡਰ ਆ ਨਾ ਸੜਕ ਦੇ ਵਿਚਾਲੇ ਡਿਵਾਈਡਰ ਜਿੱਥੇ ਬੂਟੇ ਬਾਟੇ ਲਾਉਂਦੇ ਨੇ, ਪਹਿਲਾਂ ਫਿਰ ਸੁੱਕ ਗਏ ਸਾਰੇ ਬੂਟੇ ਸੁੱਕ ਜਾਂਦੇ ਨੇ। ਨਾ 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 ਉੱਥੇ ਤਾਂ ਜੀ ਕਿਚਨ ਗਾਰਡਨ ਲਾ ਲਿਆ ਉਹਨੇ ਤਾਂ, ਆਹ ਮੇਥੀ ਧਨੀਆ ਪਾਲਕ ਉਹ ਬੀਜ ਲਈ, ਕਹਿੰਦੇ ਵੀ ਗੰਡੇ ਵੀ ਬੀਜਣੇ ਥੋੜੇ ਜਿਹੇ, ਤੇ ਨਾਲੇ ਹੋਰ ਕਹਿੰਦੇ ਵੀ ਕੁਛ ਸਬਜ਼ੀਆਂ ਬੀਜਣੀਆਂ ਨੇ, ਵੀ ਸਰਕਾਰ ਨੂੰ ਕਿਤੇ ਆਏ ਭੁਲੇਖਾ ਨਾ ਰਹੇ ਵੀ ਅਸੀਂ ਛੇਤੀ ਜਾਣਾ ਵਾ, ਸਾਡਾ ਤਾਂ ਪ੍ਰੋਗਰਾਮ ਲੰਬਾ ਹੀ ਆ, ਮੇਥੇ ਵਾਲੀਆਂ ਰੋਟੀਆਂ ਇੱਥੇ ਪਕਾਇਆ ਕਰਾਂਗੇ। ਕਹਿੰਦੇ ਅਸੀਂ ਕੱਲ ਬੱਟਾ ਪਾ ਕੇ ਉੱਥੇ ਨਾ ਉਹਨਾਂ ਨੇ ਕਿਆਰੀਆਂ ਬਣਾ ਲਈਆਂ, ਤੇ ਉਹ ਕਹਿੰਦੇ ਮੇਥੀ ਪਾਲਕ ਬੀਜ ਦੀ ਗੱਲ ਤੁਹਾਡਾ ਜੀ ਵਿਚਾਲੇ, ਦੋ ਡਿਵਾਈਡਰ ਹੁੰਦਾ ਨਾ ਜਿਹੜਾ ਵਿਚਾਲੇ ਕੱਚੀ ਥਾਂ ਜੀ, ਮੈਂ ਸਮਝ ਗਿਆ ਤੁਹਾਡੀ, ਜਿੱਥੇ ਬੂਟੇ ਬਾਟੇ ਲਾਉਣੇ ਹੁੰਦੇ ਰਿਹਾ, ਹਾਂ ਜਿੱਥੇ ਬੂਟੇ ਲਾਉਣੇ ਹੁੰਦੇ ਆ ਸਰਕਾਰ ਨੇ, ਉਹ ਸਰਕਾਰ ਨੇ ਤਾਂ ਬੂਟੇ ਲਾਏ ਨੀ, ਖਾਲੀ ਥਾਂ ਪਈ ਸੀ, ਉਹ ਕਹਿੰਦੇ ਜਲਾ ਵੀ ਦਿੱਤੇ ਪਾਣੀ ਨੀ ਪਾਉਂਦੇ, ਸੁੱਕ ਗਏ ਹੁੰਦੇ ਨੇ, ਬੁਰੀ ਹਾਲਤ ਆ ਉਹਨਾਂ ਦੀ। ਨਾ ਜੀ ਇਹਨਾਂ ਕੋਲ ਪਾਣੀ ਬਥੇਰਾ, ਇਹ ਪਾਣੀ ਦੇ ਟੈਂਕਰ ਲਿਆਉਂਦੇ ਆ, ਨਹੀਂ 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 ਮੇਰੀ ਗੱਲ ਸੁਣ, ਜਿਹੜੇ ਸਰਕਾਰ ਲਾਉਂਦੀ ਹੈ ਗਿੱਲ ਸਾਹਿਬ, ਤੁਸੀਂ ਉੱਥੇ ਨੀ ਆ ਰਹੇ, ਮੈਂ ਕਹਿੰਦਾ ਇੱਕ ਵਾਰੀ ਉਹ ਤਿਆਰੀ ਜ਼ਰੂਰ ਕਰਦੇ ਨੇ, ਪਰ ਉਹ ਸਾਂਭ ਸੰਭਾਲ ਸਰਕਾਰ ਮੁਕੰਮਲ ਤੌਰ ਤੇ ਕਦੇ ਵੀ ਨੀ ਕਰਦੀ, ਉਹ ਬੂਟੇ ਲਾਏ ਹੋਏ ਸੁੱਕ ਵੀ ਜਾਂਦੇ ਨੇ, ਓਦਾਂ ਦੀ ਓਦਾਂ ਹੀ ਜ਼ਮੀਨ ਹੋ ਜਾਂਦੀ, ਸੁੱਕ ਜਾਂਦੇ ਨੇ ਜੀ, ਅਕਸਰ ਸੁੱਕ ਜਾਂਦੇ ਨੇ ਉਹ। ਤੇ ਪਰ ਤੁਹਾਡਾ ਜੀ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਦਿਆਂ, ਉਹ ਇਹ ਵੀ ਕੱਲ ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਵੀ ਇੱਕ ਤਾਂ ਇਹ ਸਾਡੇ ਲਈ ਖੁਸ਼ੀ ਵਾਲੀ ਗੱਲ ਵੀ ਆ, ਉਹ ਖੁਸ਼ੀ ਵਾਲੀ ਗੱਲ ਇਹ ਆ ਕਿ ਜਿਹੜੇ ਅਸੀਂ ਪੰਜਾਬੀ ਖਾਸ ਤੌਰ ਤੇ ਪਗੜੀ ਧਾਰੀ, ਜਿਹਨੂੰ ਆਪਾਂ ਸਿੱਖ ਵੀ ਕਹਿ ਸਕਦੇ ਹਾਂ, ਕਿਉਂਕਿ ਸਾਰੇ ਪਗੜੀ ਧਾਰੀ ਜਰੂਰੀ ਨਹੀਂ ਸਿੱਖ ਹੋਣ, ਤੇ ਪਗੜੀ ਧਾਰੀ ਬਿਨਾਂ ਸਿੱਖਾਂ ਤੋਂ ਇਲਾਵਾ ਵੀ ਲੋਕ ਹਰਿਆਣੇ ਵਾਲੇ ਵੀ ਪਗੜੀ ਬੰਨਦੇ ਆ ਤੇ ਹੁੱਕਾ ਵੀ, ਤੇ ਪਰ ਜਿਹੜੇ ਹਾਂ ਜਿਹਨਾਂ ਨੂੰ ਸਰਦਾਰ ਦੇ ਤੌਰ ਤੇ ਜਾਣਿਆ ਜਾਂਦਾ ਜਾਂ ਸਿੱਖ ਦੇ ਤੌਰ ਤੇ ਜਾਣਿਆ ਜਾਂਦਾ, ਪੰਜਾਬੀ ਦੇ ਤੌਰ ਤੇ ਜਾਣਿਆ ਜਾਂਦਾ, ਜਿਸ ਤਰ੍ਹਾਂ ਦਾ ਪਤਾ ਮੈਂ ਸਾਡਾ ਇੱਕ ਮੀਡੀਆ ਨੇ ਜਾਂ ਬਾਲੀਵੁੱਡ ਦੀਆਂ ਫਿਲਮਾਂ ਨੇ, ਇੱਥੋਂ ਤੱਕ ਵੀ ਜਿਹੜੀਆਂ ਸਾਡੀਆਂ ਪੰਜਾਬੀ ਫਿਲਮਾਂ ਨੇ ਉਹਨਾਂ ਨੇ ਵੀ ਕਈ ਵਾਰ ਜਿਹੜਾ ਸਾਡਾ ਮੁਹਾਂਦਰਾ ਹੈ ਉਹ ਵਿਗਾੜਿਆ, ਲੋਕਾਂ ਦੇ ਵਿੱਚ ਮਤਲਬ ਹੈ ਹੋਰ ਹੀ ਤਰ੍ਹਾਂ ਦਾ ਸਾਡਾ ਇੱਕ ਅਕਸ ਜਿਹੜਾ ਦਾ ਉਹ ਬਣਾਇਆ। ਮਤਲਬ ਹਿੰਦੀ ਫਿਲਮਾਂ ਨੇ ਤਾਂ ਸਰਦਾਰ ਦਾ ਮਤਲਬ ਜੋਕਰ ਰੱਖਿਆ ਹੈ ਵੀ ਜਿੱਥੇ ਕਿਤੇ ਕੋਈ ਹਾਸੇ ਤੱਥੇ ਵਾਲੀ ਗੱਲ ਆ ਤੇ ਉੱਥੇ ਕਿਸੇ ਪੱਗ ਬੰਨ ਦਿਓ, ਤੇ ਉਹ ਜਿਹੜਾ ਹੁਣ ਕਈ ਕਈ ਇਹੋ ਜਿਹੇ ਕਲਾਕਾਰ ਨੇ ਜਿਹਨਾਂ ਨੂੰ ਮਤਲਬ ਅਕਸਰ ਤੁਸੀਂ ਪੱਗ ਬੰਨੇ ਤੋਂ ਦੇਖਿਆ ਹੋਊਗਾ, ਤੇ ਉਹ ਫਿਰ ਮਤਲਬ ਇੱਕ ਕਿਸਮ ਦਾ ਮਜ਼ਾਕ ਜਿਹਾ ਬਣ ਜਾਂਦਾ ਸਾਡਾ।
ਪਰ ਦਿੱਲੀ ਦੇ ਜਿਹੜੇ ਲੋਕ ਨੇ, ਹਾਲਾਂਕਿ ਦਿੱਲੀ ਚ ਵੀ ਸਿੱਖਾਂ ਦੀ ਗਿਣਤੀ ਹੈਗੀ ਵਾਹਵਾ, ਪਰ ਉਹਨਾਂ ਦੇ ਕਲਚਰ ਦਾ ਸਾਡੇ ਨਾਲੋਂ ਅੰਤਰ ਹੈ ਤੁਹਾਡਾ ਜੀ, ਇਹ ਤਾਂ ਤੁਸੀਂ ਵੀ ਮੰਨੋਗੇ। ਜਿਹੜੇ ਦਿੱਲੀ ਚ ਵੱਸਦੇ ਸਿੱਖ ਨੇ ਉਹਨਾਂ ਦਾ ਤੇ ਪੰਜਾਬ ਚ ਵੱਸਦੇ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਤੇ ਹੁਣ ਦਿੱਲੀ ਦੇ ਲੋਕ, ਮੈਂ ਹੈਰਾਨ ਹੋ ਗਿਆ, ਕੱਲ ਇੱਕ ਮੀਡੀਆ ਚੈਨਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੈਂ ਵੀਡੀਓ ਦੇਖੀ, ਹੈ ਤਾਂ ਉਹ 4 ਮਿੰਟ ਦੀ ਸੀ, ਉਹ ਵੀਡੀਓ ਮੈਂ ਦੇਖੀ ਤੇ ਉਹਦੇ ਚ ਦਿੱਲੀ ਦਾ ਇੱਕ ਪਰਿਵਾਰ ਇੱਥੇ ਧਰਨੇ ਵਾਲੀ ਥਾਂ ਦੇ ਨੇੜੇ ਗੱਡੀ ਖੜੀ ਕਰਕੇ ਆਪਣੇ ਬੱਚਿਆਂ ਨੂੰ ਲੈ ਕੇ ਉਹ ਧਰਨੇ ਵਾਲੀ ਥਾਂ ਤੇ ਗੇੜਾ ਦੇ ਕੇ ਵਾਪਸ ਆਪਦੀ ਗੱਡੀ ਕੋਲੇ ਆਉਂਦਾ ਤੇ ਉੱਥੇ ਉਹਨਾਂ ਨੂੰ ਉਹ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਨੇ ਛੋਟੇ ਮੋਟੇ, ਉਹਨਾਂ ਦੇ ਕਿਸੇ ਬੰਦੇ ਨਾਲ ਮੁਲਾਕਾਤ ਹੋਈ ਤੇ ਉਹਨੇ ਫਿਰ ਉਹ ਵੀਡੀਓ ਪਾਈ। ਉਹਨੇ ਉੱਥੇ ਜਦੋਂ ਉਹਨੂੰ ਪੁੱਛਿਆ, ਹਾਂ ਬਈ ਤੁਸੀਂ ਆਏ ਸੀ ਤੇ ਹੁਣ ਆ ਕੇ ਤੁਸੀਂ ਮੁੜ ਚੱਲੇ ਤੇ ਤੁਸੀਂ ਕੀ ਕਰਨ ਆਏ ਸੀ ਇੱਥੇ? ਤੁਹਾਡਾ ਜੀ ਇਹ ਜਿਹੜਾ ਧਰਨਾ ਸਥਾਨ ਆ ਨਾ, ਇਟਲੀ ਬਾਰਡਰ ਵਾਲਾ ਤੇ ਸਿੰਘੂ ਬਾਰਡਰ ਵਾਲਾ, ਇਹ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਸਿੰਘੂ ਬਾਰਡਰ ਦੀ ਘਟਨਾ ਵਾ। ਉਹ ਕਹਿੰਦੇ ਵੀ ਅਸੀਂ ਤਾਂ ਇੱਕ ਕਿਸਮ ਦਾ ਵੀ ਸ਼ਾਮ ਨੂੰ ਵੈਸੇ ਵੀ ਅੱਗੇ ਘੁੰਮਣ ਜਾਂਦੇ ਹਾਂ ਰੋਜ਼, ਤੇ ਅੱਜ ਜਦ ਵੀ ਪਿਕਨਿਕ ਸਪੋਟ ਬਣ ਗਿਆ ਇਹ। ਉਹ ਕਹਿੰਦੇ ਵੀ ਸਾਡੇ ਬੱਚੇ ਬਾਰ ਬਾਰ ਪੁੱਛਦੇ ਨੇ, ਉਹ ਕਹਿੰਦੇ ਵੀ ਸਾਡੇ ਬੱਚੇ ਬਾਰ ਬਾਰ ਪੁੱਛਦੇ ਨੇ ਵੀ ਜਿਹੜੇ ਫਿਲਮਾਂ ਚ ਸਰਦਾਰ ਦੇਖਦੇ ਹੁੰਦੇ ਸੀ, ਆਹ ਜਿਹੜੇ ਬਾਰਡਰ ਤੇ ਆ ਕੇ ਬੈਠੇ ਨੇ ਇਹ ਤਾਂ ਉਹ ਜਿਹੇ ਨੀ। ਦੇਖੋ ਕਮਾਲ ਦੀ ਗੱਲ, ਸਾਡੇ ਪਰਿਵਾਰ ਦੇ ਜਿਹੜੇ ਬੱਚੇ ਨੇ ਉਹ ਪੁੱਛਦੇ ਨੇ ਵੀ ਜਿਹੜੇ ਫਿਲਮਾਂ ਦੇ ਵਿੱਚ ਅਸੀਂ ਸਰਦਾਰ ਦੇਖਦੇ ਹੁੰਦੇ ਸੀ ਤੇ ਜਿਹੜੇ ਆ ਬਾਰਡਰ ਦੇ ਉੱਤੇ ਬੈਠੇ ਹੁਣ ਨਾਰੇ ਲਾਉਂਦੇ ਨੇ, ਤੇ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਕਦੋਂ ਦੇਖੀਆਂ ਉਹਨਾਂ ਨੇ, ਲੋਕ ਕਿਵੇਂ ਨਹਾ ਰਹੇ ਨੇ, ਕਿਵੇਂ ਰੋਟੀ ਬਣਾ ਰਹੇ ਨੇ, ਕੀ ਕੁਛ ਕਰ ਰਹੇ ਨੇ, ਕਿਵੇਂ ਮਤਲਬ ਔਰਤਾਂ ਬੈਠੀਆਂ ਨੇ, ਬਈ ਇਹ ਕੋਈ ਵੱਖਰੀ ਨਸਲ ਹੈ, ਜਿਹੜੇ ਫਿਲਮਾਂ ਚ ਦਿਖਾਏ ਜਾਂਦੇ ਨੇ ਉਹ ਹੋਰ ਨੇ। ਉਹ ਕਹਿੰਦੇ ਵੀ ਅਸੀਂ ਫਿਰ ਇਹ ਦਿਖਾਉਣ ਲਈ ਲੈ ਕੇ ਆਏ ਸੀ ਤੇ ਸਾਡੇ ਬੱਚੇ ਕਹਿੰਦੇ ਬੜੇ ਪ੍ਰਭਾਵਿਤ ਹੋਏ ਨੇ ਇਹਨਾਂ ਨੂੰ ਦੇਖ ਕੇ, ਵੀ ਜਿਹੜਾ ਹੁਣ ਤੱਕ ਅਸੀਂ ਪੰਜਾਬ ਬਾਰੇ ਜਾਂ ਪੰਜਾਬੀਆਂ ਬਾਰੇ ਜਾਂ ਸਰਦਾਰਾਂ ਬਾਰੇ ਫਿਲਮਾਂ ਚ ਦਿਖਾਇਆ ਜਾਣ ਵਾਲਾ, ਸੀਰੀਅਲਾਂ ਦੇ ਵਿੱਚ ਦਿਖਾਇਆ ਜਾਣ ਵਾਲਾ ਜਿਹੜਾ ਕਿਰਦਾਰ ਸੀ, ਇਹ ਤਾਂ ਉਤੋਂ ਬਿਲਕੁਲ ਹੀ ਵੱਖਰਾ। ਗਿੱਲ ਸਾਹਿਬ ਸੱਚੀ ਮੁੱਚੀ ਬੜੇ ਹੈਰਾਨ ਹੋਏ। ਬਿਲਕੁਲ ਤੁਹਾਡੀ ਗੱਲ ਵਿੱਚ ਦਮ ਹੈ। ਮੈਂ ਤੁਹਾਨੂੰ ਇਹਦੇ ਨਾਲ ਦੀ ਮਿਲਦੀ ਜੁਲਦੀ ਘਟਨਾ ਇੱਕ ਦੱਸਦਾ, ਤੁਸੀਂ ਹੈਰਾਨ ਹੋ ਜਾਓਗੇ ਜੀ। ਵਿਦੇਸ਼ਾਂ ਦੇ ਵਿੱਚ ਭਾਵੇਂ ਕੋਈ ਵਿਦੇਸ਼ ਹੋਵੇ, ਸਭ ਤੋਂ ਪਹਿਲਾਂ ਜਿੱਥੇ 10 ਪਰਿਵਾਰ ਇਕੱਠੇ ਹੋ ਜਾਂਦੇ, 15 ਪਰਿਵਾਰ ਇਕੱਠੇ ਹੁੰਦੇ, ਗੁਰਦੁਆਰਾ ਬਣਾਉਂਦੇ, ਗੁਰੂ ਘਰ ਬਣਾ ਲੈਂਦੇ ਨੇ, ਕੀਰਤਨ ਹੁੰਦੇ ਨੇ, ਲੰਗਰ ਲੱਗਦੇ ਨੇ। ਜਦੋਂ ਵੀ ਗੁਰੂ ਘਰ ਸ਼ੁਰੂ ਦੇ ਵਿੱਚ ਬੜੀ ਉਹਦੇ ਵਿੱਚ ਸੇਵਾ ਹੁੰਦੀ ਹੈ, ਲੰਗਰ ਵੀ ਆਪ ਤਿਆਰ ਕਰਦੇ ਨੇ, ਸੇਵਾ ਵੀ ਕਰਦੇ ਨੇ, ਸਾਰਾ ਕੁਛ ਹੁੰਦਾ। ਜਿਉਂ ਜਿਉਂ ਸੰਗਤ ਵਧੀ ਜਾਂਦੀ ਹੈ ਗੁਰਦੁਆਰੇ ਚ, ਥੋੜੀ ਆਮਦਨ ਵੱਧ ਜਾਂਦੀ ਹੈ, ਉਹਦੇ ਰੰਗ ਰੂਪ ਬਦਲ ਜਾਂਦੇ ਨੇ। ਉੱਥੇ ਫਿਰ ਨਵਾਂ ਢੰਗ, ਲੰਗਰ ਬਣਾਉਣ ਵਾਲੇ ਹਾਇਰ ਕੀਤੇ ਜਾਂਦੇ ਨੇ, 810-900 ਡਾਲਰ $1,000 ਦੇ ਉੱਤੇ, ਜਿਹੜਾ ਉਹਨਾਂ ਦਾ ਕੰਮ ਲੰਗਰ ਬਣਾਉਣਾ। ਉਹਦੇ ਮਗਰੋਂ ਸਰਵ ਕਰਨ ਵਾਲੇ ਬੰਦੇ ਵੱਖਰੇ, ਉਹਦੇ ਮਗਰੋਂ ਜਿਹੜੇ ਫਿਰ ਕਮੇਟੀਆਂ ਬਣਦੀਆਂ ਨੇ, ਉਹ ਕਮੇਟੀਆਂ ਜਿਹੜੀਆਂ ਆਪਣੇ ਰੰਗ ਲਿਆਉਂਦੀਆਂ ਨੇ, ਜਿਹੋ ਜਿਹੇ ਰੰਗ ਲਿਆਉਣੇ ਹੁੰਦੇ ਨੇ। ਜਿਹੜੇ ਬੱਚੇ ਨੇ ਜੰਮੇ ਹੋਏ, ਸਾਡੇ ਬੱਚੇ ਜੰਮੇ ਹੁੰਦੇ ਨੇ ਜਦ ਵਿਦੇਸ਼ਾਂ ਦੇ ਵਿੱਚ, ਸਾਡੇ ਵੱਲੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਵੀ ਇੱਕ ਤਾਂ ਇਹਨਾਂ ਨੂੰ ਪੰਜਾਬੀ ਨਾਲ ਜੋੜੀਏ। ਅਸੀਂ ਪੰਜਾਬੀ, ਅਸੀਂ ਘਰਾਂ ਚ ਬੋਲਦੇ ਹਾਂ ਪੰਜਾਬੀ, ਬੋਲਣ ਲਾਲ ਵੀ ਲੈਂਦੇ ਹਾਂ, ਪੜ੍ਹਨੀ ਤਾਂ ਲਿਖਣੀ ਤਾਂ ਸਾਡੇ ਵੱਸ ਦੀ ਗੱਲ ਨੀ, ਨਾ ਉਹਨਾਂ ਦੇ ਵੱਸ ਦੀ ਗੱਲ। ਫਿਰ ਅਸੀਂ ਗੁਰੂ ਘਰਾਂ ਚ ਜ਼ਰੂਰ ਐਤਵਾਰ ਨੂੰ ਲੈ ਕੇ ਜਾਂਦੇ ਹਾਂ, ਜਾਂ ਗੁਰੂ ਘਰਾਂ ਦੇ ਵਿੱਚ ਐਤਵਾਰ ਨੂੰ ਲੈ ਕੇ ਜਾਂਦੇ ਹਾਂ, ਉੱਥੇ ਲੰਗਰ ਪ੍ਰਥਾ ਦੇਖ ਕੇ ਪਾਠ, ਉਹਨਾਂ ਨੂੰ ਸਮਝ ਨਹੀਂ ਆਉਂਦਾ, ਕਿਸੇ ਨੂੰ ਵੀ ਨਹੀਂ ਆਉਂਦਾ, ਮੇਰਾ ਖਿਆਲ ਸਾਨੂੰ ਵੀ ਘੱਟੇ ਆਉਂਦਾ। ਪਹਿਲੀ ਲਾਈਨ ਇਹ ਸਮਝਦੇ ਆ, ਜਿਹੜੀ ਕੀਰਤਨ ਕਰਦੇ ਸਮੇਂ ਪਹਿਲੀ ਲਾਈਨ ਭਾਈ ਸਾਹਿਬ ਬੋਲ ਦਿੰਦੇ ਨੇ, ਉਹ ਤਾਂ ਸਾਡੇ ਦਿਮਾਗ ਚ ਵੱਸ ਜਾਂਦੀ ਹੈ, ਬਾਕੀ ਸ਼ਬਦ ਸਾਡੇ ਦਿਮਾਗ ਤੋਂ ਬਾਹਰ ਇਹ ਹੁੰਦਾ। ਕੋਈ ਭਾਈ ਜਿਹੜਾ ਉਹਦੀ ਜਿਹੜੀ ਕਥਾ ਦੇ ਵਿੱਚ, ਕਥਾ ਦੇ ਰਾਹੀਂ ਉਹਨਾਂ ਦੀ ਸ਼ਬਦਾਂ ਦੀ ਜਿਹੜੀ ਹੈ ਉਹ ਸਮਝਾ ਦਿੰਦਾ ਹਰ ਗੱਲ ਵੀ ਗੁਰੂ ਨੇ ਕੀ ਕਿਹਾ ਸੀ। ਪਰ ਮੋਸਟਲੀ ਜਿਹੜੇ ਵੱਡੇ ਕੀਰਤਨੀਆਂ ਹੁੰਦੇ ਨੇ ਸਮਝਾਉਣ ਦੀ ਘੱਟ, ਉਹ ਤਾਂ ਚੰਗੇ ਰਾਗਾਂ ਦੇ ਵਿੱਚ ਕੀਰਤਨ ਕਰਕੇ ਤੁਰ ਜਾਂਦੇ ਨੇ। ਸੋ ਉਹਦੇ ਮਗਰੋਂ ਅਸੀਂ ਲੰਗਰ ਛਕ ਕੇ ਚਾਹ ਪਾਣੀ ਪਕੌੜੇ ਪਕੂੜੇ ਖਾ ਕੇ ਮੁੜ ਆਉਂਦੇ ਹਾਂ। ਫਿਰ ਅਜਿਹਾ ਸਮਾਂ ਵੀ ਆਉਂਦਾ ਗਿੱਲ ਸਾਹਿਬ ਜਦੋਂ ਉੱਥੇ ਲੜਾਈਆਂ ਝਗੜੇ ਵੀ ਹੁੰਦੇ ਨੇ, ਕਿਰਪਾਨਾਂ ਵੀ ਚੱਲਦੀਆਂ ਨੇ, ਫਿਰ ਉਹਦੇ ਵਿੱਚ ਇੱਕ ਅਜਿਹਾ ਸਮਾਂ ਵੀ ਹੁੰਦਾ ਫਿਰ ਜਦੋਂ ਕੀਰਤਨ ਤੋਂ ਮਗਰੋਂ, ਭੋਗ ਪੈਣ ਤੋਂ ਮਗਰੋਂ, ਲੰਗਰ ਛਕਣ ਤੋਂ ਮਗਰੋਂ ਲੇਡੀਜ਼ ਆਪਣੀਆਂ ਵੱਖਰੀਆਂ ਬਹਿ ਕੇ ਜਿਵੇਂ ਨਾ ਇੱਕ ਜੁੰਡਲੀ ਬਣਾ ਲੈਂਦੀਆਂ ਨੇ, ਉਹ ਚੁਗਲੀਆਂ ਵੀ ਕਰਦੀਆਂ ਨੇ ਸਾਰਿਆਂ ਦੇ ਪਰਦੇ, ਜਿਹੜੇ ਬੰਦੇ ਹੁੰਦੇ ਨੇ ਉਹ ਵੀ ਕਸਰ ਨਹੀਂ ਛੱਡਦੇ, ਮੇਰੇ ਵਰਗੇ ਅਸੀਂ ਵੀ ਉੜਾ ਦਿੰਦੇ ਆ ਫੱਕੀਆਂ,
फलाने दा धिमका ओ बंदा इदा ओ बंदा इदा। बच्चे जदों सारियां गल्लां देखदे ने ओ घरे आके पुछदे ने भी फिर असीं अगले एतवार फिर कह दिंदे चलो बच्चों तैयार हो जाओ फटाफट चलो गुरुद्वारे चल। ओ कहिंदे नहीं डैडी मैं नहीं जाणा। अच्छा भी तू क्यों नहीं जाना भाई? कहना मैं तो सत्त छे दिन स्कूल च रहा मैं तो सौण दो। अच्छा गल की है गुरुद्वारे जाना चाहिए तू सिख है पंजाबी है? कहना मैनू अजिहे पंजाबियां ते सिखां दी लोड़ नहीं। असि क्या की गल? मैं क्या न्याणे नू की हो गया अज? कहना तुसी उत्थे जाके फ्री दी रोटी खान जाने हो? आई बोलदे ने बच्चे साडे। कहना उत्थे जाके चुगलियां कर दे, मम्मी बकरियां कर दे, तू बकरियां कर दे। जिहड़ी गल तुसी पंजाबी दी गल करदे हो तुसी अपनियां गल्लां करदे हुंदे हो, कीर्तन दे विच ध्यान नहीं हुंदा, बाहर बैठे हुंदे हो, जे अंदर भी चले जाने हो भज के बाहर नू आउण नू तैयारी करदे हुंदे हो। कहिंदे भी सानू नहीं लगदा भी सिखां दा इही किरदार होना चाहिए, साडे समझ नहीं आउंदी भी असीं जांदे कदे लई आ। इह बच्चे ने जिहड़े बहुत सच्चे हुंदे ने, सच्ची गल कह दिंदे ने। अज कल दे बच्चे थोनू चंगी लगे माड़ी लगे। जी गल साहब बिल्कुल, मैं जी गल तो दसी उही जेड़ा उठे, क्योंकि जेडे उठे जमे पड़े ने दिल्ली के जेडे लोग ने दूजी कम्यूनिटी के नाम संबंध रखते ने, वह जो कि आए गुरुद्वारे जाते हैं तो वह जेड़ा उन्होंने उठे रंग देखा सी ये रंग उदू वक्रा, सो इस करके ही वह बड़े हैरान होंगे ने। ਦਵਾੜਾ ਜੀ ਸੱਚੀ ਗੱਲ ਤਾਂ ਇਹ ਆ ਵੀ ਜਿਹੜੇ ਉੱਥੇ ਕਈ ਲੋਕ ਹੁਣ ਦਾ ਬੜਾ ਪ੍ਰਚਾਰ ਮਤਲਬ ਜਿਹੜਾ ਮੀਡੀਆ ਉਹ ਇਸ ਗੱਲ ਤੇ ਬੜਾ ਜ਼ੋਰ ਲਾਉਣ ਲੱਗਿਆ ਜੀ ਦਿੱਲੀ ਦੇ ਲੋਕ ਬੜੇ ਔਖੇ ਨੇ, ਤੇ ਉਹਨਾਂ ਨੂੰ ਇਹ ਵੀ ਪੁੱਛਿਆ ਸਵਾਲ ਵੀ ਤੁਸੀਂ ਕਿੰਨੇ ਕੁ ਔਖੇ ਹੋ? ਕਹਿੰਦੇ ਇਹ ਤਾਂ ਪੂਰਾ ਨੀ ਔਖੇ, ਸਾਨੂੰ ਇਹ ਵਿਚਾਰੇ ਕੀ ਕਹਿੰਦੇ ਨੇ? ਇਹ ਤਾਂ ਆਪਣੇ ਇੱਥੇ ਬੈਠੇ ਨੇ, ਕਿਸੇ ਨੂੰ ਕੁਛ ਕਹਿੰਦੇ ਨੀ। ਹਾਂ ਸਰਕਾਰ ਨੂੰ ਬੰਦਾ ਚੰਗਾ ਬੋਲਦੇ ਆ ਤੂੰ ਬੋਲੀ ਜਾਣ, ਸਰਕਾਰ ਨਾਲ ਇਹ ਨਜਿੱਠਣ, ਸਰਕਾਰ ਇਹਨਾਂ ਨਾਲ ਨਜਿੱਠੇ, ਸਾਡਾ ਤਾਂ ਇਹਨਾਂ ਦੇ ਵਿਚਾਰੇ ਨੇ ਕੁਛ ਨੀ ਵਿਗਾੜਿਆ ਹੈ। ਤੇ ਲੋਕ ਸਭ ਹਮਦਰਦੀ ਕਰਦੇ ਨੇ, ਕੋਈ ਪਾਣੀ ਦੀਆਂ ਬੋਤਲਾਂ ਦੇ ਰਿਹਾ, ਕੋਈ ਖਾਲੀ ਪਲੇਟਾਂ ਭੇਜਦਾ ਵਾ, ਕੋਈ ਕੱਪੜੇ ਭੇਜੀ ਜਾਂਦਾ, ਤੇ ਕੋਈ ਸਾਬਣ ਤੇਲ ਕੋਈ ਹੋਰ ਇਸ ਤਰ੍ਹਾਂ ਦੀਆਂ ਰੇਖਾ ਚੀਜ਼ਾਂ। ਥੋੜਾ ਜੀ ਜਿਹੜੇ ਲੋਕੀ ਇੱਥੋਂ ਰਾਸ਼ਨ ਲੈ ਕੇ ਜਾਏ ਨੇ ਨਾ ਆਪਣੇ ਨਾਲ, ਕੋਈ 6 ਮਹੀਨੇ ਦਾ, ਕੋਈ 4 ਮਹੀਨੇ ਦਾ, ਕੋਈ 2 ਮਹੀਨੇ ਦਾ, ਉਹ ਸਾਰੇ ਕਿਸਾਨ ਇਹ ਵੀ ਕਹਿੰਦੇ ਨੇ ਵੀ ਅਸੀਂ ਆਪਦੇ ਵਾਲਾ ਤਾਂ ਹਜੇ ਖੋਲਿਆ ਹੀ ਨੀ, ਹਾਂਜੀ ਸਾਨੂੰ ਤਾਂ ਇੱਥੋਂ ਹੀ ਮਿਲੀ ਜਾਂਦਾ। ਉਹ ਕਹਿੰਦੇ ਜਿਹੜਾ ਸਾਡੇ ਵਾਲਾ ਅਸੀਂ ਘਰੋਂ ਲਿਆਏ ਸੀ ਉਹ ਤਾਂ ਉਵੇਂ ਹੀ ਪਿਆ ਵਾ ਹਜੇ। ਤੇ ਇਸ ਕਰਕੇ ਮਤਲਬ ਇਹ ਜਿਹੜਾ ਕਿਸਾਨੀ ਮੋਰਚੇ ਦਾ ਨਵਾਂ ਰੰਗ ਹੈ ਇਹਨੇ ਬਹੁਤ ਸਾਰੀਆਂ ਨਵੀਆਂ ਤਰਕਤਾਂ ਪਾਈਆਂ ਨੇ, ਤੇ ਬੜਾ ਕੁਛ ਦੇਖਣ ਨੂੰ ਮਿਲਿਆ ਦਿੱਲੀ ਦੇ ਲੋਕਾਂ ਨੂੰ। ਪੰਜਾਬ ਦਾ ਇਹ ਰੰਗ ਕਦੇ ਨੀ ਸੀ ਦੇਖਿਆ ਉਹਨਾਂ ਨੇ ਜਿਹੜਾ ਉਹਨਾਂ ਨੂੰ ਹੁਣ ਦੇਖਣ ਨੂੰ ਮਿਲਿਆ। ਸੋ ਕੱਲ ਜਿੱਥੇ ਇਹ ਸਭ ਕੁਛ ਹੋਇਆ ਤੇ ਉੱਥੇ ਕਈ ਧਰਨੇ ਦੀਆਂ ਵੱਖਰੀ ਕਿਸਮ ਦੀਆਂ ਵੰਨਗੀਆਂ ਵੀ ਹੈਗੀਆਂ ਨੇ। ਤੁਹਾਡਾ ਜੀ ਹਰਿਆਣੇ ਦਾ ਇੱਕ ਕਿਸਾਨ ਗੱਡਾ ਜੋੜ ਕੇ ਤੁਰ ਪਿਆ, ਉਹ 3 ਦਿਨਾਂ ਚ ਪਹੁੰਚਿਆ ਧਰਨੇ ਵਾਲੀ ਥਾਂ ਤੇ ਗੱਡਾ ਲੈ ਕੇ, ਬਲਦ ਜੋੜ ਕੇ ਗੱਡਾ ਲੈ ਕੇ ਤੁਰ ਪਿਆ। ਤੇ ਉਹ ਗੱਡੇ ਦੇ ਉੱਤੇ ਉਹਨੇ ਸਮਾਨ ਵੀ ਰੱਖਿਆ ਸੀਗਾ, ਆਪਦੇ ਨੀਲੇ ਕੱਪੜੇ ਜੁੱਤੇ ਰੱਖੇ ਸੀਗੇ, ਤੇ ਨਹਾਉਣ ਧੋਣ ਦਾ ਸਮਾਨ ਵੀ ਉੱਤੇ ਰੱਖਿਆ ਸੀ। ਉਹ ਰਾਹ ਚ ਉਹ ਜਦੋਂ ਪੁੱਛਿਆ ਵੀ ਰਾਹ ਚ ਬੰਨਦਾ ਰਹੇ ਜਦੋਂ ਪੱਠੇ ਪੁੱਠੇ, ਉਹ ਕੋਲ ਪੱਠੇ ਨੇ, ਕਹਿੰਦਾ ਕੀ ਸ਼ਮੀ ਗੱਲ, ਜਿਹੜੇ ਮਰਜ਼ੀ ਦੋ। ਕਹਿੰਦਾ ਜਦੋਂ ਝੰਡਾ ਲੱਗਿਆ ਦੇਖਦੇ ਸੀ, ਕਹਿੰਦਾ ਫਿਰ ਗੱਡੇ ਦੇ ਉੱਤੇ, ਕਹਿੰਦਾ ਜਿਹੜੇ ਸ਼ਰਤਾਂ ਦੇ ਕੰਨਿਆਂ ਦੇ ਉੱਤੇ, ਕਹਿੰਦਾ ਕਿਸਾਨ ਨੇ ਉਹ ਤਾਂ ਆਪ ਲਿਆ ਕੇ ਭਰੀ ਕੱਢਦੇ, ਮੇਰੀ ਪੂਰੇ ਯਾਰ ਚੱਕੋ ਪੱਠੇ ਪਾਓ। ਤੇ ਇਹਨੂੰ ਇੱਕ ਗੁਰਪ੍ਰੀਤ ਤੇ ਹਰਪ੍ਰੀਤ ਨਾਂ ਦੇ ਦੋ ਮੁੰਡੇ ਜਿਹੜੇ ਨੇ ਥੋੜਾ ਜਿਹਾ ਮੋਹਾਲੀ ਨੂੰ ਪੈਦਲ ਹੀ ਹੋਵੇ ਦਿੱਲੀ ਨੂੰ। ਅੱਛਾ ਜਲਦੀ ਲੋਕਾਂ ਦੇ ਹੌਸਲੇ ਦੀ ਗੱਲ ਦੇਖੋ, ਗੁਰਪ੍ਰੀਤ ਤੇ ਹਰਪ੍ਰੀਤ ਦੋ ਮੁੰਡੇ ਨੇ ਮੋਹਾਲੀ ਦੇ ਨੇ, ਉਹ ਆਪਣਾ ਜੱਥਾ ਲੈ ਕੇ ਪੈਦਲ ਹੀ ਤੁਰ ਪਏ ਤੇ 5 ਦਿਨਾਂ ਚ ਦਿੱਲੀ ਪਹੁੰਚੇ। ਤੇ ਉਹਨਾਂ ਦਾ ਵੀ ਇਸ ਤਰ੍ਹਾਂ ਦਾ ਹੀ ਐਕਸਪੀਰੀਅੰਸ ਆ। ਹਾਂ ਉਹ ਵੀ ਕਹਿੰਦੇ ਵੀ ਰਾਹ ਚ ਨਾ ਸਾਨੂੰ ਕਿਤੇ ਰੋਟੀ ਦੀ, ਨਾ ਸਾਨੂੰ ਕਿਤੇ ਰਹਿਣ ਦੀ, ਨਾ ਕਿਤੇ ਸੌਣ ਦੀ, ਨਾ ਪੈਣ ਦੀ ਕਿਤੇ ਦਿੱਕਤ ਹੀ ਨੀ ਆਈ ਹੈ। ਬਥੇਰੇ ਥਾਂ ਤੇ ਕਹਿੰਦੇ ਸਾਨੂੰ ਟਰਾਲੀਆਂ ਵਾਲੇ ਵੀ ਮਿਲੇ, ਉਹ ਕਈ ਵਾਰੀ ਕਹਿੰਦੇ ਸੀ ਵੀ ਯਾਰ ਤੁਰੇ ਕਿਉਂ ਜਾਂਦੇ ਸਾਡੇ ਨਾਲ ਬਹਿ ਜਾਓ, ਪਰ ਉਹ ਕਹਿੰਦੇ ਵੀ ਅਸੀਂ ਵੀ ਦਿੱਤਿਆ ਹੋਇਆ ਸੀਗਾ ਵੀ ਜਿਵੇਂ ਲੋਕ ਅਮਰਨਾਥ ਦੀ ਯਾਤਰਾ ਤੇ ਜਾਂਦੇ ਵੀ ਪੈਦਲ ਹੀ ਜਾਣਾ, ਕਈ ਲੋਕ ਮਾਤਾ ਦੇ ਸੁੱਖਿਆ ਹੁੰਦਾ ਵੀ ਮੈਂ ਪੈਦਲ ਜਾਣਾ, ਉਹ ਕਹਿੰਦੇ ਅਸੀਂ ਮਿਥਿਆ ਹੋਇਆ ਸੀ, ਸੁੱਖਿਆ ਤਾਂ ਨੀ ਉਹਨਾਂ ਨੇ ਸ਼ਬਦ ਵਰਤਿਆ, ਕਹਿੰਦੇ ਅਸੀਂ ਮਿਥਿਆ ਹੋਇਆ ਸੀ ਵੀ ਧੁਰ ਤੱਕ ਪੈਦਲ ਹੀ ਜਾਣਾ, ਰਾਹ ਚ ਕਾਸੇ ਤੇ ਨੀ ਚੜ੍ਹਨਾ। ਤੇ ਕਹਿੰਦੇ ਵੀ ਅਸੀਂ ਕਾਸੇ ਤੇ ਨੀ ਚੜ੍ਹੇ, ਸਾਨੂੰ ਪਹੁੰਚਣ ਨੂੰ ਦਿਨ ਤਾਂ 5 ਲੱਗੇ, ਪਰ ਬੜੀ ਹਿੰਮਤ ਦੀ ਗੱਲ ਤੁਹਾਡਾ ਜੀ। ਤੇ ਇਸੇ ਹਿੰਮਤ ਦਾ ਹੀ ਨਤੀਜਾ ਵੀ ਕੱਲ ਜਿਹੜੇ ਕਿਸਾਨ ਧਿਰਾਂ ਤੇ ਸਰਕਾਰ ਦੀ ਧਿਰ ਦੋਨੋਂ ਧਿਰਾਂ ਨੇ ਕੱਲ ਵੱਖਰੀਆਂ ਵੱਖਰੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ। ਅੱਗੇ ਜਿਹੜੀ ਸਰਕਾਰੀ ਧਿਰ ਆ ਉਹ ਪ੍ਰੈਸ ਕਾਨਫਰੰਸ ਨੀ ਕਰਦੀ ਹੁੰਦੀ, ਜਦੋਂ ਕਿਤੇ ਉਹ ਕਿਤੇ ਮੀਟਿੰਗ ਚੋਂ ਬਾਹਰ ਨਿਕਲਦੇ ਨੇ ਉੱਥੇ ਪੱਤਰਕਾਰ ਘੇਰ ਲੈਂਦੇ ਨੇ ਮੰਤਰੀ ਨੂੰ ਜਾਂ ਹੋਰ ਉਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤਾਂ ਉਹ ਜ਼ਰੂਰ ਕਰਦੇ। ਫੋਨ ਖੜਕਦਾ ਗੱਲ ਸਾਹਿਬ ਪਬਲਿਕ ਤੁਹਾਡਾ ਫੋਨ ਖੜਕ ਰਿਹਾ ਕਿਤੇ ਹੋ ਰਿਹਾ? ਅੱਛਾ ਨਹੀਂ ਮੇਰਾ ਨੀ ਕਰਦਾ ਜੀ, ਤਾਂ ਕਿਤੇ ਹੋ ਰਿਹਾ। ਓਕੇ ਓਕੇ ਮੇਰਾ ਨੀ।
ਮੇਰਾ ਫੋਨ ਤਾਂ ਜੀ ਮੈਂ ਗੱਲ ਘੁੱਟ ਦਿੰਦਾ ਵਾ ਜਦੋਂ ਤੁਹਾਡੇ ਨਾਲ, ਮੇਰਾ ਫੋਨ ਤਾਂ ਜਮੇ ਨੀ ਬੋਲ ਸਕਦਾ ਜੀ ਜੀ ਜੀ। ਹਾਂ ਆਪਾਂ ਨੂੰ ਬੋਲਣ ਜੋਗਾ ਛੱਡਦੇ ਹੀ ਨੀ। ਤੇ ਤੁਹਾਡਾ ਜੀ ਕੱਲ ਜਿਹੜਾ ਪਬਲਿਕ ਇਨਫੋਰਮੇਸ਼ਨ ਬਿਊਰੋ ਜਿਹੜਾ ਵਿਭਾਗ ਆ ਜਿਹਦਾ ਉਹ ਜਾਵੜੇਕਰ ਸਾਹਿਬ ਜੀ ਦੇ ਜਾਵੜੇਕਰ ਉਹ ਜਿਹਦੇ ਮੰਤਰੀ ਨੇ ਉਸ ਬੈਂਕਵੇ ਦੇ ਪਲੇਟਫਾਰਮ ਤੋਂ ਕੱਲ ਪਿਊਸ਼ ਗੋਇਲ ਤੇ ਤੋਮਰ ਸਾਹਿਬ ਨੇ ਜਿਹੜੇ ਨਰਿੰਦਰ ਤੋਮਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਲੰਬੀ ਚੌੜੀ ਪ੍ਰੈਸ ਕਾਨਫਰੰਸ ਕੀਤੀ। ਉਹਦੇ ਚ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਬਾਰੇ ਦੱਸਿਆ, ਹੋਰ ਬੜਾ ਕੁਛ ਕਿਹਾ ਤੇ ਇਹ ਵੀ ਕਿਹਾ ਵੀ ਕਿਸਾਨ ਸਾਨੂੰ ਬੜਾ ਫਿਕਰ ਲੱਗਿਆ ਹੋਇਆ ਵੀ ਕਿਸਾਨ ਠੰਡ ਚ ਬੈਠੇ ਨੇ, ਪ੍ਰਧਾਨ ਮੰਤਰੀ ਮੋਦੀ ਬਾਹਲਾ ਫਿਕਰ ਕਰੀ ਜਾਂਦੇ ਨੇ ਤਾਂ ਫਿਕਰ ਸੁੱਕੇ ਪਏ ਨੇ ਹੈਂ ਵੀ ਕਿਸਾਨ ਇੰਨੇ ਦਿਨਾਂ ਦੇ ਬੈਠੇ ਨੇ, ਮੌਸਮ ਵੀ ਖਰਾਬ ਆ, ਕੋਵਿਡ ਦਾ ਵੀ ਹੈਗਾ ਤੇ ਉਹ ਅਜਿਹੀਆਂ ਗੱਲਾਂ ਕੱਲ ਕਰਦੇ ਸੀ। ਪਰ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਦੌਰਾਨ ਹੀ ਇਹ ਗੱਲ ਵੀ ਸਾਹਮਣੇ ਆ ਗਈ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਵੀ ਇਹ ਜਿਹੜਾ ਤੁਹਾਡਾ ਕਾਨੂੰਨ ਆ ਜਿਹਨੂੰ ਖੇਤੀ ਕਾਨੂੰਨ ਕਿਹਾ ਜਾ ਰਿਹਾ ਵੀ ਤਿੰਨ ਖੇਤੀ ਕਾਨੂੰਨ, ਇਹਦੇ ਚ ਖੇਤੀ ਵਾਲੀ ਗੱਲ ਤਾਂ ਕਈਆਂ ਚ ਲੱਭਦੀ ਹੋਈ ਨੀ ਹੈਗੀ। ਇਹਦੇ ਤਾਂ ਫਿਰ ਉਹ ਮੰਨ ਗਏ ਕੱਲ ਦੋਨੋਂ ਮੰਤਰੀ ਇਸ ਗੱਲ ਨੂੰ, ਕਿਉਂਕਿ ਇਹਨਾਂ ਕੋਲ ਵਣਜ ਦਾ ਮਹਿਕਮਾ ਵੀ ਆ ਪਿਊਸ਼ ਗੋਇਲ ਕੋਲੇ, ਉਹ ਮੰਨ ਗਏ ਇਹ ਤਾਂ ਅਸੀਂ ਵਪਾਰੀਆਂ ਲਈ ਬਣਾਏ ਨੇ ਕਾਨੂੰਨ ਕਿਉਂਕਿ ਵਪਾਰ ਦੀ ਗੱਲ ਆ। ਤੇ ਕੱਲ ਫਿਰ ਇਹ ਸਵਾਲ ਬਲਵੀਰ ਸਿੰਘ ਰਾਜੇਵਾਲ ਨੇ ਵੀ ਚੱਕਿਆ, ਉਹ ਕਹਿੰਦੇ ਵੀ ਜਿਹੜਾ ਕਿਸਾਨ ਹੈ ਉਹ ਤਾਂ ਮੰਡੀ ਚ ਆਪਣੀ ਗਿਣਸ ਵੇਚਣ ਆਉਂਦਾ, ਵਪਾਰ ਕਰਨ ਨਹੀਂ ਆਉਂਦਾ, ਉਹ ਤਾਂ ਆਪਦੀ ਗਿਣਸ ਵੇਚ ਕੇ ਜਾਂਦਾ। ਵਪਾਰੀ ਤਾਂ ਉਹ ਆ ਜਿਹਨੇ ਪਹਿਲਾਂ ਸਸਤੇ ਭਾਅ ਖਰੀਦਣੀ ਆ, ਬਾਅਦ ਚ ਉਹੀ ਚੀਜ਼ ਮਹਿੰਗੇ ਭਾਅ ਵੇਚਣੀ ਆ, ਤੇ ਕਿਸਾਨ ਤਾਂ ਸਿਰਫ ਤੇ ਸਿਰਫ ਮੰਡੀ ਦੇ ਵਿੱਚ ਆਪਣੀ ਗਿਣਸ ਵੇਚਣ ਲਈ ਆਉਂਦਾ, ਇਸ ਕਰਕੇ ਉਹ ਤਾਂ ਵੇਚਣ ਵਾਲਾ ਵਾ ਤੇ ਵਪਾਰ ਤਾਂ ਉਹ ਕਰਦਾ ਨੀ ਗਾ ਕਿਸਾਨ ਉੱਥੇ। ਤਾਂ ਇਹ ਸਾਰੀ ਗੱਲਬਾਤ ਦੇ ਵਿੱਚ ਕੱਲ੍ਹ ਗੱਲ ਸਾਬਤ ਹੋ ਗਈ ਤੇ ਉਹਨਾਂ ਨੇ ਮੰਨ ਲਿਆ ਵੀ ਹਾਂ ਜਿਹੜੇ ਕਾਨੂੰਨ ਸੀ ਇਹ ਕਿਸਾਨਾਂ ਲਈ ਨਹੀਂ ਬਣੇ ਹੈ, ਇਹ ਵਪਾਰੀਆਂ ਦਾ ਭਾਵ ਅਡਾਨੀਆਂ ਤੇ ਅੰਬਾਨੀਆਂ ਲਈ ਬਣੇ। ਸੋ ਇਹ ਜਿਹੜੀਆਂ ਗੱਲਾਂ ਸੀ ਇਹਨਾਂ ਨੇ ਕੱਲ ਸਰਕਾਰ ਦਾ ਕਾਫੀ ਹੱਦ ਤਾਈ ਹੀਜ ਪਿਆਜ ਨੰਗਾ ਦਿੱਤਾ। ਔਰ ਕੱਲ ਫਿਰ ਕਿਸਾਨਾਂ ਨੇ ਇੱਕ ਵੱਡਾ ਸਵਾਲ ਜਿਹੜਾ ਕਿਹਾ, ਉਹਨਾਂ ਨੇ ਮੀਡੀਆ ਦੇ ਲੋਕਾਂ ਨੂੰ ਕਿਹਾ ਵੀ ਘੱਟੋ ਘੱਟ ਤੁਸੀਂ ਸਰਕਾਰ ਨੂੰ ਇਹ ਜ਼ਰੂਰ ਪੁੱਛੋ, ਉਹ ਵਾਰ ਵਾਰ ਕਹਿੰਦੇ ਨੇ ਵੀ ਅਸੀਂ ਇਹ ਕਿਸਾਨਾਂ ਦੇ ਭਲੇ ਲਈ ਬਣਾਏ ਨੇ, ਕਿਸਾਨਾਂ ਦੇ ਫਾਇਦੇ ਲਈ ਬਣਾਏ ਨੇ, ਕਿਸਾਨਾਂ ਦਾ ਜ਼ਿੰਦਗੀ ਸੁਧਰ ਜਾਣੀ ਆ, ਕਿਸਾਨਾਂ ਦੀ ਤਾਂ ਪੌਂ ਬਾਰਾਂ ਹੋ ਜਾਣੀਆਂ ਨੇ, ਮੋਦੀ ਜੀ ਵੀ ਕਹਿੰਦੇ ਨੇ, ਗ੍ਰਹਿ ਮੰਤਰੀ ਵੀ ਕਹਿੰਦੇ, ਸਾਰੇ ਲੱਗੇ ਹੋਏ ਨੇ ਇਸ ਗੱਲ ਦੇ ਉੱਤੇ। ਉਹ ਕਹਿੰਦੇ ਵੀ ਅਸੀਂ ਕਹਿੰਦੇ ਹਾਂ ਵੀ ਸਾਨੂੰ ਇਹਦੀ ਲੋੜ ਨਹੀਂ ਹੈ, ਸਾਡੇ ਲਈ ਇਹ ਚੰਗੇ ਨਹੀਂ ਹੈ ਕਾਨੂੰਨ। ਉਹ ਕਹਿੰਦੇ ਵੀ ਤੁਸੀਂ ਸਰਕਾਰ ਨੂੰ ਘੱਟੋ ਘੱਟ ਐਂ ਤਾਂ ਪੁੱਛ ਲਓ ਵੀ ਜੇ ਕਾਨੂੰਨ ਰੱਦ ਹੋ ਜਾਣ ਸਰਕਾਰ ਨੂੰ ਨੁਕਸਾਨ ਕੀ ਹੁੰਦਾ ਇਹਦੇ ਨਾਲ। ਗੱਲ ਸਾਹਿਬ ਇੱਥੇ ਇੱਕ ਪੰਗਾ ਹੋਰ ਬੜਾ ਜਾਇਜ਼, ਬਿਲਕੁਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬੇਸ਼ੱਕ ਇਹ ਜਿਹੜੇ ਕਾਨੂੰਨ ਨੇ ਇਹ ਬਣੇ ਤਾਂ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਸੀ, ਪ੍ਰਧਾਨ ਮੰਤਰੀ ਸੀ ਸਾਡੇ ਆਪਣੇ ਸਰਦਾਰ ਮਨਮੋਹਨ ਸਿੰਘ, ਉਹ ਨੀ ਵਿੱਤ ਮੰਤਰੀ ਹੁੰਦੇ ਸੀ, ਉਦੋਂ ਤੋਂ ਸ਼ੁਰੂ ਹੋਇਆ। ਪਰ ਮੈਨੂੰ ਇੱਕ ਗੱਲ ਦਾ ਪਤਾ ਲੱਗਾ ਕਿ ਜਿਹੜੀ ਵਿਸ਼ਵ ਵਪਾਰ ਸੰਸਥਾ ਹੈਗੀ ਆ ਦੁਨੀਆਂ ਦੀ, ਉਹਨੇ 2013 ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਭਾਰਤ ਸਰਕਾਰ ਨੂੰ ਖੇਤੀ ਖੇਤਰ ਨੂੰ ਖੁੱਲੀ ਬਾਜ਼ਾਰ ਵਿਵਸਥਾ ਦੇ ਵਿੱਚ ਤਬਦੀਲ ਕਰਨ ਦੇ ਲਈ 5 ਸਾਲ ਦੀ ਮੋਹਲਤ ਦਿੱਤੀ ਸੀ। ਇਹਦਾ ਸਿੱਧਾ ਅਰਥ ਸੀ ਕਿ 2018 ਤੱਕ ਭਾਰਤ ਵਿੱਚ ਸਰਕਾਰੀ ਖਰੀਦ ਤੋਂ ਸਭ ਖੇਤੀ ਸਬਸਿਡੀਆਂ ਖਤਮ ਕਰ ਦਿੱਤੀਆਂ ਜਾਣਗੀਆਂ। ਭਾਰਤ ਦੀ ਕਾਰਪੋਰੇਟ ਪੂੰਜੀ ਦੇ ਤੁਰੰਤਰ ਕਾਂਗਰਸ ਦੇ ਡਾਮਾ ਡੋਲ ਰਵੱਈਏ ਤੋਂ ਅੱਕ ਚੁੱਕੇ ਸੀ, ਵੀ ਆਪਾਂ ਨੂੰ ਪਤਾ ਹੈ ਉਹ ਚਾਹੁੰਦੇ ਸੀ ਕਿ ਸਾਰੇ ਪਬਲਿਕ ਸੈਕਟਰ ਜਿੰਨੇ ਵੀ ਨੇ, ਜਿੰਨੇ ਅਦਾਰੇ ਪਬਲਿਕ ਸੈਕਟਰ ਦੇ, ਉਹਨਾਂ ਤੋਂ ਸਮੁੱਚਾ ਖੇਤੀ ਖੇਤਰ ਉਹਨਾਂ ਨੂੰ ਸੌਂਪਿਆ ਜਾਵੇ, ਪਬਲਿਕ ਸੈਕਟਰ ਦਾ ਸਾਰਾ ਕੁਝ। ਇਸ ਲਈ ਉਹਨਾਂ ਭਾਰਤੀ ਜਨਤਾ ਪਾਰਟੀ ਉੱਤੇ ਦਾਅ ਖੇਡਣ ਦਾ ਫੈਸਲਾ ਕਰਿਆ, ਜਤਾਇਆ ਵੀ, ਆਪਣਾ ਫੰਡ ਵੀ ਦਿੱਤਾ, ਵੱਧ ਤੋਂ ਵੱਧ ਆਪਣੀਆਂ ਥੈਲੀਆਂ ਜਿਹੜੀਆਂ ਉਹਨਾਂ ਦੇ ਮੂੰਹ ਵੀ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਲਈ ਲਾ ਦਿੱਤੇ ਤੇ 2014 ਚ ਭਾਜਪਾ ਸੱਤਾ ਵਿਚ ਆ ਵੀ ਗਈ ਸੀ। ਪਰ ਜੇ ਦੇਖਿਆ ਜਾ ਕੇ ਨਰਿੰਦਰ ਮੋਦੀ ਨੇ ਸ਼ਾਂਤਾ ਕੁਮਾਰ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਸੀ, ਇਹ ਕਮੇਟੀ ਸਿਫਾਰਿਸ਼ ਕੀਤੀ ਕਿ ਐਫ ਸੀ ਆਈ ਦੀ ਖਰੀਦ ਹੌਲੀ 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 ਕਰਕੇ ਖਤਮ ਕਰ ਦੋ, ਖੇਤੀ ਬਾਜ਼ਾਰ ਨੂੰ ਖੁੱਲੇ ਬਾਜ਼ਾਰ ਵਿਚ ਤਬਦੀਲ ਕਰ ਦੋ, ਕਿਉਂਕਿ ਨਰਿੰਦਰ ਮੋਦੀ ਸਰਕਾਰ ਦੇ ਕੋਲ ਕੱਲਿਆਂ ਬਹੁਮਤ ਨਹੀਂ ਸੀ ਉਦੋਂ, ਪਰ 2019 ਤੋਂ ਮਗਰੋਂ ਬਹੁਮਤ ਵੀ ਆ ਗਿਆ ਰਾਜ ਸਭਾ ਦੋਹੇ ਪਾਸੇ, ਹੁਣ ਖੁੱਲੀਆਂ ਖੇਡਾਂ ਨੇ ਜਿਵੇਂ ਮਰਜ਼ੀ ਕਰਨ। ਇਹ ਬਿਲਕੁਲ ਠੀਕ ਆ ਗੱਲ ਤੁਹਾਡੀ, ਕੋਈ ਇਹਦੇ ਚ ਮਤਲਬ ਅਤਕਥਨੀ ਨਹੀਂ ਹੈ, ਔਰ ਕੋਈ ਵੀ ਇਹਦੇ ਚ ਗੱਲ ਜਿਹੜੀ ਆ
ਉਹ ਕੋਈ ਛੁਪੋਈ ਨਹੀਂ ਗਈ। ਇਹ ਬਿਲਕੁਲ ਸਹੀ ਗੱਲ ਆ, ਜਿਹੜੀਆਂ 92 ਦੇ ਵਿੱਚ ਮਨਮੋਹਨ ਸਿੰਘ ਵਿੱਤ ਮੰਤਰੀ ਹੁੰਦੇ ਹੋਏ ਨੀਤੀਆਂ ਲੈ ਕੇ ਆਏ ਸੀ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ, ਤੇ ਉਸ ਗੈਰ ਸਮਝੌਤੇ ਦਾ ਹਿੱਸਾ ਬਣਿਆ ਸੀ ਭਾਰਤ, ਇਹ ਉਹਦਾ ਹੀ ਨਤੀਜਾ ਵਾ। ਪਰ ਇਹ ਵੀ ਗੱਲ ਤੁਹਾਡੀ ਠੀਕ ਆ ਵੀ ਕਿਉਂਕਿ UPA 1 UPA 2 ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਜਿਹੜੀ 10 ਸਾਲ ਰਹੀ ਆ ਉਹਦੇ ਵਿੱਚ ਵੀ ਇਹਨਾਂ ਕੋਲੇ ਕਿਉਂਕਿ ਬਹੁਮਤ ਹੈ ਨਹੀਂ ਸੀ ਰਾਜ ਸਭਾ ਦੇ ਵਿੱਚ ਵੀ, ਰਾਜ ਸਭਾ ਦੇ ਵਿੱਚ ਬਿਲਕੁਲ ਬਹੁਮਤ ਨਹੀਂ ਸੀਗਾ, ਤੇ ਉੱਥੇ ਇਹਨਾਂ ਨੂੰ ਦਿੱਕਤਾਂ ਆਉਂਦੀਆਂ ਸੀਗੀਆਂ। ਤੇ ਇਹ ਜਿਹੜੇ ਜਿਹਨੂੰ ਸੁਧਾਰ ਕਿਹਾ ਜਾ ਰਿਹਾ ਵਾ ਤੇ ਅਸੀਂ ਉਹਨੂੰ ਵਿਗਾੜ ਕਹਿੰਦੇ ਹਾਂ, ਤੇ ਇਹ ਜਿਹੜੇ ਸੁਧਾਰਾਂ ਦੇ ਕਾਨੂੰਨ ਸੀ ਉਹਨੂੰ ਸਲੋ ਸਪੀਡ ਨਾਲ ਹੌਲੀ ਹੌਲੀ ਕਰਕੇ ਲਾਗੂ ਕਰ ਰਹੇ ਸੀ, ਜਿਹਦੇ ਕਰਕੇ ਜਿਹੜੀ ਵਿਸ਼ਵ ਵਪਾਰ ਸੰਸਥਾ ਉਹ ਬੜੀ ਨਾਰਾਜ਼ ਸੀ ਇਸ ਗੱਲ ਦੇ। ਔਰ ਦੁਨੀਆਂ ਦੇ ਜਿਹੜੇ ਸਾਮਰਾਜੀ ਮੁਲਕ ਨੇ ਜਿਹਨਾਂ ਚ ਅਮਰੀਕਾ ਵੀ ਮੋਢੀ ਆ, ਇਹ ਸਾਰੇ ਮੁਲਕ ਵੀ ਇਸ ਗੱਲ ਨੂੰ ਨਾਰਾਜ਼ ਸੀ ਵੀ ਭਾਰਤ ਜਿਹੜੀ ਰਿਫੋਰਮ ਦੀ ਸਪੀਡ ਆ ਉਹ ਤੇਜ਼ ਕਿਉਂ ਨੀ ਕਰਦਾ, ਤੇ ਮਨਮੋਹਨ ਸਿੰਘ ਸਲੋ ਸਪੀਡ ਨਾਲ ਹੌਲੀ 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 ਕਰਕੇ ਲੱਗਿਆ ਹੋਇਆ ਸੀ। ਇਹ ਗੱਲ ਵੀ ਠੀਕ ਆ ਜਿਹੜੀ ਹੁਣ ਨਰਿੰਦਰ ਮੋਦੀ ਵੀ ਕਹਿ ਰਿਹਾ, ਤੋਮਰ ਵੀ ਕਹਿ ਰਿਹਾ ਤੇ ਪਿਊਸ਼ ਗੋਇਲ ਵੀ ਕਹਿ ਰਿਹਾ, ਤੇ ਵਿੱਤ ਮੰਤਰੀ ਜਿਹੜਾ ਸੀਤਾਰਮਨ ਨੇ ਵੀ ਇਹ ਗੱਲ ਕਹੀ ਆ, ਤੇ ਉਹ ਜਿਹੜਾ ਅਮਿਤ ਸ਼ਾਹ ਉਹਨੇ ਵੀ ਇਹ ਗੱਲ ਕਹੀ ਆ, ਤੇ ਜਿਹੜਾ ਕਾਨੂੰਨ ਮੰਤਰੀ ਆ ਰਵੀ ਸ਼ੰਕਰ ਪ੍ਰਸਾਦ ਉਹਨੇ ਤਾਂ ਠੋਕ ਵਜਾ ਕੇ 2 ਪ੍ਰੈਸ ਕਾਨਫਰੰਸਾਂ ਕਰਕੇ ਕਿਹਾ ਵੀ ਇਹ ਕਾਨੂੰਨ ਦੀ ਪ੍ਰਸਤਾਵ ਤਾਂ ਕਾਂਗਰਸ ਵਾਲੇ ਦੇ ਨੇ, ਅੱਜ ਕਾਂਗਰਸ ਇਸ ਤੋਂ ਮੁੱਕਰ ਰਹੀ ਆ, ਇਹ ਗੱਲਾਂ ਉਹਨਾਂ ਦੀਆਂ ਬਿਲਕੁਲ ਜਾਇਜ਼ ਨੇ। ਪਰ ਜੇ ਕਾਨੂੰਨ ਕਾਂਗਰਸ ਪਾਸ ਕਰਦੀ ਤਾਂ ਸ਼ਾਇਦ ਉਦੋਂ ਵੀ ਏਦਾਂ ਹੀ ਮੋਰਚਾ ਲੱਗਦਾ, ਕਿਉਂਕਿ ਜਿੱਦਾਂ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਗਿੱਲ ਸਾਹਿਬ, ਇਹਨਾਂ ਨੂੰ ਵਾਪਸ ਲੈਣਾ ਪਿਆ ਸੀ ਕਾਨੂੰਨ, ਉਹ ਕਰ ਨਹੀਂ ਸਕੇ ਸੀ, ਵਾਪਸ ਲੈਣਾ ਪਿਆ ਸੀ, ਪਰ ਇਹਨਾਂ ਨੇ ਵਾਪਸ ਲੈ ਲਿਆ ਸੀ। ਅੱਜ ਦੀ ਸਰਕਾਰ ਅੜੀ ਹੋਈ ਆ ਵਾਪਸ ਲੈਣ ਨੂੰ ਤਿਆਰ ਨਹੀਂ। ਬਿਲਕੁਲ, ਜਿਹੜਾ ਜਿਹੜਾ UPA 1 ਸੀ ਉਹਦੇ ਚ ਤਾਂ ਕਿਉਂਕਿ ਖੱਬੀ ਧਿਰ ਦੀ ਸਪੋਰਟ ਬਿਨਾ ਕੋਈ ਵੀ ਕਾਨੂੰਨ ਪਾਸ ਨਹੀਂ ਸੀ ਹੋ ਸਕਦਾ, ਤੇ ਉਹਨਾਂ ਨੇ ਕਾਨੂੰਨ ਪਾਸ ਹੋਣ ਹੀ ਨਹੀਂ ਸੀ ਦਿੱਤਾ, ਤੇ ਉਹਨੂੰ ਲਿਆਉਣ ਵੀ ਨਹੀਂ ਸੀ ਦਿੱਤਾ। ਪਰ ਜਦੋਂ UPA 2 ਆ ਗਈ ਤਾਂ ਉਦੋਂ ਇਹਨਾਂ ਨੇ ਯਤਨ ਕੀਤੇ, ਪਰ ਉਹਨਾਂ ਯਤਨਾਂ ਨੂੰ ਵੀ ਪੂਰ ਨਹੀਂ ਪਿਆ, ਕਿਉਂਕਿ ਬਹੁਤੀ ਵਾਰੀ ਆ ਕੇ ਰਾਜ ਸਭਾ ਦੇ ਵਿੱਚ ਡਿੱਗ ਜਾਂਦੇ ਸੀ ਕਾਨੂੰਨ। ਇੱਥੋਂ ਤੱਕ ਵੀ ਜਿਹੜਾ ਟਰਾਂਸਪੋਰਟ ਵਾਲਾ ਜਿਹੜਾ ਕਾਨੂੰਨ ਸੀ, ਜਿਹੜਾ ਮੋਟਰ ਵਹੀਕਲ ਐਕਟ, ਉਹ ਵੀ 2 ਵਾਰ ਉਹਨੂੰ ਉਦੋਂ ਮਤਲਬ ਡਿੱਗਿਆ ਤੇ ਨਹੀਂ ਸਿਰੇ ਚੜ ਸਕਿਆ। ਇੱਕ ਵਾਰ ਲੋਕ ਸਭਾ ਚ ਪਾਸ ਵੀ ਕਰਾ ਦੇ ਸੀ ਪਰ ਰਾਜ ਸਭਾ ਦੇ ਵਿੱਚ ਆ ਕੇ ਫੇਰ ਡਿੱਗ ਪਿਆ ਸੀ। ਤੇ ਇੱਧਰ BJP ਜਦੋਂ ਪਹਿਲੀ ਟਰਮ ਦੇ ਵਿੱਚ ਆਈ ਤਾਂ ਪਹਿਲੀ ਟਰਮ ਦੇ ਵਿੱਚ ਇਹਨਾਂ ਦਾ ਵੀ ਜਿਹੜਾ ਟਰਾਂਸਪੋਰਟ ਵਾਲਾ ਐਕਟ ਸੀਗਾ ਉਹ ਸਿਲੈਕਟ ਕਮੇਟੀ ਨੂੰ ਭੇਜਤਾ ਸੀ ਰਾਜ ਸਭਾ ਨੇ, ਤੇ ਮੁੜ ਕੇ ਦੁਬਾਰਾ ਫਿਰ ਜਦੋਂ 19 ਦੇ ਵਿੱਚ ਇਹ ਦੁਬਾਰਾ ਬਣ ਕੇ ਆਏ ਤਾਂ ਫਿਰ ਇਹਨਾਂ ਨੇ ਉਹ ਠੋਕ ਵਜਾ ਕੇ ਜਿਹੜਾ ਕਾਨੂੰਨ ਸੀ ਉਹ ਪਾਸ ਕੀਤਾ, ਤੇ ਐਨ ਹਿੱਕ ਤੇ ਗੋਡਾ ਤਰਕੇ ਹੁਣ ਵੀ ਬਿਲਕੁਲ ਇਸੇ ਤਰੀਕੇ ਨਾਲ, ਕਿਉਂਕਿ ਜਿਹੜਾ ਇਹਨਾਂ ਨੇ ਮਾਲ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਹਾਂ ਵੀ ਭਾਈ ਜਿਹਦਾ ਖਾਈਏ ਉਹਦੇ ਗੁਣ ਗਾਈਏ, ਤੇ ਹੁਣ ਫਿਰ ਜਿਹਨਾਂ ਤੋਂ ਆਹ ਥੈਲੀਆਂ ਲਈਆਂ ਨੇ ਚੋਣਾਂ ਜਿੱਤਣ ਵਾਸਤੇ ਜਾਂ ਜਿਹਨਾਂ ਨੇ ਕਰੋੜਾਂ ਅਰਬਾਂ ਰੁਪਈਆ ਇਹਨਾਂ ਦੀ ਚੋਣਾਂ ਦੇ ਉੱਤੇ ਲਾਇਆ ਤੇ ਇਹਨਾਂ ਨੂੰ ਗੱਦੀ ਦੇ ਉੱਤੇ ਬਿਠਾਇਆ। ਕੱਲ ਮੈਂ ਇੱਕ ਜਿਹੜਾ ਹਾਸਰਸ ਕਵੀ ਆ ਸੰਪਤ ਸਰ, ਉਹਨਾਂ ਦੀ ਇੱਕ ਕਵਿਤਾ, ਉਹਨਾਂ ਦਾ ਇੱਕ ਪ੍ਰੋਗਰਾਮ ਦੇਖ ਰਿਹਾ ਸੀ ਤੇ ਉਹਨੇ ਵੀ ਇਹ ਗੱਲ ਕਹੀ ਵੀ ਇਹ ਤਾਂ ਨਾ ਕੁਛ 5-7 ਕਾਰਪੋਰੇਟ ਘਰਾਣੇ ਨੇ, ਉਹ ਜਿੰਨੀ ਕੁ ਚਾਬੀ ਕਿਸੇ ਨੂੰ ਦੇ ਦਿੰਦੇ ਨੇ ਉਹ ਓਨਾ ਹੀ ਚੱਲਦਾ, ਮਨਮੋਹਨ ਸਿੰਘ ਨੂੰ ਜਿੰਨੀ ਕੁ ਚਾਬੀ ਦਿੱਤੀ ਸੀ ਉਹ ਓਨਾ ਕੁ ਚੱਲ ਗਿਆ, ਤੇ ਜਦੋਂ ਫਿਰ ਉਹਦੀ ਵਾਲੀ ਚਾਬੀ ਮੁੱਕ ਗਈ ਤਾਂ ਹੁਣ ਜਿੰਨੀ ਕੁ ਮੋਦੀ ਸਾਹਿਬ ਨੂੰ ਚਾਬੀ ਦਿੱਤੀ ਆ ਉਹ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਹੀ ਚੱਲ ਰਿਹਾ। ਇਹ ਟੀਮਿੰਗ ਚੱਲਣਾ ਇਹਦੇ ਵਿੱਚ ਥੋੜਾ ਹੋਰ ਇੱਕ ਹੋਰ ਵਾਧਾ ਕਰ ਦਾਂਗੇ ਇਹਦੇ ਵਿੱਚ। ਦੇਖੋ ਆਪਾਂ ਨੂੰ ਪਹਿਲਾਂ ਇਹ ਗੱਲ ਦਾ ਪਤਾ ਨਹੀਂ ਸੀ, ਕਿਸੇ ਪੰਜਾਬੀ ਨੇ ਸੋਚਿਆ ਨਹੀਂ ਸੀ ਪੰਜਾਬ ਦੇ ਵਿੱਚ, ਮੇਰਾ ਮੈਨੂੰ ਨਹੀਂ ਪਤਾ 4-5 ਤਾਂ ਘੱਟ ਤੋਂ ਘੱਟ ਹੋਣੇ ਨੇ ਇਹ ਜਿਹੜੇ ਸਿੱਲੋ ਗੋਦਾਮ ਬਣਾਏ ਸੀ, ਕੋਈ ਕਿਤੇ ਸਿੱਲੋ ਗੋਦਾਮ ਬਣਾ ਤੇ ਵੀ ਇਹ ਜਿਹੜੀ ਇਹ ਭੰਡਾਰ ਹੈ ਫੂਡ ਦਾ ਰੱਖਣ ਦਾ ਇੱਕ ਸਾਧਨ ਬਣਾਇਆ ਹੋਇਆ, ਉਹ ਇਹਨਾਂ ਹੀ ਕਾਰਪੋਰੇਟ ਘਰਾਣਿਆਂ ਦੀ ਦੇਣ ਸੀ ਉਹ। ਪਹਿਲਾਂ ਇਹਨਾਂ ਨੇ ਉਹ ਜ਼ਮੀਨਾਂ ਖਰੀਦੀਆਂ ਉਹ ਭੰਡਾਰ ਬਣਾਏ, ਉਸ ਤੋਂ ਮਗਰੋਂ ਫਿਰ ਕੇਂਦਰ ਸਰਕਾਰ ਨੇ ਸਪੈਸ਼ਲੀ ਗਡਕਰੀ ਜੀ ਨੇ ਉਹਨਾਂ ਏਰੀਆ ਦੇ ਵਿੱਚ ਰੇਲਵੇ ਲਾਈਨਾਂ ਵਿਛਾ ਦਿੱਤੀਆਂ ਸਿੱਧੀਆਂ ਉੱਥੇ ਤੱਕ ਜਾਣ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਹੁਣ ਜਦੋਂ ਇੱਥੋਂ ਤੱਕ ਪਤਾ ਲੱਗ ਗਿਆ ਕਿ ਸੈਂਟਰ ਸਰਕਾਰ ਕਿੰਨੀ ਨੇੜੇ ਤੌਰ ਤੇ ਇਹਨਾਂ ਦੇ ਨਾਲ ਮਿਲੀ ਹੋਈ ਹੈ, ਰੇਲਵੇ ਲਾਈਨਾਂ ਵਿਛਾਉਣ ਦੇ ਵਿੱਚ ਵੀ 1-2 ਮਿੰਟ ਲਾਉਂਦੀ ਹੈ, ਜਿੱਥੇ ਜਿੱਥੇ ਗੋਦਾਮ ਬਣਾਉਣ ਜਿਹੜੇ ਤਰੀਕੇ ਨਾਲ ਬਹੁਤ ਹੀ ਵਿਉਂਤਬੰਦੀ ਦੇ ਨਾਲ ਇਹ ਰਲ ਮਿਲ ਕੇ ਚੱਲ ਰਹੇ ਸੀ। ਹੁਣ ਜਿਹੜਾ ਪੰਗਾ ਪੈ ਰਿਹਾ ਉਦੋਂ ਕਿਸਾਨਾਂ ਨੂੰ ਪਤਾ ਨਹੀਂ ਲੱਗਿਆ, ਉਹਨਾਂ ਦੀ ਮਹਿੰਗੇ ਮੁੱਲ ਦੇ ਵਿੱਚ ਜ਼ਮੀਨ ਲੈ ਗਈ 5-10 ਏਕੜ 20 ਏਕੜ 50 ਏਕੜ ਜਿੰਨੇ ਚੋਂ ਗੋਦਾਮ ਬਣੇ, ਕਿਸ ਤਰੀਕੇ ਨਾਲ ਉਹਨਾਂ ਨੇ ਬਣਾਏ, ਫਿਰ ਰੇਲਵੇ ਲਾਈਨਾਂ ਵਿਛਾਈਆਂ,
ਕਿਵੇਂ ਉਹਨਾਂ ਨੂੰ ਜ਼ਮੀਨਾਂ ਦੇ ਭਾਅ ਦਿੱਤੇ ਗਏ, ਕਿਸਾਨ ਖੁਸ਼ ਹੋ ਗਏ। ਪਰ ਜਿਹੜੇ ਆਹ ਦਿਨ ਆਏ ਨੇ, ਸ਼ਾਇਦ ਕਿਸਾਨਾਂ ਨੂੰ ਉਦੋਂ ਪਤਾ ਨਹੀਂ ਸੀ ਵੀ ਸਾਡੇ ਨਾਲ ਆਹ ਵੀ ਬਣਨੀ ਹੈ ਸਾਰੀ ਚੀਜ਼ ਦੀ। ਪੈਸੇ ਤਾਂ ਅਸੀਂ ਲੈ ਲਏ, ਵਧੀਆ ਸਾਰਾ ਕੁਝ ਹੋ ਗਿਆ ਜੀ। ਬਿਲਕੁਲ, ਕੱਲ ਰਾਜੇਵਾਲ ਸਾਹਿਬ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਨੇ ਉਸੇ ਸੈਕਸ਼ਨ 33 ਦਾ ਜ਼ਿਕਰ ਕੀਤਾ ਵੀ ਇਹ ਜਿਹੜਾ ਕਾਨੂੰਨ ਆ ਇਹ ਕਿਸਾਨਾਂ ਲਈ ਨਹੀਂ ਹੈ, ਇਹ ਵਣਜ ਤੇ ਵਪਾਰ ਲਈ ਆ ਤੇ ਵਪਾਰ ਕਿਸਾਨ ਨਹੀਂ ਕਰਦਾ, ਉਹ ਅਡਾਨੀ ਤੇ ਅੰਬਾਨੀ ਕਰਦੇ ਨੇ। ਉਹ ਸੈਕਸ਼ਨ 33 ਦੇ ਵਿੱਚ ਪਹਿਲੇ ਕਾਨੂੰਨ ਦੇ ਵਿੱਚ ਲਿਖਿਆ। ਤੇ ਮੈਂ ਹੁਣ ਇਹ ਅਗਲੀ ਗੱਲ ਵੀ ਤੁਹਾਨੂੰ ਸਾਫ਼ ਕਰਦੇ ਹਾਂ ਵੀ ਜਿਵੇਂ ਸਰਕਾਰ ਬਾਰ ਬਾਰ ਦਾਅਵੇ ਕਰਦੀ ਆ ਵੀ ਜਿਵੇਂ ਉਹਨਾਂ ਨੇ ਅੱਜ ਦਾ ਹੁਣ ਬਣਾ ਕੇ ਇਹਨਾਂ ਨੂੰ ਪ੍ਰਪੋਜ਼ਲ ਭੇਜੀ ਆ ਸਰਕਾਰ ਨੇ ਕਿਸਾਨਾਂ ਨੂੰ, ਉਹਦੇ ਵਿੱਚ ਕਿਹਾ ਵੀ ਜਿਹੜੀ ਉਹ ਜ਼ਮੀਨ ਦੀ ਕੁਰਕੀ ਵਾਲੀ ਗੱਲ ਆ ਉਹ ਕਿਸਾਨ ਗਲਤ ਪ੍ਰਚਾਰ ਕਰਦੇ ਨੇ। ਕੁਰਕੀ ਵਾਲੀ ਤਾਂ ਗੱਲ ਕਾਨੂੰਨ ਦੇ ਵਿੱਚ ਹੀ ਲਿਖੀ ਹੋਈ ਆ ਵੀ ਕੁਰਕੀ ਨਹੀਂ ਹੋ ਸਕਦੀ, ਪਰ ਮੈਂ ਹੁਣ ਮੇਰੇ ਸਾਹਮਣੇ ਐਕਟ ਪਿਆ ਵਾ ਤੁਹਾਡਾ ਜੀ, ਉਸ ਐਕਟ ਦੇ ਵਿੱਚ ਸੈਕਸ਼ਨ 14 ਦੇ ਵਿੱਚ ਬੜਾ ਸਾਫ਼ ਸਾਫ਼ ਲਿਖਿਆ ਵੀ ਜਿਹੜੀ ਇਹ ਦੀਵਾਲੀ ਡਿਗਰੀ ਆ ਜਿਹੜੀ ਇਹ SDM ਲੈਵਲ ਦੇ ਉੱਤੇ ਇਹਦਾ ਫੈਸਲਾ ਹੋਊਗਾ ਤੇ SDM ਜਿਹੜਾ ਉਹ ਡਿਗਰੀ ਕਰ ਸਕਦਾ ਵਾ, ਤੇ ਇਹ ਡਿਗਰੀ ਦੀ ਲਾਗੂ ਹੋਣੀ ਆ ਉਹ ਜਿਹੜੀ CPC ਜਿਹਨੂੰ ਅਸੀਂ ਕਹਿੰਦੇ ਹਾਂ ਸਿਵਲ ਪ੍ਰੋਸੀਜਰ ਕੋਡ, ਉਹ ਜਿਹੜਾ CPC ਆ ਦੀਵਾਨੀ ਜਾਬਤਾ ਨਿਯਮਾਂ ਬਵੀ, ਉਹਦੇ ਮੁਤਾਬਕ CPC 1908 ਉਹਦੇ ਮੁਤਾਬਕ ਇਹ ਕੀਤੀ ਜਾਣੀ ਹੈ। ਤੇ ਇਹਦੇ ਵਿੱਚ ਤਾਂ ਬੜਾ ਸਾਫ਼ ਸਾਫ਼ ਲਿਖਿਆ ਹੋਇਆ ਵਾ ਵੀ ਕੁਰਕੀ ਹੋ ਸਕਦੀ ਆ ਤੇ ਫਿਰ ਝੂਠ ਕਿਉਂ ਬੋਲਦੀ ਆ ਸਰਕਾਰ। ਹਾਂ, ਇਹ ਗੱਲ ਠੀਕ ਆ ਬਈ ਇਹਨਾਂ ਨੇ ਸੈਕਸ਼ਨ 15 ਦੇ ਵਿੱਚ ਇੱਕ ਲਾਈਨ ਜ਼ਰੂਰ ਲਿਖਤੀ ਆ ਬਈ ਕੁਰਕੀ ਜ਼ਮੀਨ ਦੀ, ਖੇਤੀਬਾੜੀ ਜ਼ਮੀਨ ਦੀ ਕੁਰਕੀ ਨਹੀਂ ਹੋ ਸਕਦੀ। ਪਰ ਤੁਹਾਡਾ ਜੀ ਅਦਾਲਤੀ ਦਾਅਵੇ ਜਿਹੜੇ ਨੇ ਉਹ ਇਹਨਾਂ ਨੂੰ ਪਤਾ ਨੀ ਨਾ ਹੈ, ਕਿਉਂਕਿ ਉਹਦੇ ਚ ਲਿਖਿਆ ਖੇਤੀ ਜੋ, ਪਰ ਉਹਦੇ ਚ ਨਾਲ ਇਸ ਗੱਲ ਦੀ ਖੁੱਲ ਵੀ ਆ ਵੀ ਜਿੱਥੇ ਫਾਰਮ ਹਾਊਸ ਬਣਿਆ ਹੋਇਆ ਵਾ ਜਿੰਨੇ ਵਿਆਹਾਂ ਸ਼ਾਦੀਆਂ ਲਈ ਬਣੇ ਨੇ ਉਹ ਫਾਰਮ ਹਾਊਸ ਹੀ ਨੇ ਨਾ ਕਹਿਣ ਨੂੰ ਤਾਂ ਜੀ। ਤੋ ਇਸ ਕਰਕੇ ਤੇ ਮਤਲਬ ਤੁਸੀਂ ਕਿਸੇ ਇੱਕ ਸੈਕਸ਼ਨ ਨੂੰ ਦੂਜੇ ਕਾਨੂੰਨ ਦੂਜੀ ਸੈਕਸ਼ਨ ਦੇ ਨਾਲੋਂ ਤੋੜ ਕੇ ਵੱਖਰੇ ਤੌਰ ਤੇ ਨਹੀਂ ਪੜ੍ਹ ਸਕਦੇ। ਜਦੋਂ ਵਕੀਲਾਂ ਨੇ ਉੱਥੇ ਘੁੰਡੀਆਂ ਕੱਢਣੀਆਂ ਨੇ ਤਾਂ ਉਦੋਂ ਫਿਰ ਖੇਤ ਚ ਪਾਏ ਹੋਏ ਕੋਠੇ ਨੂੰ ਵੀ ਤੁਹਾਡੇ ਨੂੰ ਫਾਰਮ ਹਾਊਸ ਸਾਬਤ ਕਰ ਦੇਣਗੇ ਬੜੇ ਆਰਾਮ ਨਾਲ। ਸੋ ਇਸ ਕਰਕੇ ਇਹ ਢੰਗ ਚਾਹੇ ਕੋਈ ਵਰਤਿਆ ਜਾਵੇ ਤੁਹਾਡਾ ਜੀ, ਇਹ ਅਸਲ ਚ ਕਾਰਪੋਰੇਟ ਦੇ ਜ਼ਮੀਨਾਂ ਦੇ ਉੱਤੇ ਕਬਜ਼ੇ ਲਈ ਹਥਿਆਰ ਨੇ। ਉਹ ਕਬਜ਼ਾ ਭਾਵੇਂ ਧੱਕੇ ਨਾਲ ਹੋਵੇ, ਫਰੇਮ ਕਰਕੇ ਕੀਤਾ ਜਾਵੇ, ਜਾਂ ਫਿਰ ਕਾਨੂੰਨ ਦੇ ਆਸਰੇ ਨਾਲ ਕੀਤਾ ਜਾਵੇ, ਮਨੋਰਥ ਇੱਕੋ ਇੱਕ ਹੈ, ਜ਼ਮੀਨ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ। ਇਹ ਜਿਹੜੀ ਗੱਲ ਆ ਇਹ ਕੱਲ ਬੜੀਆਂ ਸਾਫ਼ ਤੌਰ ਤੇ ਰਾਜੇਵਾਲ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਹੀ ਸਪਸ਼ਟ ਕੀਤੀਆਂ ਨੇ। ਤੇ ਕੱਲ ਤੁਹਾਡਾ ਜੀ ਜਿਹੜੀਆਂ ਕਿਸਾਨ ਧਿਰਾਂ ਨੇ ਉਹਨਾਂ ਨੇ ਕੱਲ ਕੁਛ ਨਵੇਂ ਸੱਦੇ ਵੀ ਦਿੱਤੇ ਨੇ, ਉਹ ਸੱਦੇ ਦਿੱਤੇ ਨੇ ਵੀ ਆਉਣ ਵਾਲੇ ਦਿਨਾਂ ਚ ਅਸੀਂ ਕੀ ਕਰਨਾ। ਜਿਹੜਾ ਮੰਤਰੀ ਤੋਮਰ ਆ ਤੇ ਪਿਊਸ਼ ਗੋਇਲ ਆ ਉਹਨਾਂ ਨੇ ਕੱਲ ਬੜੀ ਫਿਕਰਮੰਦੀ ਜ਼ਾਹਰ ਕੀਤੀ ਵੀ ਦੇਖੋ ਜੀ ਅਸੀਂ ਤਾਂ ਇਹਨਾਂ ਦੇ ਮੂਹਰੇ ਪ੍ਰਸਤਾਵ ਵੀ ਰੱਖਤੇ, ਅਸੀਂ ਤਾਂ ਹੁਣ ਲਿਖ ਕੇ ਵੀ ਭੇਜਤਾ, ਇਹਨਾਂ ਨੂੰ ਸਾਰਾ ਕੁਛ ਅਸੀਂ ਕਰਤਾ, ਪਰ ਕਿਸਾਨ ਫਿਰ ਵੀ ਅੜੇ ਹੋਏ ਨੇ, ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਤੇ ਅਸੀਂ ਹੁਣ ਉਹਦਾ ਕੀ ਕਰੀਏ, ਐਂ ਕੀ ਕਰੀਏ, ਉਹ ਕੀ ਕਰੀਏ। ਸੋ ਇਹੋ ਜਿਹੀਆਂ ਗੱਲਾਂ ਉਹ ਕਰਦੇ ਨੇ ਤੁਹਾਡਾ ਜੀ। ਪਰ ਕੱਲ ਕਿਸਾਨ ਧਿਰਾਂ ਨੇ ਸਾਫ਼ ਕਰਤਾ ਵੀ ਪਿਛਲੇ ਤਕਰੀਬਨ 2.5-3 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਰੇਲਾਂ ਬੰਦ ਕੀਤੀਆਂ ਹੋਈਆਂ ਸੀਗੀਆਂ, ਪਰ ਜਦੋਂ ਆਹ ਜਦੋਂ ਸਮਝੌਤੇ ਵਾਲੀ ਗੱਲ ਚੱਲੀ ਤਾਂ ਜਦੋਂ 2 ਮੀਟਰਾਂ ਹੋਈਆਂ ਤੇ ਉਸ ਤੋਂ ਬਾਅਦ ਰੇਲ ਟਰੈਕ ਤੋਂ ਧਰਨੇ ਜਿਹੜੇ ਸੀ ਹਟਾ ਕੇ ਉੱਥੇ ਨੇੜੇ ਦੇ ਪਾਰਕਾਂ ਦੇ ਵਿੱਚ ਲਾ ਤੇ, ਪਰ ਧਰਨੇ ਅੱਜ ਵੀ ਚੱਲਦੇ ਨੇ। ਪਰ ਕੱਲ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਸਰਕਾਰ ਦਾ ਰਵੱਈਆ, ਸਾਨੂੰ ਇਹ ਲੱਗਦਾ ਵੀ ਉਹ ਜਿਹੜੇ ਪਾਰਕਾਂ ਦੇ ਵਿੱਚ ਲੱਗੇ ਧਰਨੇ ਨੇ ਉਹ ਮੁੜ ਕੇ ਫਿਰ ਟਰੈਕ ਤੇ ਆਉਣਗੇ, ਪਰ ਇੱਥੇ ਉਹ ਇਹ ਸਾਫ਼ ਕਰਤੀ ਗੱਲ ਕੱਲ ਜਿਹੜਾ ਬੂਟਾ ਸਿੰਘ ਗੁਰਜਗਲ ਤੇ ਜਿਹੜੇ ਦੂਜੇ ਨਾਲ ਬੈਠੇ ਹੋਰ ਕਿਸਾਨ ਆਗੂ ਸਾਥੀ ਸੀਗੇ ਉਹਨਾਂ ਨੇ ਕੱਲ ਇਹ ਗੱਲ ਸਾਫ਼ ਕਰਤੀ ਵੀ ਹੁਣ ਕਿਤੇ ਆਏ ਨਾ ਸੋਚਿਓ ਵੀ ਪੰਜਾਬ ਦੇ ਕਿਸਾਨ ਹੀ ਇਕੱਲੇ ਰੇਲ ਟਰੈਕ ਤੇ ਆ ਕੇ ਬੈਠਣਗੇ, ਹੁਣ ਹਰਿਆਣੇ ਵਾਲੇ ਵੀ ਬੈਠਣਗੇ ਤੇ ਸਾਰੇ ਦੇਸ਼ ਦੇ ਵਿੱਚ ਬੈਠਣਗੇ। ਗਿੱਲ ਸਾਹਿਬ ਸਾਰੇ ਦੇਸ਼ ਦੇ ਟਰੈਕ ਜਿਹੜੇ ਇੱਥੇ ਤੁਸੀਂ ਗੱਲ ਹਰਿਆਣੇ ਦੀ ਤਾਂ ਜੀ ਹਰਿਆਣੇ ਦੀ ਗੱਲ ਕੀਤੀ ਹੈ, ਮੇਰੇ ਕੋਲ ਇੱਕ ਖਬਰ ਬੜੀ ਵਧੀਆ ਪਈ ਹੈ। ਮਰਿੰਡੇ ਤੋਂ ਜੱਥਾ ਚੱਲਿਆ ਕਿਸਾਨਾਂ ਦਾ ਸਿੰਘੂ ਬਾਰਡਰ ਦੇ ਲਈ, ਉਹ ਚੱਲਿਆ, ਚਲੋ ਬੱਸ ਫੜੀ ਜਿਵੇਂ ਫੜੀ ਜਿੱਥੇ ਮਰਜ਼ੀ ਗਏ, ਸੋਨੀਪਤ ਪਹੁੰਚ ਕੇ ਉਹਨਾਂ ਨੇ ਆਟੋ ਕਰ ਲਿਆ ਉੱਥੇ ਜਾਣ ਲਈ। ਜਦੋਂ ਆਟੋ ਕੀਤਾ ਉਹਦੇ ਵਿੱਚ ਇੱਕ ਕੁੜੀ ਬੈਠੀ ਸੀ, ਕੁੜੀ ਚੰਗੀ ਜੌਬ ਕਰਦੀ ਸੀ, ਵਧੀਆ ਜੌਬ ਤੇ, ਸਰਕਾਰੀ ਜੌਬ ਦੇ ਉੱਤੇ।
ਉਹ ਜਦੋਂ ਕਿਸਾਨਾਂ ਨੂੰ ਨਾਲ ਗੱਲਬਾਤ ਚੱਲੀ, ਉਹ ਕੁੜੀ ਨੇ ਵੀ ਕਿਹਾ ਵੀ ਮੈਂ ਵੀ ਕਿਸਾਨ ਦੀ ਧੀ ਹੈ ਤੇ ਅਸੀਂ ਸਮਰਥਨ ਕਰਦੇ ਹਾਂ ਤੁਹਾਡਾ। ਜਦੋਂ ਪੈਸੇ ਦੇਣ ਲੱਗੇ ਆਟੋ ਵਾਲੇ ਨੂੰ, ਉਹ ਕੁੜੀ ਕਹਿੰਦੀ ਪੈਸੇ ਤੁਸੀਂ ਨੀ ਦਉਗੇ, ਪੈਸੇ ਮੈਂ ਦਉਗੀ। 500-600 ਰੁਪਏ ਦਾ ਬਿੱਲ ਸੀ, ਉਹ ਕੁੜੀ ਨੇ ਉਹਨਾਂ ਦਾ ਬਿੱਲ ਦਿੱਤਾ ਤੇ ਨਾਲ ਇਹ ਵੀ ਕਿਹਾ ਵੀ ਮੇਰਾ ਦਫ਼ਤਰ ਨੇੜੇ ਹੈ, ਕਦੇ ਵੀ ਲੋੜ ਪਵੇ ਮੈਨੂੰ ਆ ਕੇ ਮਿਲ ਲਿਓ, ਆਹ ਮੇਰਾ ਫੋਨ ਨੰਬਰ ਹੈ। ਅੱਗੋਂ ਜਦੋਂ ਗਏ, ਅੱਗੋਂ ਆਟੋ ਵਾਲੇ ਨੇ ਵੀ ਕਹਿਤਾ ਵੀ ਮੈਂ ਤਾਂ ਪੈਸੇ ਲੈਣੇ ਨੀ, ਤੁਸੀਂ ਚੰਗੇ ਕੰਮ ਲਈ ਚੱਲਿਓ। ਗਿੱਲ ਸਾਹਿਬ, ਕਮਾਲ ਦੀਆਂ ਗੱਲਾਂ ਨੇ ਇਹ, ਬਿਲਕੁਲ ਕਿੰਨੀ ਸਾਂਝ ਸਾਡੀ ਵਧੀਆ ਇੱਕ ਦੂਜੇ ਨਾਲ ਇਸ ਕੋਲ ਨੇ, ਚਾਹੇ ਹਰਿਆਣੇ ਦੇ ਪੰਜਾਬ ਦੇ ਵਿੱਚ ਕਿੰਨੀਆਂ ਸਾਡੇ ਆਪਸ ਵਿੱਚ ਇਹ ਗੱਲਾਂ ਕਹੀਆਂ ਗਈਆਂ ਸੀ। ਸਮੇਂ ਸਮੇਂ ਦੇ ਹਿਸਾਬ ਨਾਲ ਸਾਨੂੰ ਵੰਡ ਦਿੱਤਾ ਗਿਆ ਸੀ, ਹਾਲਾਂਕਿ ਇੱਕੋ ਪੰਜਾਬ ਦੇ ਵਾਸੀ ਸੀ ਅਸੀਂ। ਗੱਲ ਅਸੀਂ ਕਰਦੇ ਹਾਂ ਨਾ ਪਾਕਿਸਤਾਨ ਤੇ ਭਾਰਤ ਦੀ, ਵੀ ਸਾਡੇ ਵਿੱਚ ਫਰਕ ਪਾ ਦਿੱਤਾ ਗਿਆ। ਸਾਡੇ ਤਾਂ ਫਰਕ ਹਰਿਆਣੇ ਤੇ ਪੰਜਾਬ ਦੇ ਵਿੱਚ ਵੀ ਪਾ ਦਿੱਤਾ ਗਿਆ ਸੀ। ਇਸ ਘੋਲ ਨੇ ਸਾਨੂੰ ਬਹੁਤ ਨੇੜੇ ਲੈ ਆਂਦਾ ਜੀ। ਤੁਹਾਡਾ ਜੀ, ਤੁਸੀਂ ਇੱਕ ਗੱਲ ਦੇਖੋ, ਤੁਸੀਂ ਇਹ ਤਾਂ ਅਕਸਰ ਹੀ ਹੁੰਦਾ ਸਾਡੇ ਇੱਥੇ ਬਈ, ਉਹ ਤਾਂ ਚਲੋ ਅੱਜ ਕੱਲ ਤਾਂ ਮੈਂ ਦੇਖਿਆ ਬਥੇਰੇ ਪੱਗ ਬੰਨ ਕੇ ਵੀ ਮੁੰਡੇ ਸਿਗਰਟਾਂ ਪੀਂਦੇ ਦੇਖੇ ਨੇ ਮੈਂ, ਉਹ ਚਲੋ ਉਹਨਾਂ ਦੀ ਗਿਣਤੀ ਥੋੜੀ ਘੱਟ ਹੈ, ਜ਼ਿਆਦਾ ਨਹੀਂ ਹੈ, ਤੇ ਉਹ ਵੀ ਚੋਰੀ ਚੋਰੀ ਵਾਲੇ ਹੁੰਦੇ ਨੇ, ਸਾਹਮਣੇ ਖੁੱਲ੍ਹੇਆਮ ਨਹੀਂ ਚੱਲਦਾ। ਪਰ ਸੰਗਰੂਰ ਜ਼ਿਲ੍ਹੇ ਦੇ ਲੋਕ ਖੁੱਲ੍ਹੇਆਮ ਵੀ ਚੱਲਦੇ ਨੇ ਆਮ ਤੌਰ ਤੇ, ਮੈਂ ਦੇਖਦਾ, ਕਿਉਂਕਿ ਉਹ ਹਰਿਆਣੇ ਵਾਲੇ ਪਾਸੇ ਨਾਲ ਲੱਗਦਾ, ਉੱਧਰ ਹਰਿਆਣੇ ਚ ਹੁੱਕਾ ਵੀ ਪੀਂਦੇ ਨੇ, ਉਹ ਤੇ ਸਭ ਕੁਝ ਕਰਦੇ ਨੇ। ਉਂਝ ਸਾਡੇ ਇੱਥੇ ਇੱਕ ਆਮ ਅਸੀਂ ਧਾਰਨਾ ਦੇਖੀ ਆ ਕਿ ਜਿਹੜੇ ਸਿੱਖ ਪਰਿਵਾਰ ਨੇ ਉਹ ਜਿਹੜੇ ਲੋਕੀ ਹੁੱਕਾ ਪੀਂਦੇ ਨੇ ਜਾਂ ਹੋਰ ਨੇ, ਉਹਨਾਂ ਤੋਂ ਥੋੜਾ ਜਿਹਾ ਗੁਰੇਜ਼ ਕਰਦੇ ਨੇ, ਉਹਨਾਂ ਦੇ ਨਾਲ ਬਹੁਤੀ ਮੇਲ ਜੋਲ ਨਹੀਂ ਰੱਖਦੇ, ਉਹ ਭਾਵੇਂ ਕਰਨ ਪਰ ਉਹਨਾਂ ਨੂੰ ਜੱਪੀਆਂ ਪਾਪਾ ਨਹੀਂ ਮਿਲਦੇ। ਪਰ ਆਹ ਜਿਹੜਾ ਕਿਸਾਨੀ ਘੋਲ ਆ, ਇਹਨੇ ਹੁੱਕੇ ਵਾਲਿਆਂ ਨਾਲ ਜੱਪੀਆਂ ਪਾਏ ਪੁਆਤੀਆਂ ਉੱਥੇ ਸਿੰਘੂ ਬਾਰਡਰ ਤੇ, ਉੱਥੇ ਟਿੱਕਰੀ ਬਾਰਡਰ ਦੇ ਉੱਤੇ, ਤੇ ਹੁਣ ਜਿਹੜੇ ਪੰਜਾਬ ਦੇ ਕਿਸਾਨ ਤੇ ਹਰਿਆਣੇ ਦੇ ਕਿਸਾਨ, ਭਾਵੇਂ ਉਹ ਹੁੱਕਾ ਪੀਂਦੇ ਨੇ, ਪੱਗ ਵੀ ਬੰਨਦੇ ਨੇ, ਇਹ ਇੱਕ ਦੂਜੇ ਨੂੰ ਜੱਫੀਆਂ ਪਾਪਾ ਮਿਲਦੇ। ਕੱਲ ਜਿਹੜੀਆਂ ਉਹ ਬੀਬੀਆਂ ਦਾ ਜੱਥਾ ਬੋਲੀਆਂ ਪਾਉਂਦਾ ਸੀ, ਖੀਰ ਨੇ ਪਾਉਂਦਾ ਸੀ ਤੇ ਹੋਰ ਸਾਰਾ ਕੁਛ ਕਰਦਾ ਸੀ, ਤੇ ਉਹਨਾਂ ਨੇ ਦੱਸਿਆ ਵੀ ਸਾਨੂੰ ਹਰਿਆਣੇ ਦੀਆਂ ਭੈਣਾਂ ਨੇ, ਸਾਨੂੰ ਸਾਡੀਆਂ ਹਰਿਆਣੇ ਦੀਆਂ ਭੈਣਾਂ ਨੇ ਕਿਵੇਂ ਜੱਫੀਆਂ ਪਾ ਪਾ ਕੇ ਨਵਾਜਿਆ, ਕਿਵੇਂ ਸਾਨੂੰ ਘਰਾਂ ਚ ਸੱਦ ਸੱਦ ਕੇ ਲੱਸੀ ਪਿਆਈ, ਸਾਗ ਨਾਲ ਰੋਟੀਆਂ ਖੁਆਈਆਂ, ਤੇ ਕਿਵੇਂ ਸਾਨੂੰ ਨਹਾਉਣ ਧੋਣ ਲਈ ਉਹਨਾਂ ਨੇ ਇੰਤਜ਼ਾਮ ਕਰਕੇ ਦਿੱਤੇ ਨੇ, ਉਹ ਸਾਰੀਆਂ ਗੱਲਾਂ ਕੱਲ ਉਹਨਾਂ ਨੂੰ ਸਾਂਝੀਆਂ ਕੀਤੀਆਂ। ਪਟਵਾਰਾ ਜੀ, ਕਿਸਾਨ ਧਿਰਾਂ ਨੇ 12 ਤਰੀਕ ਨੂੰ ਸਾਰੇ ਦੇਸ਼ ਵਿੱਚ ਟੋਲ ਪਲਾਜ਼ਾ ਫ੍ਰੀ ਕਰਨ ਦਾ ਫੈਸਲਾ ਕਰਤਾ ਵੀ ਕੋਈ ਵੀ ਟੋਲ ਦੇ ਉੱਤੇ ਅਸੀਂ ਪੈਸੇ ਨਹੀਂ ਲੈਣ ਦਿਆਂਗੇ, ਹਰ ਟੋਲ ਪਲਾਜ਼ੇ ਦੇ ਉੱਤੇ ਧਰਨੇ ਲੱਗਣਗੇ। ਤੇ ਜਿਵੇਂ ਪੰਜਾਬ ਦੇ ਵਿੱਚ ਕਾਫੀ ਸਮੇਂ ਤੋਂ ਟੋਲ ਪਲਾਜ਼ੇ ਜਿਹੜੇ ਨੇ ਉਹ ਬੰਦ ਕੀਤੇ ਹੋਏ ਨੇ, ਇਹ ਇੱਕ ਦਿਨ ਵਾਸਤੇ ਸਾਰੇ ਦੇਸ਼ ਚ ਬੰਦ ਕਰਾਂਗੇ, ਤੇ ਰਿਲਾਇੰਸ ਦੇ ਪੰਪ ਟੋਲ ਪਲਾਜ਼ੇ ਇਹ ਸਾਰੇ 12 ਨੂੰ ਬੰਦ ਹੋਣਗੇ, ਤੇ ਉਧਰ 14 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਸਾਹਮਣੇ ਧਰਨੇ ਲੱਗਣੇ ਆ। ਤੇ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਨੇ ਇਹ ਵੀ ਐਲਾਨ ਕਰਤਾ ਵੀ ਹੁਣ ਬੀਜੇਪੀ ਦੇ ਜਿਹੜੇ ਵੱਡੇ ਆਗੂ ਨੇ ਉਹ ਵੀ, ਛੋਟੇ ਆਗੂ ਨੇ ਉਹ ਵੀ, ਚਾਹੇ ਉਹ ਕੇਂਦਰ ਦੇ ਮੰਤਰੀ ਨੇ, ਚਾਹੇ ਉਹ ਛੋਟੇ ਮੰਤਰੀ ਨੇ, ਚਾਹੇ ਵੱਡੇ ਮੰਤਰੀ ਨੇ, ਉਹ ਜਿੱਥੇ ਵੀ ਜਾਣਗੇ ਉਹਨਾਂ ਦਾ ਕਾਲੀਆਂ ਝੰਡੀਆਂ ਦਾ ਸਵਾਗਤ ਹੋਊਗਾ, ਤੇ ਉਹਨਾਂ ਦੇ ਘਰਾਂ ਮੂਹਰੇ ਵੀ ਧਰਨੇ ਲੱਗਣਗੇ, ਤੇ ਉਹਨਾਂ ਨੂੰ ਬਦਲਣਾ ਹੁਣ ਜਿਹੜੀ ਉਹਨਾਂ ਦੀ ਚੈਨ ਆ, ਜਿਹੜੀ ਉਹਨਾਂ ਦੀ ਨੀਂਦ ਸੀ ਉਹ ਹੁਣ ਹਰਾਮ ਕਰਨੀ ਆ, ਇਹ ਉਹਨਾਂ ਨੇ ਫੈਸਲਾ ਕਰ ਲਿਆ। ਸੋ ਇਸ ਕਰਕੇ ਜਿਹੜਾ ਸੰਘਰਸ਼ ਦਾ ਅਗਲਾ ਪੜਾਅ ਹੈ ਤੁਹਾਡਾ ਜੀ, ਇਹ ਬੜਾ ਤਿੱਖਾ ਹੋ ਜਾਏਗਾ, ਜਿਹਦਾ ਐਲਾਨ ਕੱਲ ਕਰ ਦਿੱਤਾ ਗਿਆ, ਤੇ ਉਹਦੀ ਵਿਉਂਤਬੰਦੀ ਵੀ ਕਰ ਦਿੱਤੀ ਆ। ਪਰ ਹਾਲੇ ਰੇਲ ਟਰੈਕ ਦੇ ਉੱਤੇ ਕਿਸਾਨ 9 ਤਰੀਕ ਨੂੰ ਆ ਕੇ ਚੜ ਜਾਣਗੇ, ਇਹ ਤਰੀਕ ਅਜੇ ਐਲਾਨੀ ਨਹੀਂ ਹੈ, ਇਹ ਤਰੀਕ ਲਈ ਉਹ ਸਰਕਾਰ ਦਾ ਮੂੰਹ ਦੇਖਦੇ ਨੇ। ਸਰਕਾਰ ਨੇ ਕੱਲ ਕਿਹਾ, ਜਦੋਂ ਉਹਨਾਂ ਨੂੰ ਪੁੱਛਿਆ ਜਿਹੜੇ ਉਹ ਕੱਕਾ ਜੀ ਨੇ ਕਿਸਾਨ ਆਗੂ, ਜਦੋਂ ਉਹਨਾਂ ਨੂੰ ਪੁੱਛਿਆ ਵੀ ਜੇ ਸਰਕਾਰ ਦੁਆਰਾ ਤੁਹਾਨੂੰ ਕੋਈ ਪ੍ਰਸਤਾਵ ਦੇਵੇ ਤੇ ਉਹ ਤੁਸੀਂ ਉਹਦੇ ਤੇ ਵਿਚਾਰ ਕਰੋਗੇ, ਉਹਨਾਂ ਨੇ ਕਿਹਾ ਹਾਂ, ਅਸੀਂ ਗੱਲਬਾਤ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਨਾ ਕਰਨੇ ਆ, ਜੇ ਸਰਕਾਰ ਜੇ ਤਾਂ ਸਰਕਾਰ ਨੇ ਉਹੀ ਮੁਹਾਰਨੀ ਪੜ੍ਹਨੀ ਆ, ਉਹੀ ਪੁਰਾਣਾ ਰਾਗ ਗਾਉਣਾ ਜਿਹੜਾ ਪਹਿਲਾਂ 5 ਵਾਰੀ ਤੋਮਰ ਨੇ ਤੇ ਪਿਊਸ਼ ਗੋਇਲ ਨੇ ਗਾਇਆ, 6ਵੀਂ ਵਾਰੀ ਆ ਕੇ ਅਮਿਤ ਸ਼ਾਹ ਗਾਉਣ ਲੱਗ ਗਿਆ। ਤੇ ਹੁਣ ਇੱਕ ਗੱਲ ਹੋਰ ਤੁਹਾਡਾ ਜੀ, ਬੜਾ ਵੱਡਾ ਸਵਾਲ ਕਿਸਾਨ ਆਗੂਆਂ ਨੇ ਮੀਡੀਆ ਦੇ ਸਾਹਮਣੇ ਰੱਖਿਆ, ਉਹ ਕਹਿੰਦੇ ਨੇ ਮੋਦੀ ਅਜੇ ਵੀ ਉਹਦੇ ਗੁਣ ਗਾਈ ਜਾਂਦਾ ਵੀ ਕਾਨੂੰਨ ਬੜੇ ਚੰਗੇ ਨੇ, ਕਾਨੂੰਨ ਬੜੇ ਚੰਗੇ ਨੇ, ਅਮਿਤ ਸ਼ਾਹ ਵੀ ਗੁਣ ਗਾਈ ਜਾਂਦਾ ਵੀ ਕਾਨੂੰਨ ਬੜੇ ਚੰਗੇ ਨੇ, ਪਰ ਤੋਮਰ ਮੰਨ ਗਿਆ ਵੀ ਹਾਂ ਇਹਦੇ ਚ ਇੰਨੇ ਨੁਕਸ ਵੀ ਹੈਗੇ ਨੇ, ਤੇ ਉਹ ਜਿਹੜਾ ਪਿਊਸ਼ ਗੋਇਲ ਆ ਉਹ ਫੇਰ ਉਹਦੇ ਗੁਣ ਗਾਉਣ ਲੱਗ ਜਾਂਦਾ। ਉਹ ਕਹਿੰਦਾ ਵੀ ਇਹਨਾਂ ਨੂੰ ਕਹੋ ਵੀ ਘੱਟੋ ਘੱਟ ਇਹ ਸਾਰੇ ਜਣੇ ਇੱਕ ਦੂਜੇ ਦਾ ਸਲਾਹ ਤਾਂ ਕਰ ਲੈਣ ਵੀ ਇਹਨਾਂ ਨੂੰ ਆਪਾਂ ਚੰਗੇ ਕਹਿਣਾ ਵਾ ਜਾਂ ਇਹਨਾਂ ਚ ਨੁਕਸ ਕਹਿਣੇ ਆ ਜਾਂ ਇਹਨਾਂ ਨੂੰ ਕਹਿਣਾ ਕੀ ਆ, ਵੀ ਇਹ ਕਹੀ ਤਾਂ ਜਾਂਦੇ ਨੇ ਵੀ ਕਿਸਾਨ ਧਿਰਾਂ, ਪਾੜਨ ਨੂੰ ਤਾਂ ਇਹ ਸਾਨੂੰ ਕਰਦੇ ਸੀ ਵੀ ਸਾਡੇ ਚ ਪਾੜਾ ਪਾ ਦੇਣ, ਅਸੀਂ ਤਾਂ ਉਹ ਪਾੜਾ ਪੈਣ ਨਹੀਂ ਦਿੱਤਾ। ਪਰ ਸਰਕਾਰ ਦੇ ਆਪਦੀ ਧਿਰ ਚ ਵੀ ਤਾਂ ਪਾੜਾ ਹੈਗਾ, ਤੇ ਉਧਰ ਸਵਾਣਾ ਜੀ ਇਹ ਵੀ ਪਤਾ ਲੱਗਿਆ ਥੋੜਾ ਥੋੜਾ ਵੀ ਜਿਹੜੇ ਜਿਹੜੀ ਬਲਬੀਰ ਸਿੰਘ ਰਾਜੇਵਾਲ ਨੇ ਇਹ ਗੱਲ ਕਹੀ ਸੀ ਨਾ ਪਰਸੋਂ,
ਉਹ ਐਵੇਂ ਨਹੀਂ ਸੀ ਕਹੀ, ਉਹਨਾਂ ਨੇ ਬੜੀ ਸੋਚ ਸਮਝ ਕੇ ਕਹੀ ਸੀ ਵੀ ਬੀਜੇਪੀ ਦੇ ਅੰਦਰ ਬਗਾਵਤੀ ਸੁਰਾਂ ਸ਼ੁਰੂ ਹੋ ਗਈਆਂ ਨੇ ਬਹੁਤ ਸਾਰੇ ਸੂਬਿਆਂ ਦੇ ਵਿੱਚ, ਜਿਹੜੇ ਉਹਨਾਂ ਦੇ ਐਮ ਐਲ ਏ ਨੇ, ਜਿਹੜੇ ਉਹਨਾਂ ਦੇ ਮੰਤਰੀ ਨੇ, ਉਹ ਕਿਸਾਨ ਧਿਰਾਂ ਦੇ ਹੱਕ ਚ ਬੋਲਣ ਲੱਗ ਗਏ, ਇਸ ਕਾਨੂੰਨ ਨੂੰ ਮਾੜਾ ਕਹਿਣ ਲੱਗ ਗਏ। ਤੇ ਉਧਰ ਰਾਜਨਾਥ ਸਿੰਘ ਜਿਹੜੇ ਕੇਂਦਰ ਦੇ ਵਿੱਚ ਵਜ਼ੀਰ ਵੀ ਨੇ, ਉਹਨਾਂ ਨੇ ਵੀ ਜਿਹੜੀ ਸੁਰ ਹੈ ਉਹ ਥੋੜੀ ਜਿਹੀ ਪਾਟਵੀਂ ਸੁਰ ਕੱਢੀ ਆ, ਤੇ ਜਿਹਦੇ ਕਰਕੇ ਰਾਜੇਵਾਲ ਦੀ ਜਿਹੜੀ ਉਹ ਗੱਲ ਹੈ ਉਹਦੇ ਚ ਦਮ ਲੱਗਦਾ ਵੀ ਸਰਕਾਰ ਕਹਿਣ ਨੂੰ ਗੱਲਾਂ ਕੁਛ ਹੋਰ ਕਰਦੀ ਆ, ਪਰ ਅੰਦਰ ਖਾਤੇ ਇਹਨਾਂ ਦੇ ਵਿੱਚ ਵੀ ਸਭ ਕੁਛ ਅੱਛਾ ਨਹੀਂ ਹੈਗਾ। ਉਹਨਾਂ ਨੇ ਕਿਹਾ ਵੀ ਪਹਿਲਾਂ ਇਹਨਾਂ ਨੂੰ ਕਹੋ ਵੀ ਇਹ ਆਪਸੀ ਰਹਿ ਆਪਣਾ ਇੱਕ ਮੂੰਹ ਕਰ ਲੈਣ, ਸਾਰੇ ਜਿਹੜੇ ਰਾਏ ਕਰ ਲੈਣ ਵੀ ਅਸੀਂ ਕਹਿਣਾ ਕੀ ਆ, ਇਹਨਾਂ ਕਾਨੂੰਨਾਂ ਨੂੰ ਚੰਗੇ ਕਹਿਣਾ ਜਾਂ ਤੋਮਰ ਮੰਨਣਾ, ਵੀ ਇਹਦੇ ਚ ਨੁਕਸ ਵੀ ਹੈਗੇ ਨੇ, ਜਾਂ ਪਿਊਸ਼ ਗੋਇਲ ਅੱਗੂ ਇਹਦੇ ਗੋਕੇ ਗਾਉਣੇ ਆ, ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੂ ਆਮਦਨ ਦੁੱਗਣੀ ਕਰਨ ਦੇ ਜਿਹੜੀ ਮੁਹਾਰਨੀ ਆ ਉਹ ਪੜ੍ਹੀ ਜਾਣੀ ਆ, ਇਹਦਾ ਰਾਏ ਕਰ ਲੈਣ, ਇਹ ਵੀ ਸਾਰਿਆਂ ਨੇ ਇੱਕੋ ਜਿਹੀ ਗੱਲ ਕਦੋਂ ਕਰਨੀ ਆ। ਤੁਹਾਡੀਆਂ ਗੱਲਾਂ ਦੇ ਵਿੱਚ ਗੱਲ ਹੋਰ ਦੱਸਿਓ, ਰਾਜਨਾਥ ਸਿੰਘ ਨੇ ਪਿਛਲੀ ਵਾਰ ਵੀ ਜਦੋਂ ਐਨਡੀਏ ਸਰਕਾਰ ਨੇ ਇਹ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ, ਉਹਨੇ ਵਿਰੋਧਤਾ ਕੀਤੀ ਸੀ। ਸੁਸ਼ਮਾ ਸਵਰਾਜ ਸਾਡੇ ਚ ਨਹੀਂ ਹੈਗੇ, ਉਹਨਾਂ ਨੇ ਵਿਰੋਧਤਾ ਕੀਤੀ ਸੀ। ਹੁਣ ਜਿਹੜੀ ਹੁਣ ਦੀ ਗੱਲ ਹੈ, ਬੇਸ਼ੱਕ ਸੁਰਾਂ ਜਿਹੜੀਆਂ ਨੇ ਨਰਮ ਕੀਤੀਆਂ ਨੇ ਰਾਜਨਾਥ ਸਿੰਘ ਨੇ ਫੇਰ, ਕਿਉਂਕਿ ਉਹਨੂੰ ਲਾਹਨਤਾ ਪੈਣ ਲੱਗੇ ਨੇ, ਭਾਈ ਉਦੋਂ ਕੱਲ ਕੀ ਤੂੰ ਅੱਜ ਕੀ ਹੈ। ਪਰ ਬੀਜੇਪੀ ਦੇ ਕੁਛ ਲੀਡਰ ਨੇ ਜਿਨ੍ਹਾਂ ਦੀ ਮੈਂ ਅਜੇ ਤੱਕ ਕੋਈ ਬਿਆਨ ਨਹੀਂ ਸੁਣਿਆ, ਚਾਹੇ ਉਹਦੇ ਵਿਚ ਜਸਵੰਤ ਸਿੰਘ ਨੇ ਸਾਡੇ ਜਿਹੜੇ ਖਜ਼ਾਨਾ ਮੰਤਰੀ ਹੁੰਦੇ ਸੀ, ਵਿੱਤ ਮੰਤਰੀ ਹੁੰਦੇ ਸੀ, ਤੇ ਏਦਾਂ ਦੇ ਕਈ ਹੋਰ ਲੀਡਰ ਵੀ ਨੇ ਜਿਹੜੇ ਅੱਜ ਕੱਲ ਬੀਜੇਪੀ ਦੇ ਨਾਲ ਉਹਨਾਂ ਦੀ ਦਾਲ ਨਹੀਂ ਗਲ ਰਹੀ, ਕਿੰਨੀ ਨੇ ਉਹਨਾਂ ਦੇ ਵਿਚੋਂ ਵੀ ਕਿਸੇ ਨੇ ਕੋਈ ਬਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਅੰਦੋਲਨ ਦੇ ਬਾਰੇ? ਹਾਂ ਬਿਲਕੁਲ, ਕਈਆਂ ਨੇ ਦਿੱਤੇ ਨੇ, ਪਰ ਉਹ ਥੋੜੇ ਦੱਬ ਗਏ, ਕਿਉਂਕਿ ਇਸ ਵੇਲੇ ਜਿਹੜਾ ਕਿਸਾਨ ਧਿਰਾਂ ਦਾ ਸੰਘਰਸ਼ ਹੈ ਤੇ ਜਿਹੜਾ ਸਰਕਾਰੀ ਧਿਰ ਦਾ ਬੋਲਬਾਲ ਹੈ ਉਹੀ ਜ਼ਿਆਦਾ ਪ੍ਰਚਾਰਿਆ ਤੇ ਉਹ ਕੀਤਾ ਜਾਂਦਾ, ਜਿਹੜੇ ਬਾਕੀ ਦੀਆਂ ਨਿੱਕੀਆਂ ਮੋਟੀਆਂ ਸੁਰਾਂ ਕੱਢਣ ਵਾਲੇ ਨੇ ਇਹਨਾਂ ਦੀ ਕੋਈ ਬਹੁਤੀ ਅੱਜ ਕੱਲ੍ਹ ਤਵੱਜੋ ਨਹੀਂ। ਜੇ ਆਪਾਂ ਹੋਰ ਗੱਲ ਕਰਾਂਗੇ ਆਪਾਂ ਜੇ ਕਾਣਾ ਜੀ ਇੱਕ ਮਿੰਟ ਸੋਰੀ, ਤੁਸੀਂ ਇਹ ਦੇਖੋ ਬਈ ਜਿਹੜਾ ਆਪਣਾ ਰਾਹੁਲ ਗਾਂਧੀ ਆ ਉਹ ਠੋਕ ਵਜਾ ਕੇ ਇਹਦੇ ਖਿਲਾਫ਼ ਬੋਲਦਾ ਵਾ, ਠੀਕ ਹੈ ਨਾ, ਕੈਪਟਨ ਕਦੇ ਉਧਰਲੀ ਗੱਲ ਕਰਨ ਲੱਗ ਜਾਂਦਾ ਕਦੇ ਉਧਰਲੀ ਗੱਲ ਕਰਦਾ, ਇਹ ਵਿੱਚ ਵਿਚਾਲੇ ਤੁਰਿਆ ਫਿਰਦਾ। ਪਰ ਮਨਮੋਹਨ ਸਿੰਘ ਵੀ ਹਜੇ ਤਾਈਂ ਇਹਦੇ ਤੇ ਬੋਲਿਆ ਨੀ ਗਾ, ਕਿਉਂਕਿ ਉਹਨੂੰ ਪਤਾ ਵੀ ਜੇ ਮੈਂ ਬੋਲੂਗਾ ਤੇ ਲੋਕਾਂ ਨੇ ਮੇਰੇ ਮੂੰਹ ਤੇ ਮਾਰਨੀਆਂ, ਵੀ ਅਗਲੇ ਨੇ ਕਹਿਣਾ ਲੈ ਕੇ ਤਾਂ ਤੂੰ ਹੀ ਆਇਆ ਸੀ ਸਭ ਕੁਛ, ਬਸ ਬਸ ਝੋਲੇ ਤਾਂ ਹਰੇਕ ਚੀਜ਼ ਦੋਸਤ ਤਾਂ ਮਨਮੋਹਨ ਸਿੰਘ ਤੇ ਲੱਗਣਾ, ਕਿਉਂਕਿ ਹਰ ਚੀਜ਼ ਉਹਦੀ ਓ ਪੈਦਾ ਕੀਤੀ ਹੋਈ ਹੈ, ਲੋਟੂ ਮਿੱਤਰਾਂ ਦੇ 9 ਵਜਦਾ ਸੰਤੀ ਹੈ ਤੇਰਾ ਜੋ ਮਰਜ਼ੀ ਕਹੀ ਜਾਵੇ, ਇਹ ਹੁਣ ਬੀਜੇਪੀ ਦਾ 9 ਵਜਦਾ ਕੰਮ ਤਾਂ ਮਨਮੋਹਨ ਸਿੰਘ ਦੇ ਕੀਤੇ ਹੋਏ ਨੇ ਸਾਰੇ। ਅੱਛਾ ਗਿੱਲ ਸਾਹਿਬ ਇੱਕ ਹੋਰ ਗੱਲ ਦੱਸੋ, ਸ਼ੁਰੂਆਤ ਉੱਥੇ ਹਾਂਜੀ ਆ ਕਿਸਾਨ ਅੰਦੋਲਨ ਦੇ ਵਿੱਚ ਆਪਾਂ ਆਪਣੇ ਆਪਣੇ ਛੋਟੇ ਭਾਈ ਕਹਿ ਲੋ ਬੜਾ ਭਾਈ ਕਹਿ ਲੋ ਜੋ ਮਰਜ਼ੀ ਕਹਿ ਲੋ, ਗੱਲ ਹਰਿਆਣੇ ਦੀ ਆਉਂਦੀ ਹੈ, ਬਹੁਤ ਸ਼ੁਕਰੀਆ ਹਰਿਆਣੇ ਦਾ, ਉੱਥੋਂ ਦੇ ਲੋਕਾਂ ਦਾ, ਉੱਥੋਂ ਦੇ ਕਿਸਾਨਾਂ ਦਾ, ਉੱਥੇ ਦੇ ਕਿਰਤੀਆਂ ਦਾ ਜਿਹੜੇ ਘੋਲ ਦੇ ਵਿੱਚ ਹਮਾਇਤ ਕਰ ਰਹੇ ਨੇ। ਦੁਸ਼ਯੰਤ ਚੌਟਾਲਾ ਜੀ ਇਹਨਾਂ ਨੇ ਬਿਆਨ ਦੇਤਾ ਵੀ ਕੇਂਦਰ ਨੇ ਤਾਂ ਲਿਖਤੀ ਭਰੋਸਾ ਦੇਤਾ, ਹੁਣ ਕਿਹੜੀ ਗੱਲ ਹੈ, ਇਹ ਤਾਂ ਵੱਡੀ ਜਿੱਤ ਹੋ ਗਈ ਕਿਸਾਨਾਂ ਦੀ। ਉਧਰ ਅਜੇ ਚੌਟਾਲਾ ਮੇਰਾ ਖਿਆਲ ਇਹਦਾ ਪਿਓ ਲੱਗਦਾ, ਚਾਚਾ ਲੱਗਦਾ, ਕੀ ਲੱਗਦਾ ਤੁਹਾਨੂੰ ਪਤਾ ਹੋਣਾ, ਉਹ ਕਹਿੰਦਾ ਅਸੀਂ ਮੂੰਹ ਕਿ ਨਹੀਂ ਦੇਖਦੇ ਹਾਂ ਸਰਕਾਰ ਦੇ, ਅਸੀਂ ਇਹ ਭੱਜਣ ਨੂੰ ਤਿਆਰ ਹਾਂ। ਅਖੀਰ ਦੇ ਵਿੱਚ ਆਪਣੇ ਬਿਆਨ ਦੇ ਵਿੱਚ ਦੁਸ਼ਯੰਤ ਚੌਟਾਲਾ ਨੇ ਵੀ ਇਹ ਗੱਲ ਕਹਿ ਦਿੱਤੀ, ਮੈਂ ਪਹਿਲਾਂ ਕਿਸਾਨ ਹੈ, ਬਾਕੀ ਮੇਰੀ ਸਾਂਝ ਬੀਜੇਪੀ ਨਾਲ ਬਾਅਦ ਦੀ ਗੱਲ ਹੈ, ਜੇ ਲੋੜ ਪੈ ਗਈ ਮੈਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਦਾ, ਫਿਰ ਮੈਂ ਵੀ ਪੱਤਰੇ ਬਾਜੂਗਾ ਬੀਜੇਪੀ ਤੋਂ ਜੀ। ਇਹ ਕੋਈ ਸ਼ੱਕ ਨਹੀਂ ਹੈ ਦਵਾਰਾ ਜੀ, ਇੰਨਾ ਕੁ ਦਬਾਅ ਇਹਨਾਂ ਦੇ ਉੱਤੇ, ਇੰਨਾ ਕੁ ਪ੍ਰੈਸ਼ਰ ਹੈ, ਦੁਸ਼ਯੰਤ ਵੀ ਤੇ ਇਹਦਾ ਭਰਾ ਵੀ ਉਹ ਬਾਰ ਬਾਰ ਗੋਕੇ ਲਾਉਂਦੇ ਨੇ, ਜਿਹੜਾ ਇਹਦਾ ਬਾਪੂ ਆ ਉਹ ਜੇਲ੍ਹ ਤੋਂ ਬਾਹਰ ਬੈਠਾ ਵਾ, ਤੇ ਉਹ ਇਸੇ ਕਰਕੇ ਉਹ ਫਿਰ ਕਹਿ ਦਿੰਦਾ ਵਾ ਉਹ ਤਾਂ ਚੰਗਾ ਹੈ ਗੱਲ, ਅਸੀਂ ਮੂੰਹ ਦੇਖਦੇ ਹਾਂ ਆਪਾਂ ਸਹੀ ਇਹਦਾ ਬਾਪੂ ਹੈ ਜਾਂ ਬਾਬਾ ਉਹ ਸੁਣੀ ਆ ਉਹ ਦੇਖ, ਇਹ ਬਾਪੂ ਹੈ ਜਾਂ ਬਾਬਾ ਜੀ ਇਹਦਾ ਕਿਹੜਾ ਜੀ, ਬਾਬਾ ਤੇ ਉਹ ਆ ਜੀ ਆਪਣੇ ਜਿਹਨੂੰ ਕਹਿੰਦੇ ਨੇ ਜਿਹੜਾ ਦੇਵੀ ਲਾਲ ਦਾ ਮੁੰਡਾ ਜਿਹੜਾ ਵੱਡਾ ਓਮ ਪ੍ਰਕਾਸ਼ ਚੌਟਾਲਾ ਉਹ ਇਹਦਾ ਦਾਦਾ। ਅੱਛਾ ਉਹ ਫਿਰ ਉਹ ਅਜੇ ਚੌਟਾਲਾ ਉਹਦਾ ਭਰਾ ਹੈ, ਅਜੇ ਚੌਟਾਲਾ ਨਹੀਂ ਜੀ, ਅਜੇ ਚੌਟਾਲਾ ਤੇ ਅਬੇ ਚੌਟਾਲਾ ਇਹ ਉਹਦੇ ਮੁੰਡੇ ਨੇ, ਇਹਦਾ ਜਿਹੜਾ ਅਜੇ ਚੌਟਾਲਾ ਉਹ ਇਹਦਾ ਬਾਪੂ ਆ, ਅਜੇ ਚੌਟਾਲਾ ਦੁਸ਼ਯੰਤ ਦਾ ਬਾਪੂ ਆ ਨਾ, ਉਹੀ ਮੈਂ ਜਾਣਨਾ ਚਾਹੁੰਦਾ ਸੀ, ਉਹੀ ਮੈਂ ਗੱਲ ਕਹਿ ਰਿਹਾ ਸੀ ਬਾਰ ਬਾਰ, ਉਹ ਪਾਰਟੀ ਦਾ ਮੁਖੀ ਵੀ ਆ, ਉਹ ਪਾਰਟੀ ਦਾ ਮੁਖੀ ਵੀ ਆ, ਜਿਹੜਾ ਉਹ ਅਬੇ ਚੌਟਾਲਾ ਵਾ ਉਹ ਅਜੇ ਚੌਟਾਲੇ ਦਾ ਭਰਾ ਵਾ।
ਪਰ ਉਹ ਫਿਰ ਬਾਬਾ ਹੋਇਆ ਨਾ ਜਿਹੜੀ ਜੇਲ੍ਹ ਵਾਲੇ ਦੀ ਗੱਲ ਕਰਦੇ ਹੋ ਜਿਹੜਾ ਉੱਥੇ ਬਿਸਕੁਟ ਫੈਕਟਰੀ ਦੇ ਵਿੱਚ ਕੰਮ ਕਰਦਾ ਰਿਹਾ ਸਾਰਾ ਟੱਬਰ ਦਾ ਹੀ ਮੂੰਹ ਜੇਲ੍ਹ ਵੱਲ ਨੂੰ ਆ ਜਿਹੜਾ ਅਜੇ ਚਤਾਲਾ ਉਹ ਵੀ ਜੇਲ੍ਹ ਚੋਂ ਆਇਆ ਹੋਇਆ ਬਾਹਰ ਇਸੇ ਕਰਕੇ ਤਾਂ ਬਾਂਹ ਮਰੋੜਦੇ ਨੇ ਬੀਜੇਪੀ ਵਾਲੇ ਇਹਨਾਂ ਦੀ ਵਾਰ ਵਾਰ ਬਾਂਹ ਮਰੋੜਦੇ ਨੇ। ਸੋ ਤੁਹਾਡਾ ਯਾਰ ਫੋਨ ਜਿਹਾ ਵਿੱਚ ਵੱਜੀ ਪਾ ਜਾਂਦਾ ਮੈਨੂੰ ਸਮਝ ਇਹ ਮੈਨੂੰ ਆਪ ਨੂੰ ਸਮਝਾਉਣ ਦੀ ਕੀ ਚੀਜ਼ ਆ ਇਹ ਮੈਨੂੰ ਆਪ ਨਹੀਂ ਇਹ ਮੈਂ ਤੁਹਾਨੂੰ ਪੁੱਛਿਆ ਸੀ ਉਦੋਂ ਵੀ ਇਹ ਕਿੱਥੇ ਮੇਰਾ ਨਹੀਂ ਇਹ ਮੈਨੂੰ ਆਪ ਨੀ ਸਮਝ ਆ ਰਹੀ ਇਹਦੀ ਕਿੱਥੇ ਆ ਕਿੱਥੇ ਨਹੀਂ ਮੇਰੇ ਕੋਲ ਅਜਿਹਾ ਕੋਈ ਫੋਨ ਨੀ ਹੈਗਾ ਜਿਹੜਾ ਵੱਜਦਾ ਹੋਵੇ ਨਾ ਮੇਰੇ ਕੋਲ ਹੈ ਹੀ ਨੀ ਕੁਛ ਮੇਰੇ ਵਾਲੇ ਪਾਸੇ ਨੀ ਵੱਜਦਾ। ਹਾਂ ਪਰ ਤੁਹਾਡਾ ਜੀ ਤੁਸੀਂ ਇੱਕ ਗੱਲ ਦੇਖੋ ਵੀ ਇੱਕ ਪਾਸੇ ਏਡਾ ਵੱਡਾ ਘੋਲ ਚੱਲ ਰਿਹਾ ਏਡਾ ਸਰਕਾਰ ਦੇ ਲਈ ਵੀ ਮਤਲਬ ਸੱਪ ਦੇ ਮੂੰਹ ਚ ਕੋਰ ਕੱਲੀ ਆਈ ਹੋਈ ਆ ਬੁਰੀ ਹਾਲਤ ਹੈ ਨਾ ਉਹ ਛੱਡਣ ਜੋਗੇ ਨੇ ਨਾ ਲੰਘਾਉਣ ਜੋਗੇ ਨੇ ਤੇ ਉਧਰ ਕੱਲ ਮੋਦੀ ਸਾਹਿਬ ਨੇ ਉਧਰ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਤਾ ਕਰਨਾਟਕਾ ਤੋਂ ਸੱਦ ਕੇ ਪੰਡਿਤ ਉੱਥੇ ਭੂਮੀ ਪੂਜਨ ਕਰਾਤਾ ਤੇ ਕਾਂਗਰਸ ਨੇ ਟਿੱਪਣੀ ਬੜੀ ਜ਼ਬਰਦਸਤ ਕੀਤੀ ਆ ਇਸ ਗੱਲ ਦੇ ਉੱਤੇ ਉਹ ਕਹਿੰਦੇ ਵੀ ਜਦੋਂ ਕਿਸਾਨਾਂ ਦਾ ਘੋਲ ਚੱਲ ਰਿਹਾ ਤੇ ਇੱਧਰ ਇਹ ਭੂਮੀ ਪੂਜਾ ਕਰਕੇ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਲੱਗਿਆ ਹੋਇਆ ਵਾ ਨਰਿੰਦਰ ਮੋਦੀ ਉਹ ਕਹਿੰਦੇ ਵੀ ਤਾਂ ਐਂ ਲੱਗਦਾ ਜਿਵੇਂ ਸ਼ਮਸ਼ਾਨ ਘਾਟ ਤੇ ਡੀਜੇ ਲਾਇਆ ਹੁੰਦਾ ਵਾ। ਓ ਸਿਰੇ ਲਾਤੀ ਗੱਲ ਕਹਿਣ ਤੇ ਕਾਂਗਰਸ ਦੇ ਸਪੋਕਸਪਰਸਨ ਨੇ ਜੈਵੀਰ ਸ਼ੇਰਗਿੱਲ ਉਹਨਾਂ ਨੇ ਕੱਲ ਇਹ ਗੱਲ ਕਹੀ ਆ ਵੀ ਇੱਕ ਪਾਸੇ ਕਿਸਾਨ ਸੜਕਾਂ ਦੇ ਉੱਤੇ ਰੁਲ ਰਹੇ ਨੇ 15 ਦਿਨ ਤੋਂ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਠੰਡ ਦੇ ਵਿੱਚ ਮਰ ਰਹੇ ਨੇ ਤੇ ਉਹਨਾਂ ਦੀ ਕੋਈ ਬਾਤ ਪੁੱਛਣ ਨੂੰ ਤਿਆਰ ਨੀ ਤੇ ਇੱਧਰ ਇਹ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖ ਕੇ ਇਹ ਜਿਵੇਂ ਸ਼ਮਸ਼ਾਨ ਘਾਟ ਚ ਡੀਜੇ ਲਾਇਆ ਹੁੰਦਾ ਵਾ ਇਹਨਾਂ ਨੇ ਉਹ ਹਾਲਤ ਕਰਤੀ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਦੁਬਾਰਾ ਜੀ ਵੀ ਇਹ ਬੇਦਲੀ ਵਾਲਾ ਫੈਸਲਾ ਮੂਰਖਾਂ ਵਾਲਾ ਫੈਸਲਾ ਵਾ ਤੇ ਫਜ਼ੂਲ ਖਰਚੀ ਵਾਲਾ ਫੈਸਲਾ ਵਾ ਕਿਉਂਕਿ ਚੰਗੀ ਭਲੀ ਇਮਾਰਤ ਜਿਹੜੀ ਆ ਉਹ ਸੰਸਦ ਭਵਨ ਬਣੀ ਹੋਈ ਆ ਉਹਦਾ ਵਿਗੜਿਆ ਕੁਛ ਨੀ ਗਾ ਤੇ ਨਾ ਹੀ ਅਗਲੇ 100 ਸਾਲ ਤੱਕ ਉਹਦਾ ਕੁਛ ਵਿਗੜਦਾ ਸੀਗਾ ਤੇ ਨਾਲੇ ਉਹ ਸਾਡੀ ਇੱਕ ਵਿਰਾਸਤ ਵੀ ਆ ਉਹਨੂੰ ਅਸੀਂ ਜੇ ਉਹ ਬਣਾਈ ਚਾਹੇ ਹੁਣ ਆਇਆ ਤਾਂ ਫਿਰ ਕੱਲ ਨੂੰ ਇਹ ਕਹਿਣਗੇ ਵੀ ਰੇਲਾਂ ਜਿਹੜੀਆਂ ਨੇ ਰੇਲਵੇ ਲਾਈਨਾਂ ਬੋਰਿਆਂ ਦੀਆਂ ਵਿਛਾਈਆਂ ਨੇ ਇਹਦਾ ਮਤਲਬ ਕੱਲ ਨੂੰ ਇਹ ਸੱਪੜ ਲੈ ਕੇ ਰੇਲਾਂ ਦੀਆਂ ਲਾਈਨਾਂ ਪੱਟਣ ਲੱਗ ਜਾਣਗੇ ਵੀ ਅਸੀਂ ਤਾਂ ਨਵੀਆਂ ਵਿਛਾਵਾਂਗੇ ਇਹ ਪੁਰਾਣੀਆਂ ਇਹ ਬੋਰਿਆਂ ਦੀਆਂ ਵਿਛਾਈਆਂ ਨੇ ਇਹ ਤੇ ਅਸੀਂ ਰੇਲ ਚਲਾਉਣੀ ਨਹੀਂ ਆਪਦੀ ਤੇ ਜੇ ਉਹ ਸੰਸਦ ਭਵਨ ਬਣਾਇਆ ਸਾਡੇ ਹੀ ਪੈਸੇ ਨਾਲ ਬਣਿਆ ਸੀ ਸਾਡੀ ਧਰਤੀ ਤੇ ਬਣਿਆ ਸੀ ਤਾਂ ਕੀ ਹੋ ਗਿਆ ਜੇ ਉਹ ਅੰਗਰੇਜ਼ਾਂ ਨੇ ਬਣਾਇਆ ਸੀ ਤਾਂ ਫਿਰ ਕੱਲ ਨੂੰ ਇਹ ਜਿਵੇਂ ਕਹਿੰਦੇ ਨੇ ਲਾਲ ਕਿਲਾ ਵੀ ਢਾਉਣਾ ਤੇ ਹੁਣ ਬੀਜੇਪੀ ਤਾਂ ਇਸ ਗੱਲ ਦੇ ਉੱਤੇ ਕਹਿੰਦੇ ਜੀ ਅਸੀਂ ਤਾਂ ਜਿਹੜੀਆਂ ਸਾਰੀਆਂ ਪੁਰਾਣੇ ਇਹ ਸਿਰੇ ਸਾਨੂੰ ਤਾਂ ਇਹ ਕਲੰਕ ਲੱਗਦੇ ਨੇ ਅਖੇ ਭਾਰਤ ਦੇ ਮੱਥੇ ਤੇ ਹੁਣ ਫਿਰ ਇਹ ਜਿਹੜੀਆਂ ਇਮਾਰਤਾਂ ਨੇ ਕੱਲ ਨੂੰ ਰਾਸ਼ਟਰਪਤੀ ਭਵਨ ਦੀ ਜਿਹੜਾ ਉਹ ਜਾਂ ਹੋਰ ਦੂਜਾ ਇਹ ਵੀ ਸਾਰਾ ਕੁਝ ਢਾਉਣ ਵਾਲੇ ਪਾਸੇ ਨੂੰ ਤੁਰ ਪੈਣਗੇ ਤਾਂ ਇਹਦੇ ਤੇ 30,000 ਕਰੋੜ ਰੁਪਇਆ ਇਹੀ 30,000 ਕਰੋੜ ਰੁਪਇਆ ਜਿਹੜਾ ਜੇ ਕਿਤੇ ਕਿਸਾਨਾਂ ਦੇ ਕਰਜ਼ਾ ਮਾਫ਼ ਕਰਨ ਨੂੰ ਦੇ ਦਿੰਦੇ ਤਾਂ ਸ਼ਾਇਦ ਏਦਾਂ ਰੌਲਾ ਹੀ ਨਾ ਵੱਧਦਾ ਤੇ ਇਹਨਾਂ ਨੂੰ ਇਹ ਨਵੀਂ ਇਮਾਰਤ ਬਣਾ ਕੇ ਉੱਥੇ ਉਹ ਬਿਲਕੁਲ ਸਹੀ ਗੱਲ ਕਹੀ ਆ ਸ਼ੇਰਗਿੱਲ ਨੇ ਵੀ ਇਹ ਤਾਂ ਸ਼ਮਸ਼ਾਨ ਘਾਟ ਦੇ ਵਿੱਚ ਡੀਜੇ ਚਲਾਉਣ ਵਾਲੀ ਗੱਲ ਕਰਤੀ ਆ ਤੇ ਨਾਲ ਉਹਨਾਂ ਨੇ ਕੱਲ ਇਹ ਵੀ ਗੱਲ ਕਹੀ ਤੇ ਸ਼ੇਰਗਿੱਲ ਬੜਾ ਤਕੜਾ ਇਹਨਾਂ ਦਾ ਸਪੋਕਸ ਪਰਸਨ ਆ ਉਹ ਕਹਿੰਦਾ ਵੀ ਕਿਸਾਨਾਂ ਦੇ ਹੱਥ ਚੋਂ ਰੋਟੀ ਖੋਹ ਕੇ ਤੁਸੀਂ ਕੇਕ ਦੀ ਦੁਕਾਨ ਖੋਲਣ ਲੱਗੇ ਹੋ ਤੁਸੀਂ ਕੇਕ ਦੀ ਦੁਕਾਨ ਪਾਉਣ ਲੱਗੇ ਹੋ ਤੇ ਇਹ ਮਤਲਬ ਜਿਹੜੀਆਂ ਗੱਲਾਂ ਨੇ ਇਹਦੇ ਨਾਲ ਕੱਲ ਤੁਹਾਡਾ ਜੀ ਬੜੀਆਂ ਅਜੀਬੋ ਗਰੀਬ ਸਿਚੁਏਸ਼ਨ ਜਿਹੜੀ ਆ ਉਹ ਬਣੀ ਆ ਬਈ ਇੱਕ ਪਾਸੇ ਕਿਸਾਨ ਬੈਠੇ ਨੇ ਤੇ ਦੂਜੇ ਪਾਸੇ ਇਹ ਖੁਸ਼ੀਆਂ ਮਨਾਉਣ ਲੱਗੇ ਹੋਏ ਨੇ ਤੇ ਕੱਲ ਮੋਦੀ ਜੀ ਦਾ ਜਿਹੜਾ ਉੱਥੇ ਭਾਸ਼ਣ ਸੀ ਉਸ ਭਾਸ਼ਣ ਦੇ ਉੱਤੇ ਵੀ ਬਹੁਤ ਸਾਰੇ ਬੁੱਧੀਜੀਵੀਆਂ ਨੇ ਰਾਜਨੀਤਿਕ ਪਾਰਟੀਆਂ ਨੇ ਇੱਥੋਂ ਤੱਕ ਸੀਤਾਰਾਮ ਜੈਚਰੀ ਨੇ ਤੇ ਕਾਂਗਰਸ ਪਾਰਟੀ ਨੇ ਤੇ ਬਾਕੀਆਂ ਨੇ ਵੀ ਉਹਦੇ ਉੱਤੇ ਬੜੀਆਂ ਟਿੱਪਣੀਆਂ ਕੀਤੀਆਂ ਨੇ ਬਈ ਜਿਹੜੀਆਂ ਇਹ ਗੱਲਾਂ ਕਰਦਾ ਵਾ ਦੇਸ਼ ਦੇ ਵਿੱਚ ਆਜ਼ਾਦੀ ਦੀਆਂ ਸਭ ਨੂੰ ਨਾਲ ਲੈ ਕੇ ਚੱਲਣ ਦੀਆਂ ਬਰਾਬਰਤਾ ਦੀਆਂ ਤੇ ਹਾਲਤ ਇੱਥੇ ਇਹ ਕੀਤਾ ਜਾ ਰਿਹਾ ਵਾ ਵੀ ਲੋਕਾਂ ਨੂੰ ਆਪਦੀ ਮਰਜ਼ੀ ਦੇ ਨਾਲ ਆਪਣਾ ਜੀਵਨ ਸਾਥੀ ਚੋਣ ਦੇ ਉੱਤੇ ਵੀ ਲੋਕਾਂ ਲਾਈਆਂ ਜਾ ਰਹੀਆਂ ਨੇ ਜੇ ਕਿਸੇ ਦੇ ਘਰ ਦੇ ਵੀ ਆਪਣੇ ਮੁੰਡੇ ਕੁੜੀ ਦਾ ਵਿਆਹ ਅੰਤਰ ਜਾਤੀ ਜਾਂ ਅੰਤਰ ਧਰਮ ਤੋਂ ਦੂਜੇ ਧਰਮ ਦੇ ਨਾਲ ਕਰਦੇ ਨੇ ਤੇ ਇਹ ਪੁਲਿਸ ਲੈ ਕੇ ਉੱਥੇ ਵੀ ਪਹੁੰਚ ਜਾਂਦੇ ਨੇ ਲੋਕਾਂ ਦਾ ਤਾਂ ਇਹਨਾਂ ਨੇ ਜਿਉਣਾ ਔਖਾ ਕੀਤਾ ਪਹਿਲਾਂ ਤੇ ਗੱਲਾਂ ਕਰਦੇ ਨੇ ਆਜ਼ਾਦੀ ਦੀਆਂ ਜਾਂ ਗੱਲਾਂ ਕਰਦੇ ਨੇ ਡੈਮੋਕਰੇਸੀ ਦੀਆਂ ਆਜ਼ਾਦੀ ਨੂੰ ਬਰਕਰਾਰ ਰੱਖਣ ਦੀਆਂ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ। ਬਿਲਕੁਲ ਗਿੱਲ ਸਾਹਿਬ ਮੈਨੂੰ ਇੱਕ ਹੋਰ ਵਧੀਆ ਗੱਲ ਇਸ ਘੋਲ ਦੀ ਲੱਗੀ ਆ ਸਭ ਤੋਂ ਵਧੀਆ ਕਹਿੰਦੇ ਨਾ ਸੋਸ਼ਲ ਮੀਡੀਆ ਤੇ ਕਈ ਵਾਰੀ ਗੱਲ ਪਈ ਹੁੰਦੀ ਆ ਉਹਦੇ ਵਿੱਚ ਕੀ ਹੁੰਦੀ ਹੈ ਇੱਕ ਬੱਕਰੀ ਨੂੰ ਸ਼ੇਰ ਦਾ ਬੱਚਾ ਦੁੱਧ ਚੁੰਘਦਾ ਹੁੰਦਾ ਬੱਕਰੀ ਨੂੰ ਚੁੰਘਦਾ ਹੁੰਦਾ ਜਾਣੀ ਕਮਾਲ ਦੀ ਗੱਲ ਹੈ
ਵੀ ਬੱਕਰੀ ਵੀ ਆਰਾਮ ਨਾਲ ਖੜੀ ਹੈ, ਉਹ ਸ਼ੇਰ ਦੇ ਬੱਚੇ ਨੂੰ ਦੁੱਧ ਪਿਲਾਈ ਜਾਂਦੀ ਹੈ, ਪਤਾ ਵੀ ਹੈ ਵੀ ਇਹ ਸ਼ੇਰ ਦਾ ਬੱਚਾ ਵੀ ਕੁਛ ਵੀ ਕਰ ਸਕਦਾ। ਮੈਂ ਹੁਣ ਜਦੋਂ ਇੱਕ ਚੀਜ਼ ਦੇਖ ਰਿਹਾ ਸੀ ਇਸ ਸੰਘਰਸ਼ ਦੇ ਵਿੱਚ, ਦੇਖੋ ਸੁਰੱਖਿਆ ਬਲ ਲਾਏ ਹੋਏ ਨੇ ਭਾਰਤ ਸਰਕਾਰ ਨੇ, ਬੜਾ ਕੁਛ ਲਾਇਆ ਹੋਇਆ, ਤਿਆਰੀ ਕਰੀ ਬੈਠੇ ਨੇ, ਵੱਡੀਆਂ ਵੱਡੀਆਂ ਮਸ਼ੀਨ ਗੰਨਾਂ ਆਪਣੇ ਹੱਥਾਂ ਚ ਲਈ ਬੈਠੇ ਨੇ, ਡੰਡੇ ਵੀ ਲਏ ਹੋਏ ਨੇ ਸਾਰੇ। ਇੱਕ ਕਿਸਾਨ ਸੁਰੱਖਿਆ ਬਲਾਂ ਦੇ ਜਵਾਨ ਨੂੰ ਚਾਹ ਪਿਲਾ ਰਿਹਾ, ਨਾਲ ਉਹਨਾਂ ਨੂੰ ਮਠਿਆਈ ਵੀ ਪੇਸ਼ ਕਰ ਰਿਹਾ, ਉਹ ਵੀ ਨਾਲ ਲੈ ਰਿਹਾ। ਕਮਾਲ ਦੀ ਗੱਲ ਤਾਂ ਇਸ ਚੀਜ਼ ਦੀ ਹੈ, ਇੱਥੇ ਪਤਾ ਲੱਗਦਾ ਹੈ ਵੀ ਇੱਥੇ ਇਕਜੁੱਟਤਾ ਕਿੰਨੀ, ਇਸ ਘੋਲ ਦੀ ਵਡੱਪਣ, ਇਸ ਘੋਲ ਦੀ ਮਹੱਤਤਾ ਇਸ ਗੱਲ ਦੇ ਵਿੱਚ ਸ਼ਰੇਆਮ ਦਿਖ ਰਹੀ ਹੈ। ਜੀ ਬਿਲਕੁਲ, ਤੁਸੀਂ ਪਹਿਲੇ ਸਫ਼ੇ ਤੇ ਤੁਸੀਂ ਚਾਹੀ ਆ ਜਿੱਥੇ ਸਾਂਝ ਤੇ ਸੰਘਰਸ਼ ਦੀ ਗੱਲ ਕੀਤੀ ਆ, ਤੇ ਕਿਸਾਨ ਜਿਹੜੇ ਨੇ ਉਹ ਉਹਨਾਂ ਲੋਕਾਂ ਨੂੰ ਚਾਹ ਪਿਆ ਰਹੇ ਨੇ, ਉਹਨਾਂ ਨੂੰ ਮਠਿਆਈ ਖਵਾ ਰਹੇ ਨੇ ਜਿਹਨਾਂ ਨੇ ਕੱਲ ਉਹਨਾਂ ਦੀ ਟਾਂਗਾਂ ਮਾਰਨੀਆਂ ਨੇ ਜੇ ਸਰਕਾਰ ਦਾ ਹੁਕਮ ਆਇਆ। ਤੁਹਾਡਾ ਜੀ, ਮੈਂ ਕੱਲ ਇੱਕ ਹੋਰ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਸਮਾਂ ਥੋੜਾ ਵਾ, ਮੈਂ ਉਹ ਗੱਲ ਸਾਂਝੀ ਕਰਕੇ ਤੁਹਾਡੇ ਨਾਲ ਆਪਣੀ ਗੱਲ ਨਿਬੇੜੂਗਾ। ਕੱਲ ਕਿਸੇ ਸੱਜਣ ਨੇ ਬਹੁਤ ਹੀ ਪਿਆਰੀ ਤਸਵੀਰ ਇੱਕ ਪਾਈ, ਥੋੜਾ ਜਿਹਾ ਆਪਾਂ ਦੇਖਦੇ ਜਦੋਂ ਨਿੱਕੇ ਹੁੰਦੇ ਸੀ, ਤੁਸੀਂ ਵੀ ਮੈਨੂੰ ਲੱਗਦਾ ਵੀ ਕਦੇ ਨਾ ਕਦੇ ਮੱਝਾਂ ਛੱਪਣ ਤੇ ਜ਼ਰੂਰ ਲਗਾਏ ਹੋਵੋਗੇ ਛੋਟੇ ਹੁੰਦੇ, ਤੇ ਜੋਕਾਂ ਹੁੰਦੀਆਂ ਜਿਹੜੇ ਛੱਪਣਾ ਜੋਕਾਂ ਵੀ ਹੁੰਦੀਆਂ ਸੀ। ਹਾਂਜੀ, ਤੁਹਾਨੂੰ ਪਤਾ ਵੀ ਜਦੋਂ ਗਰਮੀ ਪੂਰੀ ਅੱਤਦੀ ਹੁੰਦੀ ਆ ਤੇ ਮੱਝ ਜਦੋਂ ਛੱਪੜ ਤੇ ਵੜ ਜੇ ਤੇ ਤੁਹਾਨੂੰ ਪਤਾ ਫਿਰ ਉਹ ਮਸਤੀ ਵੀ ਕਰਦੀ ਆ, ਉਹ ਕਈ ਵਾਰੀ ਆਪਦੇ ਆਪ ਨੂੰ ਸਾਰਾ ਵਿੱਚ ਡਬੋ ਲੈਂਦੀ ਆ ਤੇ ਕੱਲੇ ਨਾਸਾਂ ਦੀਆਂ ਬਾਹਰ ਕੱਢ ਲੈਂਦੀ ਆ ਤੇ ਮਾੜਾ ਜਿਹਾ ਸਿਰ ਬਾਹਰ ਹੁੰਦਾ ਉਹਦਾ, ਠੀਕ ਹੈ ਨਾ। ਆਪਾਂ ਅਕਸਰ ਦੇਖ ਰਹੇ ਹਾਂ ਵੀ ਮੱਝ ਪੂਰੀ ਤਰ੍ਹਾਂ ਆਪਣੇ ਆਪ ਨੂੰ ਪਾਣੀ ਦੇ ਵਿੱਚ ਡੁਬੋ ਕੇ ਕੱਲੀਆਂ ਨਾਸਾਂ ਜਿਹੀਆਂ ਉੱਪਰ ਚੱਕ ਲੈਂਦੀ ਆ ਤੇ ਥੋੜਾ ਜਿਹਾ ਸਿਰ ਉੱਪਰ ਹੁੰਦਾ ਤੇ ਸਿੰਘ ਉੱਪਰ ਨੂੰ ਆਉਂਦੇ ਨੇ। ਕੱਲ ਇਹੋ ਜਿਹੀ ਇੱਕ ਤਸਵੀਰ ਕਿਸੇ ਸੱਜਣ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਆਪਣੇ ਫੇਸਬੁੱਕ ਦੇ ਉੱਤੇ ਪਾਈ ਤੇ ਉਹਦੇ ਵਿੱਚ ਉਹ ਮੱਝ ਜਿਹੜੀ ਆ ਉਹ ਪੂਰੀ ਤਰ੍ਹਾਂ ਡੁੱਬੀ ਹੋਈ ਆ ਤੇ ਉਹਦਾ ਨੱਕ ਬਾਹਰ ਆ ਤੇ ਉਹਦਾ ਸਿਰ ਬਾਹਰ ਆ ਤੇ ਉਹਦੇ ਉੱਤੇ ਗਿਟਾਰ ਬੈਠੀ ਆ ਗਿਟਾਰ ਤੇ ਉਹ ਕਹਿੰਦਾ ਹਾਂ ਉਹਦੇ ਥੱਲੇ ਲਿਖਿਆ ਹੋਇਆ ਬਈ ਦੇਖੋ ਬੇਜਵਾਨ ਮੱਝ ਨੂੰ ਚਿੜੀ ਜਿਹੜੀ ਆ ਜਿਹੜੀ ਆ ਜਾਨਵਰ ਆ ਜਿਹੜਾ ਉਹ ਪਾਣੀ ਚ ਡੁਬੋ ਰਿਹਾ ਪਾਣੀ ਚ ਬਈ ਉਹਦੇ ਸਿਰ ਤੇ ਬੈਠ ਕੇ ਬੇਜਵਾਨ ਮੱਝ ਨੂੰ ਜਿਹੜਾ ਗਟਾਰ ਆ ਜੋ ਡੁੱਬਣ ਲੱਗਦੀ ਉੱਡ ਜਾਂਦੀ ਹੈ ਮੱਝ ਡੁੱਬਦੀ ਆ ਡੁੱਬੀ ਜਾਵੇ ਕੋਈ ਫਰਜ ਉੱਪਰ ਆਉਂਦੀ ਆ ਫਿਰ ਉੱਤੇ ਬਹਿ ਜਾਂਦੀ ਆ। ਜਾਣੀ ਕਹਿਣ ਦਾ ਭਾਵ ਬਈ ਚਿੜੀ ਦੇ ਭਾਰ ਨਾਲ ਜਾਂ ਗਟਾਰ ਦੇ ਭਾਰ ਨਾਲ ਮੱਝ ਡੁੱਬ ਰਹੀ ਆ। ਉਹ ਕਹਿੰਦਾ ਵੀ ਭਾਰਤ ਦਾ ਜਿਹੜਾ ਮੀਡੀਆ ਖੋਦੀ ਮੀਡੀਆ ਉਹਦੀ ਹਾਲਤ ਵੀ ਇਹੀ ਆ ਵੀ ਉਹ ਇਹ ਸਾਬਤ ਕਰਨ ਲੱਗੇ ਹੋਏ ਨੇ ਬਈ ਕਿਸਾਨ ਜਿਹੜੇ ਨੇ ਉਹ ਸਰਕਾਰ ਦੇ ਉੱਤੇ ਦਬਾਅ ਪਾ ਰਹੇ ਨੇ, ਕਿਸਾਨ ਸਰਕਾਰ ਨੂੰ ਪਰੇਸ਼ਾਨ ਕਰਦੇ ਨੇ, ਲੋਕਾਂ ਨੂੰ ਪਰੇਸ਼ਾਨ ਕਰਦੇ ਨੇ। ਕੋਈ ਇਹ ਨੀ ਕਹਿ ਰਿਹਾ ਵੀ ਸਰਕਾਰ ਦੀਆਂ ਨੀਤੀਆਂ ਕਰਕੇ ਅੱਜ ਕਿਸਾਨ ਇੰਨੇ ਮਹੀਨਿਆਂ ਤੋਂ ਸੜਕਾਂ ਦੇ ਉੱਤੇ ਰੌਲ ਰਿਹਾ ਵਾ, ਇਹ ਗੱਲ ਕਹਿਣ ਦੀ ਬਜਾਏ ਕਿਹਾ ਇਹ ਜਾ ਰਿਹਾ ਵੀ ਜਿਵੇਂ ਕਿਸਾਨ ਉਸ ਮੱਝ ਨੂੰ ਡੁਬੋ ਰਹੀ ਆ ਤੇ ਇੱਧਰ ਕਿਸਾਨ ਜਿਹੜੇ ਨੇ ਉਹ ਸਰਕਾਰ ਨੂੰ ਪਰੇਸ਼ਾਨ ਕਰਦੇ ਨੇ, ਜਦਕਿ ਸਰਕਾਰ ਨੇ ਖੁਦ ਸਾਰੇ ਦੇਸ਼ ਦਾ ਕਿਸਾਨ ਸੁੱਖਣਾ ਪਾਇਆ ਹੋਇਆ। ਬਿਲਕੁਲ ਬਿਲਕੁਲ, ਇਹ ਚ ਕੋਈ ਸ਼ੱਕ ਨੀ ਗਿੱਲ ਸਾਹਿਬ, ਬਾਖੂਬੀ ਦੇ ਬਾਖੂਬੀ ਦੇ ਨਾਲ ਤੁਸੀਂ ਅੱਜ ਦਾ ਆਪਣੇ ਇਸ ਗੱਲ ਦੀ ਚਰਚਾ ਕੀਤੀ ਹੈ, ਭਾਵੇਂ ਥੋੜੀ ਜਿਹੀ ਆਪਣੇ ਤਰੀਕਾਂ ਹਟਵੀਂ ਸੀ, ਤੇ ਬਹੁਤ ਬਹੁਤ ਸ਼ੁਕਰੀਆ ਜੀ। ਤੇ ਆਸ ਕਰਦੇ ਹਾਂ ਇਹ ਆਉਣ ਵਾਲੇ ਜਿਹੜੇ 4 ਦਿਨ ਨੇ ਸੰਡੇ ਤੱਕ ਕਿਸਾਨਾਂ ਦੇ ਲਈ ਕੋਈ ਚੰਗੀ ਖਬਰ ਲੈ ਕੇ ਆਉਣਗੇ ਤੇ ਇਹ ਸਾਰੇ ਪਰਿਵਾਰ ਆਪਣੇ ਬੱਚਿਆਂ ਸਮੇਤ ਆਪਣੇ ਘਰਾਂ ਵਿੱਚ ਪਰਤਣਗੇ ਤੇ ਸੁੱਖ ਦੀ ਨੀਂਦ ਜਿਹੜੀ ਆ ਉਹ ਸੌਣਗੇ। ਦੇਖਦੇ ਹਾਂ ਜੀ ਕੀ ਕਹਿੰਦਾ ਜ਼ਾਲਮ। ਅਸੀਂ ਵੀ ਤੁਹਾਡਾ ਜੀ, ਅਸੀਂ ਵੀ ਲੱਗਦਾ ਅੱਜ ਹੀ ਸ਼ਾਇਦ, ਕਿਉਂਕਿ ਮੇਰੀ ਪਤਨੀ ਮੇਰੇ ਨਾਲ ਬਹੁਤ ਗੁੱਸੇ ਆ ਪਿਛਲੇ 2-3 ਦਿਨ ਤੋਂ, ਉਹਨੇ ਮੈਨੂੰ ਇਹ ਵੀ ਕਹਿ ਤਾ ਧਮਕੀ ਵੀ ਦੇ ਤੀ ਵੀ ਜੇ ਤੈਂ ਨਹੀਂ ਜਾਣਾ ਤੇ ਮੈਂ ਦਿੱਲੀ ਨੂੰ ਚੱਲੀ ਆ ਤੇ ਜੇ ਤੂੰ ਨਾਲ ਚੱਲੇਗਾ ਤਾਂ ਚੰਗਾ ਰਹੇਗਾ। ਮੈਨੂੰ ਲੱਗਦਾ ਵੀ ਅੱਜ ਮੈਨੂੰ ਲੈ ਕੇ ਜਾਣਾ ਪਊਗਾ ਤੇ ਆਹ 2 ਛੁੱਟੀਆਂ ਮੈਂ ਉੱਥੇ ਲਾ ਕੇ ਆਊਗਾ। ਇਸ ਗੱਲ ਦੀ ਮੈਨੂੰ ਤੁਸੀਂ ਆਗਿਆ ਦਿਓ ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਤੁਹਾਡਾ। ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਟਿਕਟਾਂ 2 ਲੈ ਲਈ, ਜਿੱਥੇ ਚੱਲੇਗਾ ਚੱਲੂਗੀ ਨਾਲ ਤੇ। ਥੈਂਕ ਯੂ ਗਿੱਲ ਸਾਹਿਬ। ਬਿਲਕੁਲ ਜੀ। ਸੋ ਦੋਸਤੋ ਜੁੜੇ ਰਹੋ ਰੇਡੀਓ ਚੰਨ ਪ੍ਰਦੇਸੀ ਦੇ ਨਾਲ, ਮੈਂ ਲੈ ਕੇ ਆਉਣਾ ਸਵੰਤ ਟੈਣਾ ਜੀ ਨੂੰ, ਚੱਲਦੇ ਹਾਂ ਖਬਰਾਂ ਦੀ ਦੁਨੀਆਂ ਦੇ ਵਿੱਚ।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 जा quicktrucklube.com। QTL बिकॉज वी केयर। ओ होर भी दिंदरा की हाल है तेरा? यार हाल की दसा तेनु, ट्रक दी इंश्योरेंस करवाउण वाली पई है ते मार्केट बहुत अप चल रही है, समझ ही नहीं आ रहा भी कित्थों करवावां। ले यार ए भी कोई टेंशन वाली गल है, तू ग्रीनवुड इंडियाना वाले बदेशा जी नु कॉल कर ला, तेरा काम सस्ते च हो जूगा। ते कल्ली इंश्योरेंस नहीं, ट्रक दे पेपर, डीओटी ऑडिट ते ट्रक दीआं प्लेटां ते हां एसबीए लोन भी ओ करदे है। जेकर तुसी घरां दी इंश्योरेंस करवाउणा चाहुंदे हो, कारां दी इंश्योरेंस करवाउणी है, हेल्थ इंश्योरेंस करवाउणी है या फिर एसबीए लोन करवाउणा चाहुंदे हो, इत्थे हर तरह दीआं सुविधावां इक्को छत थले मिलदीआं ने। ता अज ही कॉल करो ग्रीनवुड इंडियाना वाले दीप सिंह बदेशा जी नु 317-408-2697 ते 317-408-2697 ग्रीनवुड इंडियाना। डिस्पैच लई पिंदर बदेशा जी नु कॉल करो 317-888-6004। रेडियो चंद परदेसी दे सत्कारत श्रोतिया लई एक सूचना। रेडियो चंद परदेसी दे प्रसारित होने वाले प्रोग्रामा विच वख-वख मेहमान शख्सियतां वल्लों वख-वख विषयां ते पेश कीते जांदे विचारां नाल रेडियो चंद परदेसी दा सहमत होना जां ना होना जरूरी नहीं है। ਟੈਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਜੀ, ਸਾਡੇ ਕਲੈਕਟਰ ਵਾਲਾ ਸਾਹਿਬ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ। ਕੀ ਬਾਤ, ਬਹੁਤ ਬਹੁਤ ਖੁਸ਼ੀ ਹੁੰਦੀ ਹੈ ਗੱਲ ਸੁਣ ਕੇ। ਟੈਣਾ ਸਾਹਿਬ, ਸਭ ਤੋਂ ਪਹਿਲਾਂ ਜੇ ਅੱਜ ਦੀ ਗੱਲ ਕਰੀਏ, ਕੇਂਦਰੀ ਮੰਤਰੀ ਕਹਿੰਦੇ ਕਿਸਾਨ ਸਾਡੇ ਨਾਲ ਨੇ, ਗੱਲ ਨਹੀਂ ਕਰਦੇ, ਫੈਸਲੇ ਸਾਨੂੰ ਦੱਸਦੇ ਨਹੀਂ, ਉਹ ਫੈਸਲੇ ਕੀ ਕਰੇ ਨੇ ਉਹਨਾਂ ਨੇ। ਅਸੀਂ ਰੋਜ਼ ਉਹਨਾਂ ਦੀਆਂ ਮਿੰਨਤਾਂ ਕਰੀ ਜਾਂਦੇ ਹਾਂ ਵੀ ਅੱਜ ਦੱਸੋ, ਕੱਲ ਨੂੰ ਦੱਸੋ, ਫੇਰ ਇੱਕ ਦਿਨ ਆ ਕੇ ਜਦੋਂ ਆਉਂਦੇ ਨੇ ਇੱਕ ਵਿੱਚ ਪੰਗਾ ਜਾ ਪਾ ਕੇ ਚਲੇ ਜਾਂਦੇ ਨੇ ਜੀ, ਇਹ ਕਾਨੂੰਨ ਵਾਪਸ ਲੈ ਲਓ। ਕੀ ਸਹੀ ਨੇ ਉਹ ਕੇਂਦਰੀ ਮੰਤਰੀ? ਦੇਖੋ ਗੱਲ ਇਹ ਹੈ ਕਿ ਇਹ ਕੱਲ ਦੋ ਕੇਂਦਰੀ ਮੰਤਰੀਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ। ਇਹ ਅਸਲ ਦੇ ਵਿੱਚ ਪ੍ਰੈਸ ਕਾਨਫਰੰਸ ਨਹੀਂ ਸੀਗੀ, ਜੇ ਤਾਂ ਮੈਂ ਇਹ ਸਾਫ ਤੇ ਸਪਸ਼ਟ ਸੋਚਾਂ ਤਾਂ ਮੈਨੂੰ ਇਉਂ ਲੱਗਦਾ ਵੀ ਇਹੀ ਗੱਲਾਂ ਉਹਨਾਂ ਨੇ ਮੀਟਿੰਗ ਦੇ ਵਿੱਚ ਕਹਿਣੀਆਂ ਸੀ, ਪਰ ਕਿਉਂਕਿ ਮੀਟਿੰਗ ਦੇ ਵਿੱਚ ਹੁਣ ਕਿਸਾਨ ਆਉਂਦੇ ਨੀਗੇ ਤੇ ਇਸ ਕਰਕੇ ਉਹਨਾਂ ਨੇ ਉਹੀ ਗੱਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੱਤੀਆਂ। ਉਹਨਾਂ ਨੇ ਇਹ ਗੱਲਾਂ ਸ਼ਾਇਦ ਇਸ ਕਰਕੇ ਵੀ ਕਹੀਆਂ ਹੋਣ ਤਾਂ ਜੋ ਇਹ ਸੁਨੇਹਾ ਜਾਵੇ ਪੂਰੇ ਭਾਰਤ ਦੇ ਲੋਕਾਂ ਤੱਕ ਵੀ ਕੇਂਦਰ ਦੀ ਸਰਕਾਰ ਤਾਂ ਬਹੁਤ ਕੁਝ ਚਾਹੁੰਦੀ ਹੈ ਕਿਸਾਨਾਂ ਦੇ ਨਾਲ ਗੱਲਬਾਤ ਦੇ ਰੂਪ ਦੇ ਵਿੱਚ, ਤਾਲਮੇਲ ਦੇ ਰੂਪ ਚ ਮਸਲੇ ਦਾ ਹੱਲ ਕੱਢਣ ਦੇ, ਪਰ ਜਿਹੜੇ ਕਿਸਾਨ ਆ ਉਹ ਹੀ ਨਹੀਂ ਮੰਨਦੇ, ਉਹੀ ਅੜੀ ਦੇ ਉੱਤੇ ਬੈਠੇ ਆ। ਕਈਆਂ ਗੱਲਾਂ ਉਹਨਾਂ ਨੇ ਕਹੀਆਂ ਤੇ ਉਹ ਗੱਲਾਂ ਬਿਲਕੁਲ ਉਹ ਆ ਜਿਹੜੀਆਂ ਹੁਣ ਤੱਕ ਉਹਨਾਂ ਨੇ ਪੰਜਾਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਕਹੀਆਂ। ਉਹਨਾਂ ਮੀਟਿੰਗਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਕਿਸਾਨਾਂ ਨੂੰ ਤਾਂ ਠੀਕ ਨਹੀਂ ਜਾਪੀਆਂ, ਉਹਨਾਂ ਨੇ ਤਾਂ ਨਹੀਂ ਗੱਲ ਮੰਨੀ, ਪਰ ਇੱਥੇ ਹੁਣ ਉਹ ਜਾਣ ਬੁੱਝ ਕੇ ਇਹ ਗੱਲ ਕਰਦੇ ਆ ਤਾਂ ਜੋ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਭਾਈ ਐਮਐਸਪੀ ਦਾ ਕੀ ਹੁੰਦਾ ਕੀ ਨਹੀਂ ਹੁੰਦਾ, ਲੋਕਾਂ ਨੂੰ ਜਿਹਨਾਂ ਨੂੰ ਪਤਾ ਹੀ ਨਹੀਂ ਗਿਆ ਇਸ ਗੱਲ ਦਾ ਵੀ ਭਾਈ ਖੇਤੀਬਾੜੀ ਦੀਆਂ ਕੀ ਚੁਣੌਤੀਆਂ ਕੀ ਨਹੀਂ। ਉਹਨਾਂ ਨੇ ਤਾਂ ਇਹੀ ਗੱਲ ਸੋਚਣੀ ਵੀ ਦੇਖੋ ਯਾਰ ਕੇਂਦਰ ਦੀ ਸਰਕਾਰ ਤਾਂ ਹੁਣ ਵੀ ਕਹਿੰਦੀ ਮੀਟਿੰਗ ਕਰ ਲਈਏ, ਪਰ ਇਹੀ ਨਹੀਂ ਮੰਨਦੇ, ਕਿਸਾਨਾਂ ਨੂੰ ਮੰਨਣਾ ਚਾਹੀਦਾ, ਉਹਨਾਂ ਨੇ ਇਹ ਗੱਲ ਕਹਿਣੀ ਆ ਜੀ। ਸੋ ਉਸ ਤੋਂ ਅਗਲੀ ਗੱਲ ਕਿ ਜਿਸ ਤਰੀਕੇ ਦੇ ਨਾਲ ਹੁਣ ਕਿਸਾਨ ਭਾਈਚਾਰੇ ਨੂੰ ਮੈਂ ਤਾਂ ਇਹ ਸੋਚਣਾ ਅਸਿੱਧੇ ਜੇ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਵਾਰ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਆ ਪੱਤਰਕਾਰਾਂ ਦੇ ਮੂਹਰੇ ਬੈਠ ਕੇ ਕਿ ਦੇਖੋ ਜੀ ਅਸੀਂ ਐਮਐਸਪੀ ਦੇ ਬਾਰੇ ਵੀ ਤਿਆਰ ਆ, ਅਸੀਂ ਤਾਂ ਜੀ ਉਹਨਾਂ ਨੂੰ ਜਿਹੜਾ ਐਸਡੀਐਮ ਦੀ ਥਾਂ ਦੇ ਉੱਤੇ ਸਿਵਲ ਕੋਰਟ ਦੇ ਵਿੱਚ ਵੀ ਕੇਸ ਲਿਜਾਣ ਲਈ ਤਿਆਰ ਆ, ਅਸੀਂ ਉਹਨਾਂ ਦੇ ਮਾਮਲੇ 'ਚ ਆਹ ਵੀ ਸੋਧ ਕਰਤੀ, ਅਸੀਂ ਉਹਨਾਂ ਦੇ ਮਾਮਲੇ 'ਚ ਆਹ ਵੀ ਸੋਧ ਕਰਤੀ, ਅਸੀਂ ਉਹਨਾਂ ਦੀ ਹਰ ਗੱਲ ਮੰਨੀ ਜਾਂਦੇ ਹਾਂ, ਪਰ ਉਹ ਨਹੀਂ ਆ ਰਹੇ। ਹੁਣ ਇਹਨਾਂ ਗੱਲਾਂ ਤੋਂ ਬਾਅਦ ਇਹਦਾ ਮਤਲਬ ਇਹ ਨਿਕਲਿਆ ਵੀ ਪੱਤਰਕਾਰਾਂ ਦੇ ਵਿੱਚ ਤੇ ਪੂਰੇ ਦੇਸ਼ ਦੇ ਵਿੱਚ ਚਰਚਾ ਚੱਲੇ ਵੀ ਕਿਸਾਨ ਮੀਟਿੰਗ ਕਿਉਂ ਨਹੀਂ ਕਰਦੇ ਗੇ। ਫਿਰ ਉਹਨਾਂ ਨੇ ਇਹ ਵੀ ਗੱਲ ਕਹਿਤੀ ਆ ਵੀ ਆਪਾਂ ਮੀਟਿੰਗਾਂ ਜਾਰੀ ਰੱਖੀਏ, ਕਿਸਾਨਾਂ ਨੂੰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਕਹਿਣਾ, ਮੰਤਰੀਆਂ ਨੇ ਕਿਹਾ ਵੀ ਭਾਈ ਉਹ ਆਉਣ ਤੇ ਮੀਟਿੰਗਾਂ ਕਰਿਆ ਕਰਨ
मीटिंग दे नाल ही किसी मसले का हल निकलना। ते कोरोना बहुत होया पिया, आपदे बच्चे लैके ते आपदे घर नूं जाओ, ठंड दे विच अपने बुजुर्ग अपने बच्चे अपनियां औरतां नूं परेशान न करो। उन्होंने आ गल्लां कहियां, मतलब कहण दा इह है कि उन्हां दी अपनी सोच आ, पर जिस तरीके दे नाल उन्हां ने सारियां गल्लां कहियां ते मैनूं लगदा इह गल्लां कहण दी लोड़ नहीं सी। जेकर ओह इह गल कहिंदे वी किसान साडी मनदे नहीं, ते फिर उन्हां नूं इह वी सवाल होना चाहीदा कि अगो जेकर उत्थे किसान हुंदा वी तुसीं कहड़ा साडी मनदे हो। फिर सवाल तां इह वी होना चाहीदा सी भी जदों असीं तुहाडे तरीके दे नाल अपनी आमदन नहीं वधाउणा चाहुंदे तां फिर तुसीं कहड़ी गल्लों इदां करदे हो, जदों सानूं आमदन दा इस रूप चाहीदा ही नहीं। जदों किसान कहिंदे जी असीं तुहाडे घर दे विच आ के गल आख रहे हां कि सानूं नहीं इस तरीके की आमदन चाहीदी, फिर भी पता नहीं कि गलो कुछ कहते हैं। पर कल केंद्रीय मंत्रियों ने आपके वालों तोड़ा जा झाड़िया, बाकी देखो की बनता जी। जी उधर सुप्रीम कोर्ट की जिहड़ी बार एसोसीएशन है ओहदे वालों किसानां दे खिलाफ जिहड़ा ताबड़ तोड़ ते जिहड़ा जबर वाले रवैये की निंदा की गई है जी। हां देखो ये गल सची है जी, जिस तरीके दे नाल सुप्रीम कोर्ट के वालों जां होर वख वख हुण तां जदों संयुक्त राष्ट्र दे वालों भी यह गल कह दी गई है कि जिस तरीके दे नाल हालात बढ़े आ, वो हालात बड़े चिंताजनक आ, ते भारत दे विच किसानां दे उत्ते इन्ना जबर नहीं होना चाहीदा, किसानां दे उत्ते इन्ना अत्याचार नहीं होना चाहीदा। ते ये सारे लोग इस गल नूं मंनदे आ, हर एक दे मन दी इही आवाज आ कि भाई इदां दा कुछ नहीं होना चाहीदा। पर गल असल दे विच इह आ वी जिहड़े हुक्मरान आ उन्हां दे मन दे उत्ते उन्हां दी सोच समझ दे उत्ते कोई असर नहीं हो रहा इस गल दा। चाहीदा तां इह आ कि किसान आ जिहड़े उन्हां दीआं मंगां मन्नियां जांदियां, साढ़े छे साल पहलां साढ़े छह साल पहला वादा यह किया कि असि स्वामीनाथन फार्मूला लागू करांगे, जिहड़ा साढ़े छह साल पहला वादा किया तो पूरा नहीं किया, जिहड़ा हुण किते आया तो यह आप पूरा करता। जिहड़ी चीज की लोड़ नहीं वह कहने किसी को देनी है, जिहड़ी चीज की लोड़ आ वह आप करते नहीं गए, इस करके मसला उदा का उदा। सो जिहड़े भी विचारवान जिहड़ियां भी अदालतां जिहड़ियां भी इस वक्त किसानी के हक के विच है उन्हां दीआं भावनावां दी कदर करदे आ। दूजी महत्वपूर्ण गल यह है बी इस ठंड का जेकर फिक्र आ केंद्र नूं, जेकर केंद्र नूं यह लगता भी बच्चे भी ठंड दे विच बैठे आ, बजुर्ग भी ठंड दे विच बैठे आ, तां फिर इन्हां नूं यह चाहीदा कि आपदे कानून वापस लै लैण। बीजेपी दे इक नेता दे नाल साडी गल होई पिछले दिनी, उह कहिंदा भी केंद्र दी सरकार दे ना उह गल बणी पई आ भी सप दे मूंह कोल चरनी आ। मैं कहा उह कहिंदा कहिंदा भी जेकर किसानां दी मंग मन लैंदे आ कल कट्ठे होकर सी ए दे मामले दे उत्ते लोग आ जाएंगे कि भाई असि भी हुण एदा यूनिट दिखाउणी अपनी ते इह वी रद्द करो। फिर उस तों बाद धारा 370 हटाई है जिहड़ी, इस मामले ते वी कश्मीरी कट्ठे होकर आ जाएंगे कि भाई साडी भी मंग लैणो। उह कहिंदे फिर तां अगली पूरी टर्म आ जिहड़ी जां इह जिहड़ा बाकी सरकार दा समां बचिआ इह सारे दा सारा कानून वापस लैण दे विच निकल जाणा। इस करके सरकार चाहुंदी वी सोधां मिलियां मर्जी करवा लो, साडी वी इज्जत रहि गई, कानून ना रद्द करने पैणगी। क्यों नहीं ये काम कर देंगे टैना साहब भी चलो ठीक है जिन्ना चिर मोदी सरकार का समा रहा है हुण ये कह दें भी असि यह कानून उदों तक रद्द करते हैं अगली सरकार आके जिम्मे मर्जी इन चालू कर दे जो मर्जी कर दे इन्हों का भी बन जू रह जू उन्हों का भी रह जू। बिल्कुल मैं तो इस गल सहमत हाँ, पर गल यह है बी केंद्र की सरकार की हक धर्मी है जी बहुत माड़ी है। इन्होंने अज तक तो तुम देखो धारा 370 की गल हो, नोटबंदी हो, GST हो, CAA का मामला हो, किसी भी मामले अज तक एक भी बार किसी भी भाईचारे के मीटिंग नहीं की, फैसला लैण तो बाद भी मीटिंग नहीं करते जी। ये कदे भी यह गल नहीं कहते कि भाई असी थोड़ी गल के उत्ते मुड़ विचार कर लेने हैं। जेडे सूझवान देश आ जो सूझवान देशों दरकार लोगों के विचार लैके कानून बना, ਇਹ ਲੋਕਾਂ ਦੇ ਵਿਚਾਰ ਜਦੋਂ ਬਾਅਦ ਦੇ ਵਿੱਚ ਆਉਂਦੇ ਆ ਤਾਂ ਉਦੋਂ ਡਾਂਗਾ ਖੇਡਦੀਆਂ। ਬਸ ਇਹੀ ਅੰਤਰ ਆ, ਲੋਕ ਕਹਿੰਦੇ ਵੀ ਸਾਨੂੰ ਆਹ ਚੀਜ਼ ਚਾਹੀਦੀ ਨਹੀਂ, ਇਹ ਧੱਕੇ ਨਾਲ ਥੋਪ ਦਿੰਦੇ ਆ। ਇਹ ਬਾਕੀ ਦੇਸ਼ਾਂ ਦੇ ਵਿੱਚ ਪਹਿਲਾਂ ਸਰਵੇਖਣ ਹੁੰਦੇ ਆ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਜ਼ਰੂਰਤ ਕਿਹੜੀ ਚੀਜ਼ ਦੀ ਆ, ਜੇਕਰ ਅਸੀਂ ਆਹ ਲਾਗੂ ਕਰਦੇ ਹਾਂ ਤਾਂ ਲੋਕਾਂ ਦਾ ਕੀ ਪ੍ਰਭਾਵ ਹੋਊਗਾ, ਲੋਕਾਂ ਦੇ ਨਿੱਜੀ ਜ਼ਿੰਦਗੀ ਦੇ ਉੱਤੇ ਕਿਹੜੀ ਗੱਲ ਦਾ ਕਿਵੇਂ ਪ੍ਰਭਾਵ ਪੈ ਸਕਦਾ। ਪਰ ਭਾਰਤ ਦੇ ਵਿੱਚ ਸਾਰਾ ਕੁਝ ਉਲਟ ਹੈ ਜੀ। ਜੀ ਟੈਨ ਸਾਹਿਬ, ਉੱਧਰ ਕਿਸਾਨਾਂ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਰੇਲਾ ਰੋਕਣ ਦਾ ਐਲਾਨ ਕੀਤਾ ਗਿਆ ਜੀ। ਦੇਖੋ ਗੱਲ ਇਹ ਹੈ ਵੀ ਜਦੋਂ ਹੁਣ ਕੱਲ ਕੇਂਦਰ ਦੀ ਸਰਕਾਰ ਨੇ ਪ੍ਰੈਸ ਕਾਨਫਰੰਸ ਕਰਕੇ
किसानों ने दोषी जो बनाता तो उस तो बाद फिर किसानों ने भी प्रेस कॉन्फ्रेंस कर ली है। किसानों ने एक गल दो टुक कहती है भी असी हुण पिछे हटण वाले नहीं है, असी हुण आपकी गल के उत्ते अड़े हुए हैं। वह कहने भी साड़ी कोई जिद यह नहीं भी भाई साड़ी मंग बनी गई तो असं तो भी इतने बैठना आए हैं, असं कहना मेले से आए हैं कि भाई असं इस मेले के तो महीना ला के जाना या असं दूर दराडे से घूम फिर आए हैं। वह कहते असं मजबूरियों के बच्च आए हैं, जे अज लखा बंदा वक् वक् बार्डर के उत्ते बैठा तो फिर मटर गश्ती करने वास्ते नहीं आया। तो उन्होंने एक गल कही है कल कि जिस तरीके के नाल एक केंद्र के वलों हालात पैदा किए गए हैं, इस हालात के मद्देनजर असं छुपण वाले भी नहीं हाँ, असं रुकने वाले भी नहीं है जी। उस तो अलावा उन्होंने यह गल कही है कि भी इस वक्त साडा यह फैसला पक्का कि असी हुण पूरे भारत के रेलां रोकणियां, क्योंकि जब रेलां रोकते हैं उदो केंद्र की सरकार नूं असल पीड़ हुंदी है। पंजाब दे विच रेलां रोकियां केंद्र की सरकार के मंत्री नशे भजे फिरदे, हुण किसानां ने कहा भी आउंदे दिनां दे विच असी यह फैसला कर रहे हैं भी इहनूं वध तों वध सरकार दे उत्ते दबाव बने कि वध तों वध असी रेलां रोकीए इहनां दीआं ते तरीक असी एक दो दिन दे विच ऐलान कर देंगे भी कि दिन तों रेल रोको अंदरून शुरू करना। फिर इन्होंने यह गल कही है भी इस तों बाद साडा फैसला यह है जी कि कले कले मंत्री का बीजेपी के मंत्री का संतरी का घर असी घेरना। फिर यह है भी असी हुण 14 तरीक तो दिल्ली आगरा हाईवे है जिहड़ा वह भी ब्लॉक कर देना। इस वक्त दिल्ली में दो कराह इहोजे चलदे आ जिहड़े हाईवे जिहड़े ब्लॉक नहीं किए वह कहिंदे भी असी वह भी ब्लॉक कर देने हैं। वह कहिंदे भी जिन्नी देर तक मनदे नेगे असी इत्थों उठदे नहीं। तो इहोजीआं गल्लां उन्होंने कहा जी कि असं 12 तरीक न प्रोटेस्ट करना पूरे भारत के पुतले फुकड़े हैं, टुगल प्लाजा के उत्तर बिल्कुल फ्री लोग लंघनगे, असी किसी तरफ पैसा नहीं लैन देना गा। तो इस तो अलावा कुछ होर प्रोग्राम भी दसे आ। किसानों ने यह गल कही है भी तुम सानू कहने भी गलबात कर आओ, 5 बार असी तो गलबात करने वास्ते आए हैं, किन्नी क बार तुम तीजे दिन सद लेने 9 सद्या फिर कहने 12 आ जाओ, 12 सद्या कहने 16 आ जाओ, 16 सद कहने 19 आ जाओ। भी आप इन्हों खेडों के लिए थोड़ी आए हैं, उत्तों तुम आप गल सुनाई जाने साड़ी तो बनते नहीं गए, इस करके असि नहीं आते जी। उधर पता लग्या जी किसानां ने एक मझ दे मूहरे बीन बजा के मनाउण दी कोशिश कीती आ, कहिंदे मोदी नाल तां इही चंगी आ जिहड़ी छेती मन जूगी। हां बिलकुल जी, गल इह आ कि आपां वैसे भी इह गल कहिंदे आ जदों कोई बंदा हठीजा होवे कोई जिद करदा होवे आपां कहिंदे भी यार इहदी मूहरे गल करन दे नालों इहनूं कोई गल दस्सण दे नालों तां मझ दे मूहरे बीन बजा लो, भई इहदे उत्ते भी नहीं असर हुंदा ते मझ दे उत्ते भी नहीं बीन दा असर होणा। सो इह विरोध प्रगटावे दा इक वक्खरा तरीका, यह जींद खेत्र है जरा हरियाणे उतो की खबर है, उसे जेडे किसान ने जो होर लोग ने उन्होंने मझा के मूहरे बीना बजाइया। तो यह गल दसी है कि भाई मोदी की सोच भी इस मझ रखती है, ना इस मझ में पता भी भाई बीन वजदी है तो ना ही उन्होंने पता लगता कि भाई ये बीन क्यों बजाते हैं। तो इस करके एक संकेतक तौर के उत्ते प्रदर्शन है, ये उन्होंने वालों अपने तरीके का विरोध प्रगटावा है जिहड़ा किसानों के वलों किया गया। हुण तक कई थावां दे उत्ते पंजाब दे विच ही मझां दे मूहरे बीन वजाई गई है, एक मझ दे उत्ते मोदी लिख के उहदे मूहरे बीन वजाई गई। उधर भावें नवजोत सिद्धू दी पंजाब बाजारत दे विच वापसी टल गई है कुछ समय दे लई, पर ओह किसानी घोल बारे उन्होंने एक बहुत वड्डी गल कही है, कहिंदे क्रांति जिहड़ी है ना ओह पिछे मुड़ के नहीं देखदी। इह तां गल सच्ची है जी, देखो क्रांति है जिहड़ी ओह पिछे मुड़ के नहीं देखदी, पर आपां नूं इस वक्त जरूरत इस गल दी भी है कि कुछ वखरा कुछ वधिया ते कुछ किसान पक्षी वड्डा भी फिरदी। देखो मेरी यह सोच है भी कला यूट्यूब दे उत्ते कहण दे नाल ना मसले का हल नहीं हुंदा। तुसीं फेसबुक दे उत्ते एक पोस्ट पा दे कि भाई मैं भी किसानां दे नाल हाँ, ते जेकर उहदा तुहाडे हथ दे विच काफी कुछ होवे ते तुसीं कल्ली पोस्ट पा के सारी जाओ ते उहदे नाल कोई तुक नहीं बणदी। जे तां तुहाडे हथ वास कुछ हो नहीं गा चलो तुहाडा पोस्ट वाला योगदान भी मान लिया भी असीं बहुत वधिया, पर जेकर तुसीं एक चंगी पहुंच वाले चंगे रसूख वाले व्यक्ति हो तो फिर भी तुसीं यह गल करो भी भाई आपां तां लोकां नूं दिखाउणा ही आ लोकां नूं कला समझाउणा ही आ, तां इह गल अवधी नहीं गी। हुण मैनूं लगदा कि जिहड़े हैगे ने नवजोत सिंह सिद्धू उन्हां नूं भी इस गल दे विचों बाहर निकल के कि मैं आपदे यूट्यूब चैनल के उत्ते विचार झाड़ने आ उन्हां नूं किसानां दे हक दे विच आउणा चाहीदा। मैं तां इह सोचना भी इस मौके के उत्ते आके किसानों के नाल ही बह जाना चाहिए, भावें कि किसान राजनीतिक व्यक्तियों को पसंद नहीं करते,
ਕਿ ਉਹ ਉਹਨਾਂ ਦੀ ਸੋਚ ਆਪਣੀ ਥਾਂ ਦੇ ਸਹੀ ਹੈ, ਪਰ ਫਿਰ ਵੀ ਆਪਣਾ ਭਰੋਸਾ ਬਣਾਉਣਾ, ਕਿਸਾਨਾਂ ਦਾ ਭਰੋਸਾ ਜਿੱਤਣਾ, ਇਹ ਗੱਲ ਕਹਿਣੀ ਵੀ ਭਾਈ ਮੈਨੂੰ ਵੋਟ ਪਾਵੇ ਇੱਕ ਨਾ ਪਾਇਓ, ਪਰ ਅੱਜ ਪੰਜਾਬ ਪੱਖੀ ਹੋਣ ਦੇ ਕਰਕੇ ਮੈਂ ਤੁਹਾਡੇ ਕੋਲ ਆ ਗਿਆ। ਇਹ ਗੱਲ ਕਹਿਣੀ ਕਿ ਭਾਈ ਮਨ ਦੇ ਵਿੱਚ ਤੁਹਾਡੇ ਲਈ ਪੀੜ ਹੈ, ਮੈਂ ਤਾਂ ਆਇਆ, ਮੈਨੂੰ ਕੋਈ ਵੋਟਾਂ ਦੇ ਲਾਲਚ ਦੇ ਵਿੱਚ ਨਹੀਂ ਆਇਆ। ਸੋ ਮੈਂ ਸੋਚ ਰਿਹਾ ਸੀ ਕਿ ਇਹ ਗੱਲ ਸਮੇਂ ਦੀ ਲੋੜ ਆ ਕਿ ਨਵਜੋਤ ਸਿੱਧੂ ਨੇ ਹੁਣ ਜੋ ਆਪਣੇ ਯੂਟਿਊਬ ਚੈਨਲ ਦੇ ਉੱਤੇ ਵੀ ਬੋਲਿਆ ਤੇ ਉਹਨੇ ਟਵੀਟ ਵੀ ਕੀਤਾ ਕਿ ਜਿਹੜੀ ਕ੍ਰਾਂਤੀ ਹੈ ਉਹ ਕਦੇ ਵੀ ਪਿੱਛੇ ਮੁੜ ਕੇ ਨਹੀਂ ਆਉਂਦੀ, ਕ੍ਰਾਂਤੀ ਹਮੇਸ਼ਾ ਅੱਗੇ ਦੇ ਵੱਲ ਨੂੰ ਵੱਧਦੀ ਹੈ। ਗੱਲ ਉਹਨਾਂ ਦੀ ਸਹੀ ਆ ਵੀ ਹੁੰਦਾ ਐਂ ਹੀ ਆ, ਪਰ ਗੱਲ ਇਹ ਹੈ ਜੀ ਕਿ ਇਕੱਲੀ ਗੱਲ ਕਹਿਣ ਦੇ ਨਾਲ ਕੁਛ ਨਹੀਂ ਬਣਦਾ, ਤਾਂ ਇਸ ਵਕਤ ਪ੍ਰੈਕਟੀਕਲ ਤੌਰ ਦੇ ਉੱਤੇ ਕੁਝ ਕਰਕੇ ਦਿਖਾਉਣ ਦੀ ਲੋੜ ਹੈ। ਟਾਣਾ ਸਾਹਿਬ, ਇੱਕ ਖਬਰ ਥੋੜੀ ਹਟ ਕੇ ਹੈ, ਉਹ ਹੈਗੀ ਬੀਜੇਪੀ ਦਾ ਇੱਕ ਜਿਹੜਾ ਕੀ ਹੈ ਮੰਤਰੀ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ ਜੀ, ਰਾਓ ਸਾਹਿਬ ਦਾਨਵੇ, ਉਹਨੇ ਵੱਡਾ ਬਿਆਨ ਦੇ ਦਿੱਤਾ ਜੀ। ਉਹ ਕਹਿੰਦਾ ਜੀ ਜਿਹੜੇ ਕਿਸਾਨ ਨੇ ਨਾ, ਇਹ ਚੀਨ ਤੇ ਪਾਕਿਸਤਾਨ ਦੇ ਹੱਥਾਂ ਚ ਖੇਡ ਰਹੇ ਨੇ, ਚਾਰੇ ਪਾਸਿਓਂ ਨਿੰਦਾ ਹੋ ਰਹੀ ਹੈ। ਸ਼ਿਵਸੈਨਾ ਦੇ ਆਲੋਚਕ ਨੇ ਰਾਓਤ ਸਾਹਿਬ, ਉਨ੍ਹਾਂ ਨੇ ਵੀ ਇਸ ਦੀ ਆਲੋਚਨਾ ਕੀਤੀ ਹੈ। ਉਹ ਕਹਿੰਦੇ ਪਹਿਲਾਂ ਬੀਜੇਪੀ ਨੂੰ ਚਾਹੀਦਾ ਆਪਣੇ ਜਿਹੜੇ ਉਹਦੇ ਆਪਣੇ ਸੂਬੇ ਨੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ ਉਥੇ ਕਾਨੂੰਨ ਲਾਗੂ ਕਰ ਲੈਣ, ਬਾਕੀ ਭਾਰਤ ਦੇ ਵਿੱਚ ਬਾਅਦ ਚ ਕਰ ਲੈਣ, ਪਹਿਲਾਂ ਉੱਥੇ ਹੀ ਦੇਖ ਲੈਣ ਕੀ ਹੋਊਗਾ ਇਹਨਾਂ ਨਾਲ ਜੀ। ਹਾਂ ਬਿਲਕੁਲ, ਗੱਲ ਤਾਂ ਇਹ ਵੀ ਜਿਹੜਾ ਰਾਓ ਸਾਹਿਬ ਦਾਨਵੇ ਆ, ਇਹਨਾਂ ਲੋਕਾਂ ਨੂੰ ਤਾਂ ਮੂਰਖਤਾ ਦਾ ਬ੍ਰਾਂਡ ਅੰਬੈਸਡਰ ਬਣਾ ਲੈਣਾ ਚਾਹੀਦਾ। ਇਹਨਾਂ ਲੋਕਾਂ ਨੂੰ ਤਾਂ ਹਾਲੇ ਕਿਸਾਨ ਦੇਸ਼ਧਰੋਹੀ ਵੀ ਦਿਸਣੇ ਆ, ਇਹਨਾਂ ਨੂੰ ਇਹ ਵੀ ਲੱਗਣਾ ਵੀ ਇਹ ਤਾਂ ਜੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਕਰ ਰਹੇ ਆ। ਇਹਨਾਂ ਨੂੰ ਇਹ ਵੀ ਲੱਗਦਾ ਜੀ ਕਿ ਇਹ ਤਾਂ ਹਿੰਦੂ ਧਰਮ ਦੇ ਖਿਲਾਫ਼ ਜਾਪਦੇ ਆ। ਇਹਨਾਂ ਨੂੰ ਚੀਨ ਤਾਂ ਨਾਲ ਦੀ ਨਾਲ ਹੀ, ਜਦੋਂ ਇਹਨਾਂ ਨੂੰ ਗੱਲ ਸਮਝ ਨਹੀਂ ਨਾ ਆਉਂਦੀ, ਉਦੋਂ ਇਹਨਾਂ ਨੂੰ ਚੀਨ ਦਿਖਣ ਲੱਗ ਜਾਂਦਾ ਹੁੰਦਾ ਵੀ ਤਾਂ ਜੀ ਚੀਨ ਦੇ ਵੱਲੋਂ ਕੀਤਾ ਗਿਆ, ਇਹ ਤਾਂ ਫਲਾਣੇ ਵੱਲੋਂ ਕੀਤਾ ਗਿਆ, ਆਪਦੇ ਦੇਸ਼ ਦੇ ਵਿੱਚ ਕੁਛ ਦਿਸਦਾ ਨਹੀਂ ਤੇ ਚੀਨ ਦੇ ਵੱਲੋਂ ਸਰਾਸਰ ਕਰ ਦਿੰਦੇ ਆ। ਹੁਣ ਜਦੋਂ ਇਹਨੇ ਗੱਲ ਕਹੀ ਆ ਕਿ ਇਹ ਚੀਨ ਤੇ ਪਾਕਿਸਤਾਨ ਦੇ ਵੱਲੋਂ ਆਏ ਆ, ਭੇਜੇ ਗਏ ਆ, ਤਾਂ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਫਿਰ ਜੋ ਸ਼ਿਵਸੈਨਾ ਨੇ ਕਿਹਾ ਉਹਦੇ ਉੱਤੇ ਅਮਲ ਕਰ ਲੈਣ। ਕੱਲ ਸ਼ਿਵਸੈਨਾ ਦੇ ਸੰਜੇ ਰਾਊਤ ਨੇ ਕਿਹਾ ਵੀ ਜੇਕਰ ਇਹ ਚੀਨ ਦੇ ਵੱਲੋਂ ਜਾਂ ਪਾਕਿਸਤਾਨ ਦੇ ਵੱਲੋਂ ਤਿਆਰ ਕਰਕੇ ਭੇਜੇ ਗਏ ਕਿਸਾਨ ਆ, ਤਾਂ ਫਿਰ ਤੁਸੀਂ ਇੱਕ ਸਰਜੀਕਲ ਸਟਰਾਈਕ ਪਾਕਿਸਤਾਨ ਤੇ ਚੀਨ ਦੇ ਉੱਤੇ ਹੋਰ ਕਰ ਲਓ। ਉਹ ਕਹਿੰਦੇ ਵੀ ਫਿਰ ਤੁਸੀਂ ਬਖਸ਼ਦੇ ਕਿਉਂ ਆ, ਜੇਕਰ ਉਹ ਬੰਦੇ ਦਾ ਤਿਆਗ ਤਿਆਗ ਕਰ ਕਰਕੇ ਭੇਜੀ ਜਾਂਦੇ ਆ ਤੇ ਆਪਾਂ ਮੂੰਹ ਚੱਕ ਕੇ ਕਿਹੜੀ ਗੱਲੋਂ ਬੈਠੇ ਆ। ਚਲੋ ਜੀ ਹੁਣ ਤੁਸੀਂ ਸਰਜੀਕਲ ਸਟਰਾਈਕ ਗੁੱਸੇ ਦੇ ਵਿੱਚ ਆ ਕੇ ਇੱਕ ਵਾਰ ਫਿਰ ਕਰ ਦਿਓ, ਜਾਂ ਤੁਸੀਂ ਐਂ ਕਰੋ ਕਿਸਾਨਾਂ ਨੂੰ ਫੜ ਫੜ ਕੇ ਅਰਥ ਕਰ ਦਿਓ ਵੀ ਭਾਈ ਇਹਨਾਂ ਦੇ ਬਾਬਤ ਸਾਡੇ ਕੋਲ ਆਹ ਸਮੱਸਿਆ, ਇਹ ਫਲਾਣੀ ਥਾਂ ਦੇ ਉੱਤੋਂ ਆਏ ਹੋਏ ਆ, ਫਲਾਣੇ ਨੇ ਤਿਆਰ ਕਰਕੇ ਭੇਜੇ ਆ। ਸੋ ਉਦਾਂ ਹੀ ਉਹ ਬਕਵਾਸ ਕਰੀ ਜਾਂਦੇ ਆ, ਉਹਨਾਂ ਦੀ ਕੋਈ ਨਾ ਗੱਲ ਬਣਦੀ ਆ ਨਾ ਕੋਈ ਮੂੰਹ ਨਾ ਸਿਰ। ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਇਸ ਮੋੜ ਦੇ ਉੱਤੇ ਆ ਕੇ ਵੀ ਜੇ ਇਹਨਾਂ ਨੂੰ ਅਕਲ ਨਹੀਂ ਆਈ ਤਾਂ ਫਿਰ ਆਊਗੀ ਕਦੋਂ। ਬਿਲਕੁਲ ਬਿਲਕੁਲ ਸਹੀ ਗੱਲ ਆ। ਉਧਰ ਪਤਾ ਲੱਗਾ ਜੀ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ ਤੇ ਹਮਲਾ ਹੋਇਆ ਜੀ, ਵਾਲ ਵਾਲ ਬਚ ਗਏ। ਹਾਂ ਬਿਲਕੁਲ ਜੀ, ਇਹ ਪੱਛਮੀ ਬੰਗਾਲ ਦੇ ਵਿੱਚ ਜੇਪੀ ਨੱਡਾ, ਕੈਲਾਸ਼ ਵਿਜੇ ਵਰਗੀਆ ਤੇ ਕੁਝ ਕੁ ਹੋਰ ਜਿਹੜੇ ਨੇਤਾ ਉਹ ਗਏ ਸੀਗੇ, ਉਹਨਾਂ ਦੇ ਕਾਫਲੇ ਦੇ ਉੱਤੇ ਹਮਲਾ ਹੋਇਆ ਤੇ ਜਿਹੜੇ ਕੈਲਾਸ਼ ਵਿਜੇ ਵਰਗੀਆ ਉਹਨਾਂ ਦੀ ਜਿਹੜੀ ਗੱਡੀ ਆ ਉਹਦੇ ਸ਼ੀਸ਼ੇ ਭੰਨ ਦਿੱਤੇ ਗਏ ਆ। ਤੇ ਹੁਣ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਇਹ ਜਿਹੜਾ ਹਮਲਾ ਇਹ ਕਰਵਾਇਆ ਗਿਆ ਹੈਗਾ ਇਸ ਵਕਤ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੇ ਵੱਲੋਂ, ਤ੍ਰਿਣਮੂਲ ਕਾਂਗਰਸ ਦੇ ਵੱਲੋਂ, ਕਿਉਂਕਿ ਅਗਲੇ ਸਾਲ ਵੋਟਾਂ ਹੈਗੀਆਂ, ਵਿਧਾਨ ਸਭਾ ਦੀਆਂ ਉੱਥੇ ਚੋਣਾਂ ਹੋਣੀਆਂ, ਇਸ ਕਰਕੇ ਉਹ ਕਹਿੰਦੇ ਕਿ ਸਾਡੇ ਉੱਤੇ ਹਮਲਾ ਕਰਵਾਇਆ ਗਿਆ। ਪਰ ਕੱਲ ਇੱਕ ਬੜੀ ਵਧੀਆ ਗੱਲ ਕਹੀ ਹੈਗੀ ਆ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ, ਉਹ ਕਹਿੰਦੀ ਜੀ ਕਿਹੜਾ ਨੱਡਾ ਤੇ ਕਿਹੜਾ ਫੱਡਾ, ਇਹਨਾਂ ਲੋਕਾਂ ਦੇ ਵੱਲੋਂ ਤਾਂ ਹਾਲੇ ਬਹੁਤ ਕੁਝ ਕੀਤਾ ਜਾਣਾ, ਇਹ ਆਪਦੇ ਉੱਤੇ ਆਪੇ ਹਮਲਾ ਕਰਵਾ ਕੇ ਤੇ ਲੋਕਾਂ ਦੀ ਨਜ਼ਰ ਦੇ ਵਿੱਚ ਹੀਰੋ ਬਣਨਾ ਚਾਹੁੰਦੇ ਆ, ਪਰ ਲੋਕ ਇਹਨਾਂ ਦੀ ਹਕੀਕਤ ਨੂੰ ਜਾਣਦੇ ਆ। ਉਹ ਕਹਿੰਦੇ ਜੀ ਅਸਲ ਦੇ ਵਿੱਚ ਤਾਂ ਅਗਲੇ ਸਾਲ ਦੀਆਂ ਚੋਣਾਂ ਦੇ ਮੱਦੇਨਜ਼ਰ ਹਾਲੇ ਤਾਂ ਇਹਨਾਂ ਨੇ ਆਪਦੇ ਉੱਤੇ ਕਈ ਕੁਝ ਹੋਰ ਕਰਵਾਉਣਾ, ਪਰ ਤੁਸੀਂ ਯਕੀਨ ਨਾ ਕਰਿਓ, ਉਹਨਾਂ ਨੇ ਦੇਸ਼ ਵਾਸੀਆਂ ਨੂੰ ਕਿਹਾ ਵੀ ਇਹ ਬਹੁਤ ਚਤੁਰ ਲੋਕ ਆ, ਇਹਨਾਂ ਨੇ ਕੁਛ ਨਾ ਕੁਛ ਕਰਦੇ ਰਹਿਣਾ। ਉਹਨਾਂ ਨੇ ਕਿਹਾ ਜੀ ਕਿ ਲੋਕ ਤਾਂ ਇਹਨਾਂ ਨੇ ਵੈਸੇ ਲੀੜੇ ਪਾਰਨ ਨੂੰ ਫਿਰਦੇ ਇਸ ਵੇਲੇ, ਤੇ ਮੈਨੂੰ ਇਹੋ ਜਿਹਾ ਕੁਝ ਕਰਨ ਦੀ ਕੀ ਲੋੜ ਆ ਜੀ। ਦੂਜੀ ਗੱਲ, ਹਰਿਆਣਾ ਦੇ ਵਿੱਚ 14 ਤਰੀਕ ਤੋਂ ਸਕੂਲ ਖੋਲਣਗੇ, ਤਕਰੀਬਨ 8 ਮਹੀਨਿਆਂ ਦੇ ਮਗਰੋਂ 9ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਕਲਾਸਾਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ, ਪਰ ਕੋਰੋਨਾ ਟੈਸਟ ਹਰੇਕ ਵਿਦਿਆਰਥੀ ਦੇ ਲਈ ਜ਼ਰੂਰੀ। ਹਾਂ ਬਿਲਕੁਲ ਜੀ, ਕੋਰੋਨਾ ਟੈਸਟ ਹਰ ਵਿਦਿਆਰਥੀ ਦੇ ਲਈ ਜ਼ਰੂਰੀ ਹੋਊਗਾ। ਇਹ ਅਸਲ ਦੇ ਵਿੱਚ ਹਰਿਆਣੇ 'ਚ ਪਹਿਲਾਂ ਵੀ ਸਕੂਲ ਖੋਲੇ ਗਏ ਸੀਗੇ, ਪਰ ਉਦੋਂ ਫਿਰ ਇੱਕਦਮ ਕੋਰੋਨਾ ਦੇ ਕੇਸ ਆ ਗਏ, ਕਈ ਵਿਦਿਆਰਥੀ ਤੇ ਕਈ ਜਿਹੜੇ ਅਧਿਆਪਕ ਆ ਉਹ ਕੋਰੋਨਾ ਪੋਜ਼ੀਟਿਵ ਪਾਏ ਗਏ,
जिदे करके यह मामला फिर रुक गया, जो स्कूल मुड़ बंद कर दिते गए थे। हुण जो माहौल थोड़ा जा रवा जा पिया तो एक बार फिर स्कूल खोले जा रहे हैं, तो 14 तरीक तो स्कूल खुल रहे हैं। हर विद्यार्थी का जो कोरोना टेस्ट है वह जो करवा लाजमी है, तो कोरोना टेस्ट करवा के ही जेकर ओरी रिपोर्ट नैगेटिव होगी तो उन्होंने स्कूल आन दिता जाऊगा, नहीं तो नहीं। तो जी कोरोना टेस्ट की रिपोर्ट है ये होनी चाहिए, वह कहने जी के 70 घंटे पुराने। जो कोई बंदा कहे जी मैं 4 दिन पहला करवाया सी, यह नहीं, ज्यादा तो ज्यादा 70 घंटे पुरानी होनी चाहिए है। तो उस विद्यार्थी स्कूल आने की आग्ञा मिलेगी, तो विद्यार्थी मास्क पहन के बैठूगा, विद्यार्थी है जरा सैनिटाइज किए होने चाहिए हथ, विद्यार्थी है जरा शरीरक दूरी के नियमों का पालन करेगा, क्योंकि जेकर एक भी विद्यार्थी बीमार हो जाता तो फिर पूरा स्कूल बंद करना पैदा जी। उधर साढ़े प्रधानमंत्री नरेंद्र मोदी जी ने नवे संसद भवन का नींह पत्थर रख दिता। कांग्रेस वाले कहंदे ये संसद भवन प्रोजेक्ट जड़ा है इंज लगता जिवें शमशान घाट दे विच डीजे चलाउण दे तुल होवे। देखो गल ए है कि संसद भवन का नींह पत्थर रखता यह भी मन लिया भी चलो हुण खुली संसद की लोड़ आ, पर लगता यह है भी जिवें मैरिज पैलेस बनाउण लगे होंगे ना वड्डा इदां दे महसूस जिहा होया। दूजी गल यह हैगी है कि इहदे विच कहिंदे भी जिहड़े संसद मैंबर आ ਉਹਨਾਂ ਦੇ ਲਈ ਇੱਕ ਤਾਂ ਦਫ਼ਤਰ ਵੀ ਹੋਊਗਾ। ਇਹਨੂੰ ਅਸੀਂ ਕਹਿੰਦੇ ਜੀ ਸੋਲਰ ਊਰਜਾ ਤੇ ਚਲਾਉਣਾ, ਇਹ ਪਹਿਲੀ ਸੰਸਦ ਦੇ ਨਾਲੋਂ ਬਹੁਤ ਵੱਡੀ ਕਈ ਗੁਣਾ ਵੱਡੀ ਜਿਹੜੀ ਸੰਸਦ ਬਣੂਗੀ, ਤੇ ਕਹਿੰਦੇ ਜੀ ਇਹਦੇ ਉੱਤੇ ਤਕਰੀਬਨ 1000 ਕਰੋੜ ਰੁਪਏ ਦਾ ਖਰਚਾ ਵੀ ਆਊਗਾ। ਸੋ ਇੱਦਾਂ ਦੀਆਂ ਗੱਲਾਂ ਹੈਗੀਆਂ, ਪਰ ਗੱਲ ਇਹ ਆ ਵੀ ਕੱਲ੍ਹ ਜਦੋਂ ਪ੍ਰਧਾਨ ਮੰਤਰੀ ਨੇ ਇਹਦਾ ਨੀਂਹ ਪੱਥਰ ਰੱਖਿਆ ਤਾਂ ਨੀਂਹ ਪੱਥਰ ਤੋਂ ਪਹਿਲਾਂ ਭੂਮੀ ਪੂਜਨ ਕੀਤਾ। ਸਾਡੀ ਜਿਹੜੀ ਇਹ ਸੰਸਦ ਆ ਜਿਹੜੀ ਪਾਰਲੀਮੈਂਟ ਆ ਇਹ ਨਾ ਤਾਂ ਇਕੱਲੇ ਸਿੱਖਾਂ ਦੀ ਆ, ਨਾ ਹਿੰਦੂਆਂ ਦੀ, ਨਾ ਮੁਸਲਮਾਨਾਂ ਦੀ, ਨਾ ਜੈਨੀਆਂ, ਨਾ ਬੋਧੀਆਂ ਦੀ। ਚਾਹੀਦਾ ਤਾਂ ਇਹ ਆ ਵੀ ਜਦੋਂ ਅਸੀਂ ਪਾਰਲੀਮੈਂਟ ਦੇ ਵਿੱਚ ਹਰ ਧਰਮ ਹਰ ਵਰਗ ਹਰ ਜਾਤ ਦੇ ਵਿਅਕਤੀ ਨੂੰ ਇੱਥੇ ਭੇਜਦੇ ਹਾਂ ਤਾਂ ਫਿਰ ਆਪਾਂ ਇੱਕ ਧਰਮ ਦੀ ਗੱਲ ਕਿਉਂ ਕਰੀਏ? ਭੂਮੀ ਪੂਜਣ ਵਾਲੀ ਗੱਲ ਦੀ ਤਾਂ ਲੋੜ ਹੀ ਨਹੀਂ ਸੀਗੀ, ਪਰ ਕਿਉਂਕਿ ਹਰ ਥਾਂ ਦੇ ਉੱਤੇ ਇੱਕ ਵਿਸ਼ੇਸ਼ ਧਰਮ ਦੀ ਗੱਲ ਕਰਨੀ ਸਾਡੇ ਦੇਸ਼ ਦੇ ਨੇਤਾਵਾਂ ਦਾ ਹੱਕ ਬਣ ਗਿਆ, ਫਰਜ਼ ਸਮਝਦੇ ਆਪਣਾ। ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਵੀ ਜੇਕਰ ਅਸੀਂ ਭੂਮੀ ਪੂਜਣ ਨਾ ਕੀਤਾ ਤਾਂ ਸ਼ਾਇਦ ਭੁੱਕੀ ਜਾਣੀ ਆ, ਅਸੀਂ ਆਪਣਾ ਤਾਂ ਹੀ ਸੁਰੱਖਿਅਤ ਆ, ਅਸੀਂ ਤਾਂ ਹੀ ਸ਼ੁੱਧ ਆ ਜੇਕਰ ਭੂਮੀ ਪੂਜਣ ਵੀ ਕਰਦੇ ਆ। ਹੁਣ ਗੱਲ ਤਾਂ ਇਹ ਆ ਕਿ ਲੋਕਾਂ ਨੂੰ ਮੂਰਖ ਬਣਾਉਂਦੇ ਆ ਤੇ ਲੋਕ ਮੂਰਖ ਬਣੀ ਜਾਂਦੇ ਆ, ਤੇ ਲੋਕਾਂ ਦੇ ਮਨ ਦੇ ਉੱਤੇ ਸੁਚੇਤ ਅਵਸਥਾ ਦੇ ਵਿੱਚ ਕੋਈ ਅਸਰ ਨਹੀਂ ਹੁੰਦਾ ਗਾ। ਆਹ ਤੁਸੀਂ ਦੇਖੋ ਰਾਮ ਮੰਦਿਰ ਦਾ ਫਿਰ ਅਸੀਂ ਭੂਮੀ ਪੂਜਣ ਕਰਤਾ, ਇੱਥੋਂ ਜਦੋਂ ਰਾਫੇਲ ਜਹਾਜ਼ ਲੈ ਕੇ ਆਉਣਾ ਹੁੰਦਾ ਉਹਦਾ ਟਾਇਰਾਂ ਥੱਲੇ ਨਿੰਬੂ ਰੱਖੀ ਜਾਣਗੇ, ਇਹ ਹੈਰਾਨੀ ਹੁੰਦੀ ਇਹਨਾਂ ਗੱਲਾਂ ਦੇ ਉੱਤੇ ਜੀ। ਬਿਲਕੁਲ ਬਿਲਕੁਲ। ਉਧਰ 8 ਮਹੀਨਿਆਂ ਮਗਰੋਂ ਖੁੱਲਿਆ ਜੀ ਛੱਤਬੀੜ ਦਾ ਚਿੜੀਆ ਘਰ। ਹਾਂ ਬਿਲਕੁਲ ਜੀ, ਛੱਤਬੀੜ ਚਿੜੀਆ ਘਰ ਆ ਜਿਹੜਾ ਇਹ 8 ਮਹੀਨਿਆਂ ਬਾਅਦ ਹੁਣ ਖੁੱਲ ਗਿਆ, ਤੇ ਜਿਹੜੇ 8 ਮਹੀਨਿਆਂ ਬਾਅਦ ਖੁੱਲਣ ਤੋਂ ਬਾਅਦ ਤੇ ਹੁਣ ਉੱਥੇ ਕਿੰਨੇ ਕੁ ਲੋਕ ਜਾਂਦੇ ਆ ਤੇ ਇਹ ਵਕਤ ਦੱਸੂਗਾ, ਪਰ ਗੱਲ ਇਹ ਆ ਬਈ ਬਹੁਤ ਕੁਝ ਬੰਦ ਰਿਹਾ, ਜਿਵੇਂ ਕਿ ਹੁਣ ਤੱਕ ਹੈਗਾ ਕਰਤਾਰਪੁਰ ਸਾਹਿਬ ਦਾ ਲਾਂਘਾ ਹਾਲੇ ਤੱਕ ਖੋਲੇ ਨਹੀਂ ਗਿਆ। ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਦੀ ਪਤਾ ਨਹੀਂ ਕੀ ਰਾਜਨੀਤੀ ਹੋਊਗੀ, ਪਰ ਉਹ ਹਾਲੇ ਤੱਕ ਇਸ ਗੱਲ ਨੂੰ ਮੰਨਦੇ ਨਹੀਂ ਗੇ ਵੀ ਭਾਈ ਕਦੋਂ ਖੋਲਣਾ ਤੇ ਕਦੋਂ ਨਹੀਂ, ਨਾ ਹੀ ਕੋਈ ਆਪਣੇ ਵਿਚਾਰ ਪੇਸ਼ ਕਰਦੇ ਵੀ ਅਸੀਂ ਕਿਉਂ ਨਹੀਂ ਖੋਲਦੇ ਗੇ। ਪਰ ਲੋੜ ਆ ਇਸ ਵਕਤ, ਜੇਕਰ ਬਾਕੀ ਹਰ ਚੀਜ਼ ਹਰ ਥਾਂ ਖੁੱਲ ਸਕਦੀ ਆ ਤਾਂ ਇਹਦੀ ਚੀਜ਼ਾਂ ਖੁੱਲਣ ਦੀ ਲੋੜ ਹੈਗੀ ਆ। ਸੋ ਛੱਤਬੀੜ ਵਾਲਾ ਜਿਹੜਾ ਚਿੜੀਆ ਘਰ ਆ ਇਹ ਖੋਲ ਦਿੱਤਾ ਗਿਆ, ਇੱਥੇ ਲੋਕ ਪਹਿਲਾਂ ਤਾਂ ਬਹੁਤ ਵੱਡੀ ਗਿਣਤੀ 'ਚ ਜਾਂਦੇ ਹੁੰਦੇ ਸੀਗੇ, ਹੁਣ ਇਹ 8 ਮਹੀਨੇ ਦੇ ਵਕਤ ਤੋਂ ਬਾਅਦ ਖੋਲਿਆ ਗਿਆ, ਤੇ ਦੇਖੋ ਇੱਥੇ ਕਿੰਨੇ ਕੁ ਲੋਕ ਜਾਂਦੇ ਆ। ਪਰ ਇਹਦਾ ਮਤਲਬ ਇਹ ਆ ਵੀ ਹੌਲੀ ਹੌਲੀ ਕੋਰੋਨਾ ਖਤਮ ਹੋ ਰਿਹਾ, ਜਿਹਦੇ ਕਰਕੇ ਸਭ ਕੁਝ ਪਹਿਲਾਂ ਵਾਂਗੂ ਤਾਬੇ ਆ ਰਿਹਾ। ਬਿਲਕੁਲ ਬਿਲਕੁਲ ਸਹੀ ਗੱਲ ਆ ਜੀ, ਆਉਣਾ ਵੀ ਚਾਹੀਦਾ। ਉਧਰ ਕਿਸਾਨਾਂ ਵੱਲੋਂ ਹਾਈਵੇ ਦੇ ਉੱਤੇ ਸਬਜ਼ੀਆਂ ਲਾਉਣੀਆਂ ਸ਼ੁਰੂ ਕਰਨੀਆਂ, ਪੱਕੇ ਡੇਰੇ ਜੀ। ਹਾਂ ਬਿਲਕੁਲ ਜੀ, ਦੇਖੋ ਇਹ ਤਾਂ ਇੱਕ ਸੰਕੇਤਕ ਤੌਰ ਦੇ ਉੱਤੇ ਗੱਲ ਆ ਵੀ ਉਹ ਕਹਿੰਦੇ ਵੀ ਹੁਣ ਚਲੇ ਜਾਓ ਠੰਡ ਆ, ਕਿਸਾਨ ਕਹਿੰਦੇ ਵੀ ਭਾਈ ਕੋਈ ਠੰਡ ਠੁੰਡ ਵਾਲੀ ਗੱਲ ਨੀ ਗੀ, ਜੇਕਰ ਤੁਸੀਂ ਸਾਡੀ ਗੱਲ ਮੰਨਦਾ ਹੀ ਨਹੀਂ ਮੰਨਦੇ ਅਸੀਂ ਕਿਤੇ ਨਹੀਂ ਚੱਲੇ। ਕਿਸਾਨਾਂ ਨੇ ਸਿੰਘੂ ਬਾਰਡਰ ਤੇ ਇੱਧਰ ਟਿਕਰੀ ਬਾਰਡਰ ਦੇ ਫੁੱਟਪਾਥਾਂ ਦੇ ਉੱਤੇ ਸਬਜ਼ੀਆਂ ਲਾਉਣੀਆਂ ਸ਼ੁਰੂ ਕਰਤੀਆਂ, ਉਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਵੀ ਆਹ ਦੇਖੋ ਜੀ ਤੁਸੀਂ ਤਾਂ ਕਹਿੰਦੇ ਚਲੋ ਹੁਣ ਜਾਓ ਭਾਜੋ, ਅਸੀਂ ਤਾਂ ਭਾਈ ਆਪਦੇ ਗਏ ਸੀ ਸਬਜ਼ੀਆਂ ਵੀ ਲਾ ਲਈਆਂ। ਤੇ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਸਾਡੇ ਸਬਜ਼ੀਆਂ ਲਾਉਣ ਦਾ ਮਤਲਬ ਇਹ ਹੁੰਦਾ ਵੀ ਭਾਈ ਸਾਡਾ ਰੋਟੀ ਪਾਣੀ ਹੁਣ ਇੱਥੇ ਹੀ ਆ, ਅਸੀਂ ਕਿਤੇ ਨਹੀਂ ਚੱਲੇ, ਪਰ ਅਸੀਂ ਮਜਬੂਰੀ ਦੇ ਵਿੱਚ ਇੱਥੇ ਆਏ ਹਾਂ। ਫੁੱਟਪਾਥ ਦੇ ਉੱਤੇ ਭਿੰਡੀਆਂ, ਗਾਜਰਾਂ, ਮੂਲੀਆਂ, ਤੋਰੀਆਂ, ਗੋਭੀ ਸਾਰਾ ਕੁਛ ਬੀਜ ਲਿਆ ਤੇ ਹੁਣ ਕਿਉਂਕਿ ਉਹ ਕਹਿੰਦੇ ਵੀ ਜਿੱਥੇ ਸਾਡੀ ਫਸਲ ਹੋਵੇ
ਅਸੀਂ ਤਾਂ ਉੱਥੋਂ ਵੈਸੇ ਨੀ ਜਾਂਦੇ ਗੇ, ਠੀਕ ਆ ਜਿਹੜੇ ਉਹ ਤਾਂ ਸਾਡੇ ਆਪਣੇ ਆ, ਉਹ ਕਹਿੰਦਾ ਵੀ ਹੁਣ ਤਾਂ ਅਸੀਂ ਇੱਥੇ ਪਟ ਪਟ ਕੇ ਖੜ ਜਾਵਾਂਗੇ, ਹੁਣ ਨੀ ਕਿਤੇ ਜਾਂਦੇ ਜੇ ਫਿਕਰ ਰਹੋ ਜੀ। ਕਿਆ ਬਾਤ ਹੈ, ਸਿਰੇ ਲਾਤੀ ਗੱਲ। ਇੱਕ ਬਹੁਤ ਵੱਡੀ ਗੱਲ ਇਹਦੇ ਵਿੱਚ ਆਈ ਹੈ ਜੀ, ਕਈ ਗੱਲਾਂ ਆਈਆਂ ਨੇ ਇੱਦਾਂ ਦੀਆਂ। ਦਿੱਲੀ ਮੋਰਚੇ ਦੇ ਵਿੱਚ ਬੁੱਧੀਜੀਵੀਆਂ ਦੀ ਰਿਹਾਈ ਦਾ ਮੁੱਦਾ ਵੀ ਜਿਹੜਾ ਬਹੁਤ ਵੱਡੀ ਪੱਧਰ ਤੇ ਗੂੰਜਿਆ ਜੀ। ਦੇਖੋ ਮੈਂ ਇਹ ਮੰਨਦਾ ਕਿ ਇਹ ਸਾਰੇ ਮੁੱਦੇ ਵੀ ਬਹੁਤ ਵਾਜਬ ਆ, ਪਰ ਜਿਵੇਂ ਜਿਵੇਂ ਆਪਾਂ ਮੁੱਦੇ ਵਧਾਈ ਜਾਵਾਂਗੇ ਉਵੇਂ ਉਵੇਂ ਉਹਨਾਂ ਨੇ ਸਾਡੇ ਸੰਘਰਸ਼ ਨੂੰ ਖਤਮ ਕਰੀ ਜਾਣਾ। ਹੁਣ ਮੁੱਦਾ ਤਾਂ ਇੱਥੇ ਈਵੀਐਮ ਦਾ ਵੀ ਆ, ਵੀ ਭਾਈ ਈਵੀਐਮ ਦਾ ਵੀ ਮਸਲਾ ਨਾਲ ਦੀ ਨਾਲ ਹੱਲ ਹੋ ਜੇ, ਪਰ ਗੱਲ ਇਹ ਆ ਵੀ ਜੇਕਰ ਸਾਡੀ ਇੱਕ ਤਾਂ ਉਹ ਮੰਨਦੇ ਨੀਗੇ, ਜੇ ਅਸੀਂ ਦਸ ਵਿੱਚ ਗੱਲਾਂ ਹੋਰ ਪਾ ਕੇ ਬਹਿ ਜਾਈਏ ਤਾਂ ਉਹਨਾਂ ਨੇ ਫੇਰ ਸਾਡੀਆਂ ਕਾਹਦੀਆਂ ਮੰਨਣੀਆਂ। ਮੈਨੂੰ ਲੱਗਦਾ ਵੀ ਪਹਿਲਾਂ ਅਸੀਂ ਜਿਹੜੇ ਮਸਲੇ ਦੇ ਲਈ ਤੁਰੇ ਸੀਗੇ ਉਸ ਮਸਲੇ ਦੇ ਲਈ ਆਪਾਂ ਅੱਗੇ ਵਧੀਏ, ਤੇ ਦੂਜੀ ਗੱਲ ਇਹ ਹੈ ਵੀ ਜਾਂ ਅਸੀਂ ਜਦੋਂ ਤੁਰਨਾ ਸੀ ਤੇ ਉਦੋਂ ਨਾਲ ਦੀ ਨਾਲ ਇਹ ਗੱਲਾਂ ਵਿੱਚ ਰੱਖੀ ਜਾਂਦੇ, ਪਰ ਹੁਣ ਜੇ ਆਪਾਂ ਇਸ ਮੋੜ ਦੇ ਉੱਤੇ ਆ ਕੇ ਤੇ ਉਹ ਗੱਲਾਂ ਪਹਿਲ ਦੇ ਆਧਾਰ ਤੇ ਚਾਹੁੰਦੇ ਆ, ਇਹਨਾਂ ਨੇ ਸਾਨੂੰ ਇਸ ਮਾਮਲੇ ਦੇ ਉੱਤੇ ਟਰਕਾਈ ਜਾਣਾ, ਇਹਨਾਂ ਨੇ ਮੀਡੀਆ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਣੀ ਹੈ ਵੀ ਚੌਥੇ ਕੁ ਦਿਨ ਇਹ ਵਿੱਚ ਜੀ ਦੋ ਮੰਗਾਂ ਹੋਰ ਪਾ ਦਿੰਦੇ ਆ, ਇਸ ਕਰਕੇ ਸਾਡੀ ਇਹਦੇ ਨਾਲ ਗੱਲ ਨਹੀਂ ਕਰਦੀ। ਦੂਜੀ ਅਸਲੀ ਗੱਲ ਜਿਹੜੀ ਹੈ ਜੀ, ਲਾਸਟ ਖਬਰ ਹੈ ਟਹਿਣਾ ਸਾਹਿਬ, ਇਸ ਘੋਲ ਦੇ ਵਿੱਚ ਸੰਤ ਰਾਮ ਉਦਾਸੀ ਦੇ ਗਾਣਿਆਂ ਦੀ ਗੂੰਜ ਸੁਣਨ ਨੂੰ ਮਿਲੀ ਹੈ ਜੀ। ਹਾਂ ਬਿਲਕੁਲ ਜੀ, ਦੇਖੋ ਐਤਕੀ ਜਿਹੜੇ ਕਿਸਾਨੀ ਦੇ ਗਾਣੇ ਆ ਉਹ ਬਹੁਤ ਵਧੀਆ ਤੇ ਵੱਡੇ ਪੱਧਰ ਦੇ ਉੱਤੇ ਚੱਲੇ ਵੀ ਆ ਤੇ ਲੋਕਾਂ ਨੇ ਸੋਚੇ ਸਮਝੇ ਵੀ ਆ ਤੇ ਸੋਚੇ ਸਮਝਣੇ ਚਾਹੀਦੇ ਵੀ ਆ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਬਈ ਆਹ ਹੁਣ ਵਿਆਹਾਂ ਦੇ ਵਿੱਚ ਵੀ ਜਿਹੜੇ ਥਾਂ ਥਾਂ ਤੇ ਵਿਆਹ ਹੁੰਦੇ ਆ ਉਹਨਾਂ ਦੇ ਵਿੱਚੋਂ ਕਈ ਥਾਵਾਂ ਦੇ ਉੱਤੇ ਡੀਜੇ ਤੇ ਕਿਸਾਨੀ ਵਾਲੇ ਗੀਤ ਵੀ ਵੱਜਦੇ ਆ। ਆਹ ਦੋ ਤਿੰਨ ਖਬਰਾਂ ਆਈਆਂ ਉਹਦੇ ਵਿੱਚੋਂ ਇੱਕ ਖਬਰ ਤਾਂ ਇਹ ਵੀ ਹੈ ਕਮਾਲ ਦੀ ਬਈ ਇੱਕ ਥਾਂ ਦੇ ਉੱਤੇ ਦੁਲੱਦੀ ਪਿੰਡ ਆ ਉੱਥੇ ਇੱਕ ਮੁੰਡੇ ਦਾ ਵਿਆਹ ਤੇ ਜਿਹੜੀ ਉਹਦੀ ਜਾਗੋ ਜਿਹੜੀ ਜਾਗੋ ਕੱਢੀ ਹੈ ਉਹ ਜਾਗੋ ਦੇ ਵਿੱਚ ਕਿਸਾਨ ਦੇ ਝੰਡੇ ਫੜੇ ਸਾਰਿਆਂ ਨੇ। ਉਸ ਜਾਗੋ ਦੇ ਵਿੱਚ ਪਤਾ ਲੱਗਾ ਜੀ ਕਿ ਸਾਰੇ ਜਿਹੜੇ ਕਿਸਾਨ ਆ ਜਾਂ ਜਿਹੜੇ ਵੀ ਮੇਲ ਗੇਲ ਹੈਗਾ ਉਹਨਾਂ ਨੇ ਬੋਲੀਆਂ ਪਾਈਆਂ ਜਾਗੋ ਜਿਹੜੇ ਕਿਸਾਨੀ ਸੰਘਰਸ਼ ਦੀਆਂ ਤੇ ਉੱਥੇ ਬਾਕੀ ਨੱਚੇ ਟੱਪੇ ਵੀ ਸਾਰੇ ਕਿਸਾਨੀ ਸੰਘਰਸ਼ ਦੇ ਉੱਤੇ। ਉਸ ਤੋਂ ਅਗਲੀ ਗੱਲ ਇਹ ਆ ਵੀ ਇੱਕ ਮੁੰਡਾ ਭਵਾਨੀਗੜ੍ਹ ਵਾਲੇ ਬਾਰਡਰ ਦੇ ਉੱਤੇ ਪਹੁੰਚਿਆ ਬਰਾਤ ਸਮੇਤ, ਡੇਢ ਘੰਟਾ ਉਹ ਆਪਦੀ ਬਰਾਤ ਦੇ ਸਮੇਤ ਉੱਥੇ ਧਰਨੇ ਦੇ ਵਿੱਚ ਬਹਿ ਕੇ ਗਿਆ। ਪਰਸੋਂ ਦੀ ਖਬਰ ਹੈ ਇੱਕ ਮੁੰਡੇ ਦੀ ਜਿਹੜੀ ਵਿਆਹ ਦੀ ਕਾਰ ਜਾਂਦੀ ਸੀ ਉਹ ਜਿੰਨੀਆਂ ਵੀ ਕਾਰਾਂ ਸੀਗੀਆਂ ਉਹਨਾਂ ਨੇ ਉੱਥੇ ਕਿਸਾਨੀ ਸੰਘਰਸ਼ ਦੇ ਝੰਡੇ ਲੱਗੇ ਸੀ। ਸੋ ਇਹ ਇਸ ਵਕਤ ਦੀ ਇੱਕ ਪ੍ਰਾਪਤੀ ਮੈਂ ਮੰਨਦਾ ਵੀ ਜਦੋਂ ਕੋਈ ਸੰਘਰਸ਼ ਲੋਕਾਂ ਦੇ ਚੇਤੇ ਦੇ ਵਿੱਚ ਇਵੇਂ ਗੂੰਜਣ ਲੱਗ ਪਏ ਵੀ ਭਾਈ ਦੁੱਖ ਸੁੱਖ ਦੇ ਵਿੱਚ ਵੀ ਉਹਦੀਆਂ ਗੱਲਾਂ ਹੋਣ ਲੱਗ ਪੈਣ, ਖੁਸ਼ੀ ਗਮੀ ਦੇ ਵਿੱਚ ਉਹਦੀਆਂ ਗੱਲਾਂ ਹੋਣ ਲੱਗ ਜਾਣ, ਤਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਉਸ ਅੰਦੋਲਨ ਦੀ। ਬਿਲਕੁਲ, ਇਹ ਚ ਕੋਈ ਸ਼ੱਕ ਨੀ, ਬਹੁਤ ਵਧੀਆ ਗੱਲ ਹੈ। ਬਹੁਤ ਬਹੁਤ ਸ਼ੁਕਰੀਆ ਟਹਿਣ ਸਾਹਿਬ, ਬਹੁਤ ਬਹੁਤ ਧੰਨਵਾਦ, ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਫਿਰ ਮਿਲਣ ਦੇ ਬਾਅਦ ਹੁਣ ਸਤਿ ਸ੍ਰੀ ਅਕਾਲ ਜੀ। ਮਿਹਰਬਾਨੀ, ਸ਼ੁਕਰੀਆ। ਸੋ ਦੋਸਤੋ, ਇਹ ਸੀ ਸਰਦਾਰ ਸਵਰਨ ਸਿੰਘ ਟਹਿਣਾ, ਜਲੰਧਰ ਤੋਂ ਜੁੜੇ ਸੀ ਖਬਰਾਂ ਦੀ ਦੁਨੀਆ ਖਬਰਸਾਰ ਦੇ ਵਿਚ। ਅਗਲਾ ਪ੍ਰੋਗਰਾਮ ਲੈ ਕੇ ਜੀਤ ਕਦੋਂ ਵਾਲਾ, ਬੋਲ ਪੰਜਾਬੀ ਤੇ ਢੋਲ ਪੰਜਾਬੀ ਤਿਆਰ ਬਰ ਤਿਆਰ ਬੈਠੇ ਨੇ, ਚੱਲਦਿਆਂ ਜੀ ਜੀਤ ਕਦੋਂ ਵਾਲੇ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਫਿਰ ਮਿਲਣ ਦੇ ਬਾਅਦ ਨਾਲ, ਸਤਿ ਸ੍ਰੀ ਅਕਾਲ ਦੋਸਤ।